ਯਾਰ ਚੁੱਪ ਚਾਪ ਤੁਰਦੇ ਕੁੱਤੇ ਸਲਾਹ ਪੌਂਕਦੇ ਨਾਲ ਆ ਗੁਰੂ ਸਾਡੇ ਨਾਲ ਆ ਸਾਰੇ ਪਾਸੇ ਪੜ ਦੇਣੇ ਜਾ ਕੇ ਸਾਡੇ ਸਟਾਫ ਵੱਲੋਂ ਸਾਡੀਆਂ ਟੀਮਾਂ ਤੇ ਅਸੀਂ ਗਾਰੰਟੀ ਕਰ ਹੋਰ ਜ਼ੋਰ ਪਾਉਣਾ ਪੰਜਾਬ ਇੰਡੀਆ ਵੱਲ ਵੀ ਤੇ ਹੋਰ ਪਾਸੇ ਵੀ ਤੁਹਾਡੀ ਸਪੋਰਟ ਬਹੁਤ ਧੰਨਵਾਦ ਇੰਨਾ ਪਿਆਰ ਤੁਹਾਡੇ ਵੱਲੋਂ ਜਿੱਥੇ ਤੁਰਨ ਫਿਰਨ ਵੀ ਜਾਇਦਾ ਸ਼ੋਪਿੰਗ ਜਾਇਦਾ ਇੰਨਾ ਪਿਆਰ ਮਿਲਦਾ ਬਹੁਤ ਧੰਨਵਾਦ ਜੀ ਜਿੱਥੇ ਵੀ ਤੁਸੀਂ ਹੈਗੇ ਆ ਬਜ਼ੁਰਗ ਰੱਖਣਾ ਜਿਹੜਾ ਵੀ ਕਾਨੂੰਨ ਆ ਕਾਨੂੰਨ ਜ਼ਰੂਰ ਕਰੋ ਜਿੱਥੇ ਵੀ ਤੁਸੀਂ ਜਿਹੜਾ ਭਾਈ ਸਾਡਾ ਭਾਈ ਸੇਵਾ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾਫੀ ਸਾਨੂੰ ਆਸ ਆ ਭਾਈ You can all hear me. I'll speak in English. Now, the last 21 years, ਪਿਛਲੇ 21 ਸਾਲ ਦੇ ਵਿੱਚ ਅਸੀਂ ਬਹੁਤ ਸੰਗਤ ਨੇ ਖਾਲਸਾ ਦੇ ਵਾਲੰਟੀਅਰ ਨੇ ਟੀਮਾਂ ਨੇ People are asking, what's your next? ਅਗਲਾ ਕਦਮ ਕੀ ਹੋਊਗਾ ਖਾਲਸਾ ਏਡ ਦਾ ਮੈਂ ਦੇਖਦਾ ਦੇ ਵਿੱਚ ਮੈਂ ਇੰਨੇ ਹਮਲੇ ਦੇਖੇ ਆਪਣੇ ਹਮਲੇ ਸਾਡੇ ਆਪਣਿਆਂ ਨੇ ਕੀਤੇ ਯਰਸ ਆਫ ਸੀਨ ਸੋ ਮੈਨੀ ਅਟੈਕਸ ਔਨ ਖਾਲਸਾ ਜੈਲਸੀ ਈਰਖਾ ਤੇ ਬੜਾ ਹਾਸਾ ਹੁੰਦਾ ਮਿਲੀਅਨ ਪਾਉਂਡਿਆ 4 ਮਿਲੀਅਨ ਪਾਉਂਡਿਆ ਉਹ ਇੱਦਾਂ ਦੇ ਬੈਠੇ ਨਾ ਬੰਦੇ ਵੰਗਾਂ ਪਾ ਕੇ ਘਰ ਚੱਲਦੀ ਨਹੀਂ ਗੀ ਕੋਈ ਹੌਲੀ ਤੋਂ ਉਹ ਫਿਰ ਫੇਕ ਆਈ ਡੀ ਬਣ ਜਾਂਦੇ ਪਿੱਛੇ ਬਈ ਕੀਬੋਰਡ ਦੇ ਉੱਪਰ ਪੈਸੇ ਦੇਖੋ ਜੀ ਅਸੀਂ ਪੈਸੇ ਤੁਹਾਡੇ ਲੁਕੋਏ ਥੋੜ੍ਹਾ ਅਸੀਂ ਕਿੱਥੇ ਲੁਕੋਏ ਪੈਸੇ ਖਾਲਸਾ ਦੇ ਅਕਾਊਂਟ ਵਿੱਚ ਮੇਰੇ ਨਾਂ ਤੇ ਥੋੜਾ ਦੇਖ ਲਓ ਕਿੱਦਾਂ ਰਹਿੰਦੇ ਅਸੀਂ ਸੋ ਲੈਸ ਕ੍ਰੀਏਟ 100 ਨੋਟ 3 or 4 million ਪਾਊਂਡ ਮਿਲੀਅਨ ਪਾਊਂਡ ਦ ਫੈਕਟ ਇਜ਼ ਦ ਗੁਰਦੁਆਰਾ ਇਨ ਯੋਰ ਟਾਊਨ ਮਿਲੀਅਨ ਨੋਟ ਜਸਟ ਹਾਇਰ ਦੈਨ ਖਾਲਸਾ ਏਡ ਤੇ ਜਿੱਦਾਂ ਅਮਰੀਕਾ ਕਨੇਡਾ ਯੂਰਪ ਲਓ ਜਿੱਥੇ ਗੁਰਦੁਆਰੇ ਦੀਆਂ ਬਿਲਡਿੰਗਾਂ ਗੁਰਦੁਆਰਾ ਬਿਲਡਿੰਗ ਤੇ ਜਿਹੜਾ ਉਹਨਾਂ ਦਾ ਇਨਕਮ ਹੋਊਗਾ ਖਾਲਸਾ ਏਡ ਤਾਂ ਉਹਨਾਂ ਦਾ ਹਿਸਾਬ ਇੰਨੀ ਕਿਆ ਤਾਂ ਵੀ ਇੰਨੀ ਖਾਲਸਾ ਏਡ ਇੰਨੀ ਚੁੱਭਦੀ ਆ ਫਿਰ ਫੇਕ ਆਈ ਡੀ ਬਣਾ ਲੈਣੀ ਖਾਲਸਾ ਏਡ ਕੋਲ 3 ਮਿਲੀਅਨ ਪਾਉਂਡਿਆ 4 ਮਿਲੀਅਨ ਪਾਉਂਡਿਆ ਲਓ ਜੀ ਤੁਸੀਂ 4 ਮਿਲੀਅਨ ਪਾਉਣਾ ਕੀ ਕਰ ਲਓਗੇ ਅੱਜ ਸਾਡੇ ਕੋਲ $100 million ਹੋਣੇ ਚਾਹੀਦੇ ਆ ਸਾਰੇ ਅਮਰੀਕਾ ਕਨੇਡਾ UK ਆਸਟ੍ਰੇਲੀਆ ਇੰਡੀਆ ਟੋਟਲ ਇਨਕਮ 100-200 million ਹੋਣਾ ਚਾਹੀਦਾ ਅਸੀਂ ਦੁਨੀਆ ਬਿਲਕੁਲ ਹੀ ਬਦਲ ਦਈਏ ਸਾਨੂੰ ਕੋਈ ਲਾਲਚ ਨਹੀਂ ਗਾ ਆਮ ਨੋਟ ਗ੍ਰੀਡੀ ਫੋਰ ਪਾਵਰ ਆਈ ਨੈਵਰ ਬੀਨ ਗ੍ਰੀਡੀ ਫੋਰ ਮਨੀ ਆਈ ਜਸਟ ਵਾਂਟ ਮਾਈ ਮਸਲ ਕਾਰ ਟੂ ਵਰਕ ਆਮ ਅ ਮਸਲ ਕਾਰ ਫਨੈਟਿਕ ਹੂਜ਼ ਕਾਰ ਡਜ਼ਨਟ ਈਵਨ ਵਰਕ ਮੇਰੀ ਤਾਂ ਕਾਰ ਵੀ ਨਹੀਂ ਚੱਲਦੀ ਜਿਹੜੀ ਖਰਾਬ ਹੋਈ ਉਹ ਤਾਂ ਲੋਕ ਕੰਪਲੇਨ ਕਰਦੇ ਸੋ ਜਿਹੜੇ ਝੂਠੀਆਂ ਆਈਡੀਆਂ ਜਾਂ ਜਿਹੜੇ ਨਕਲੀ ਪੱਤਰਕਾਰ ਬਣੇ ਫਿਰਦੇ ਆ ਭਾਈ ਖਾਲਸਾ ਨੂੰ ਐਕਸਪੋਜ਼ ਕਰਨਾ ਅਸੀਂ ਥੋੜ੍ਹਾ ਨਾ ਕੀਤੀ ਪੈਸੇ ਖਰਚਣ ਨੂੰ ਹੁਣ ਸਾਡਾ 1 ਮਿਲੀਅਨ 1.4 ਮਿਲੀਅਨ 1.5 ਮਿਲੀਅਨ ਜੇ ਸਾਡੀ ਖੁੱਲ੍ਹੀ ਛੁੱਟੀ ਮਿਲ ਜਾਵੇ ਇੰਡੀਆ 'ਚ ਕੰਮ ਕਰਨ ਨੂੰ ਖੁੱਲ੍ਹੀ ਛੁੱਟੀ ਮਿਲ ਜਾਵੇ ਤਾਂ ਹੋਰ ਅਸੀਂ ਤਾਂ ਜਿਹੜੇ ਭਾਈ 4 ਮਿਲੀਅਨ ਅਸੀਂ 10 ਮਹੀਨੇ 'ਚ 1 ਸਾਲ 'ਚ ਖਰਚ ਪਵਾਂਗੇ ਚਾਹੇ 3-4 ਮਿਲੀਅਨ ਕੁਛ ਨਹੀਂ ਗੇ ਇਹ ਤੁਹਾਨੂੰ ਜਾਣ ਕੇ ਜਿਹੜੀਆਂ ਕੈਂਪੇਨ ਕਰ ਰਹੇ ਆ ਭਾਈ
ਡਰਨ ਪਈ ਦੇਖੋ ਜੀ ਭਾਈ ਖਾਲਸਾ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਗੇ 3-4 million ਦਾ ਕੁਛ ਨਹੀਂ ਬਣਦਾ ਤੇ ਸੋ ਜੇ ਅੱਜ ਸਾਨੂੰ ਖੁੱਲੀ ਛੁੱਟੀ ਮਿਲ ਜਾਵੇ ਪੰਜਾਬ ਦੇ ਵਿੱਚ ਕੁਛ ਕਰਨ ਨੂੰ 2-3 million ਤੁਸੀਂ 6 ਮਹੀਨੇ 'ਚ ਖਰਚ ਲਵਾਂਗੇ ਰਿਸਟ੍ਰਿਕਸ਼ਨ ਹੁੰਦੀਆਂ ਸੋ ਵੀ ਆਰ ਨੋਟ ਅਫਰੇਡ ਵੀ ਵਾਂਟ ਟੂ ਬਿਕਮ ਆ ਹਿਊਜ ਔਰਗਨਾਈਜੇਸ਼ਨ ਦ ਸਿੱਖਸ ਆਰ ਸੋ ਜੈਨਰਸ ਖਾਲਸਾ ਏਡ ਹੈਜ਼ ਅ ਟਰੈਕ ਰੈਕੋਰਡ ਆਫ 21 years ਆਫ ਟਰੱਸਟ ਐਂਡ ਡਿਲੀਵਰਿੰਗ ਏਡ ਖਾਲਸਾ ਦਾ 21 ਸਾਲ ਦਾ ਤਜਰਬਾ ਆ ਖਾਲਸਾ ਪਹਿਲੀ ਦੁਨੀਆਂ ਦੀ ਸੰਸਥਾ ਸਿੱਖਾਂ ਵੱਲੋਂ ਆ ਜੇ ਰਵੀ ਸਿੰਘ ਨੇ ਬਾਬਾ ਬਣ ਕੇ ਬਹਿਣਾ ਸੀਗਾ ਅਸੀਂ ਰਜਿਸਟਰ ਨਹੀਂ ਕਰਾਉਣੀ ਸਾਡਾ ਟਰੱਸਟ ਹੀ ਨਹੀਂ ਹੋਣੇ ਸੀਗੇ ਸਾਡਾ ਕੋਈ ਇੱਥੇ ਰੈਗੂਲੇਸ਼ਨ ਨਹੀਂ ਹੋਣੀ ਸੀ ਜਿੰਨਾ ਮਰਜ਼ੀ ਪੈਸਾ ਕਮਾਉਣਾ ਸੀ ਅਸੀਂ ਪਰਸਨਲੀ ਸੋ ਵੀ ਹੈਵ ਆ ਸਾਡਾ ਰੈਕੋਰਡ ਬਣਿਆ ਆ ਸਾਡਾ ਇਤਿਹਾਸ ਕਹਿੰਦਾ ਵੀ ਖਾਲਸਾ ਏਡ ਤਾਂ ਸੰਗਤ ਨਾਲ ਕਿੰਨਾ ਪਿਆਰ ਆ ਵੀ ਸੰਗਤ ਵੀ ਚਾਹੁੰਦੀ ਖਾਲਸਾ ਏਡ ਹੋਰ ਵਧੇ ਸੋ ਆਈ ਡੋਂਟ ਰੀਲੀ ਕੇਅਰ ਅਬਾਊਟ 3-4 million ਤਾਂ ਕੱਲੇ ਕੱਲੇ ਗੁਰਦੁਆਰੇ ਕੋਲ ਪਏ ਹੋਗਾ ਵੀ ਨੀਡ ਟੂ ਗੋ ਬਿਗਰ ਆਈ ਐਮ ਆਸਕਿੰਗ ਯੂ ਆਲ ਵੇਅਰਐਵਰ ਯੂ ਆਰ ਖਾਲਸਾ ਏਡ ਇਨ ਦ ਵਰਲਡ ਵੇਅਰ ਇਜ਼ ਖਾਲਸਾ ਏਡ ਗੋ ਟੂ ਦ ਖਾਲਸਾ ਏਡ ਵੈਬਸਾਈਟ ਯੂ ਸੀ ਵੇਅਰ ਵੀ ਆਰ ਲੁੱਕ ਐਟ ਦ ਡੋਨੇਸ਼ਨ ਬਟਨਸ I'm not afraid. We'll grow bigger. We're afraid that Sangha thinks, oh, and they're doing this. Yes. In my pocket, all in the safe it's all in the safe place okay they are the one regulated trustees or 6 trustees I can't be a trustee legally it's in you know it, we are an institution Khalsa we build something for you for the future not for me honestly if I wanted to make it I'll be on holiday, buy a couple of villas, relax somewhere, be on holiday right now. T-shirts and jeans. Very, very content in life. No greed. Wonder these really cowardly fake ideas out there, edit my videos. They're going to suddenly think, the Sangha's going to say, oh my God, Carlside's got 3-4 million. Why have they got it? I want Khalsa Aid annual income eventually to be 200 million. Saade ko bhi hona chahida ya 100 million dollar ya badiyan badiyan sansa de kol ya paise vagar to din thode hildi ya itna sharmaun di gall sare nu kehnde ha tusi sanu 100 pound dinde ha eh ohde vich oh keh lo pai ਸੋਰੀ ਅਸੀਂ 100 ਪੌਂਡ ਖਰਚਦੇ ਹਾਂ ਸਾਨੂੰ ਤੁਸੀਂ 1000 ਪੌਂਡ ਦਿੰਦੇ ਹਾਂ ਅਸੀਂ 2000 ਪੌਂਡ ਦਿੰਦੇ ਹਾਂ ਸੰਗਤ ਬਹੁਤ ਦਿਆਲੂ ਆ ਵੀ ਡੋਂਟ ਹਾਈਡ ਦਾ ਫੈਕਟ ਯੂ ਆਰ ਸੋ ਜੈਨਰਸ ਆਵਰ ਇਫ ਯੂ ਐਵਰ ਵਿਜ਼ਿਟ ਆਰ ਅਕਾਊਂਟਸ ਵਿਚ ਵੇਅਰ ਰਜਿਸਟਰਡ ਐਂਡ ਯੂ ਵਾਂਟ ਦੇ ਓਨਲੀ ਗੋਟ 1000 ਪੌਂਡਸ ਅ ਮਿਲੀਅਨ ਵੀ ਨੋ ਦੇ ਕਲੈਕਟਡ ਅ 50 me questions it's all there everything every penny is accounted for but the jealousy by other groups other Sikh groups some of the Sikhs is unbelievable they will be the most religious outlook and they tell the biggest BS lies but they won't say it to my face so I think there's a taboo about money in 21 years we only got to show 4, 5, 3, 4 whatever it is million 5 million maybe now and we're going to spend about 2-3 million next few years maybe less maybe quicker when this coronavirus is over we're restricted right now we're dropping about $55,000-$60,000 food in Iraq we've got big operations lined up bigger vision 21 saal jehdi vision hoyi aa kehlo 4-5 million ho gaya kehlo ਕੁਛ ਨਹੀਂ ਨਿਕਲਿਆ 21 ਸਾਲ ਜਿਹੜੀਆਂ ਦੂਜੀਆਂ ਸੰਸਥਾ ਉਹਦੇ ਕਿੰਨੇ ਹੋ ਜਾਂਦੇ ਸੋ ਜਿਹੜੀਆਂ ਜਿਹਨੂੰ ਅੱਗ ਲੱਗਦੀ ਸਾਡੇ ਵੱਲ ਦੇਖ ਕੇ
ਤਿਆਰ ਕਰ ਲਓ, ਜੇ ਤੇਲ ਚਾਹੀਦਾ ਤੇਲ ਮੈਂ ਦੇ ਦੂੰਗਾ ਤੁਹਾਨੂੰ। ਚੱਕ ਲਓ ਫੱਟੇ, ਲਾ ਲਓ ਅੱਗ ਆਪਣੇ ਆਪ ਨੂੰ ਵੀ, ਕਿਉਂਕਿ ਤੁਹਾਡੀ ਝਾੜੀ ਜਿਹੜੀ ਆ ਗਈ ਹੈ ਜੈਲਸੀ ਦੀ, ਹੋਰ ਕਿਤੇ ਪਹੁੰਚਣੀ ਨਹੀਂ ਗੀ। ਅਸੀਂ ਛੱਡੋ 3-4 million, ਅਸੀਂ 100 million ਕਹਿੰਦੇ ਹਾਂ। ਸਾਡੀ ਜਿਹੜੀ ਸੰਗਤ ਆ, ਸਪੋਰਟ ਆ, ਖਾਲਸਾ ਏਡ ਇੱਕ ਦੁਨੀਆ ਦਾ ਇੱਕ ਥੰਮ ਬਣ ਗਿਆ ਸਿੱਖਾਂ ਦਾ। ਖਾਲਸਾ ਏਡ ਇਜ਼ ਬਿਕਮ ਇੰਸਟੀਟਿਊਸ਼ਨ, ਖਾਲਸਾ ਏਡ ਇਜ਼ ਪ੍ਰੋਟੈਕਟਿਡ ਔਰਗਨਾਈਜੇਸ਼ਨ। ਸੋ ਮੈਨੀ ਅਟੈਕਸ ਔਨ ਏ ਲਾਸਟ 21 years, ਆਈਵ ਸੀਨ ਸੋ ਮੈਨੀ ਅਟੈਕਸ, ਵੀ ਨੈਵਰ ਬੈਕ ਆਫ, ਮੈਂ ਕਦੀ ਪਿੱਛੇ ਨਹੀਂ ਹੋਇਆ। ਜਦੋਂ ਮਨ 'ਚ ਗੱਲ ਆਉਂਦੀ ਅਸੀਂ ਕਰੀਦੀ ਆ, ਸਾਡੀ ਟੀਮ ਨੂੰ ਆ ਗਈ ਕੋਈ ਈਮੇਲ ਕਿੱਧਰੋਂ ਆ ਗਈ, ਕਿਸੇ ਨੂੰ ਹੋਰ ਭੇਜੀ, ਮੇਰੇ ਝੂਠੇ ਵੀਡੀਓ ਪਾ ਤੇ ਕੋਈ ਐਡਿਟ ਕਰਕੇ ਆ ਦੇਖੋ ਜੀ ਕਹਿੰਦੇ। ਮੈਂ ਤਾਂ ਸਿੱਧੀ ਗੱਲ ਕਰਦਾ, ਮੈਂ ਥੋੜ੍ਹਾ ਪਾ ਗਿਆ ਇੱਦਾਂ ਪਈ ਜਿੱਦਾਂ ਪਈ ਕਹਿੰਦਾ ਤੁਹਾਡੇ ਨਾਲ ਕਦੀ ਜਿੱਦਾਂ ਫੇਕ ਆਈ ਡੀ ਆ, ਜਿੱਦਾਂ ਕੋਈ ਉਹ ਕਹਿੰਦੇ ਪਈ ਵੱਡੇ ਬੰਦੇ ਬਣਦੇ ਆ ਫਿਰ ਫੇਕ ਆਈਡੀਆਂ, ਬੁੜੀਆਂ ਦੀਆਂ ਫੇਕ ਆਈਡੀਆਂ ਬਣਾਉਂਦੇ ਆ, ਬੰਦੇ ਫੇਕ ਆਈਡੀਆਂ ਬਣਾਉਂਦੇ ਬੁੜੀਆਂ ਦੀਆਂ, ਇੰਨੇ ਡਰਪੋਕ ਆ। ਸਾਡੇ ਵਰਗੇ ਸਿੱਧੇ ਬੋਲਦੇ, ਅਸੀਂ ਸਿੱਧਾ ਬੋਲਣਾ ਸਿੱਖਿਆ, ਕਿਸ ਨੂੰ ਨਹੀਂ ਪਸੰਦ ਕਿਸ ਨੂੰ ਪਸੰਦ ਆ, ਅਸੀਂ ਕੰਮ ਵੀ ਦਿਖਾ ਲਈ ਕੀ ਕਰਦੇ, ਬਹੁਤ ਕੰਮ ਪਿਆ 21 years ਇਨ ਲਾਸਟ 21 years ਵਾਟ ਵੀ ਅਚੀਵ ਇਜ਼ ਫੈਨੋਮੀਨਲ। ਲੈਟਸ ਗੋ ਆਊਟ ਦੇਅਰ, ਨੋਟ 21 years, ਇਨ ਦਾ ਨੈਕਸਟ 2 years ਯੂ ਸ਼ੋ ਅਸ ਯੋਰ ਜੈਨਰੋਸਿਟੀ, ਯੂ ਕੰਟੀਨਿਊ ਟੂ ਡੋਨੇਟ ਐਸ ਮੱਚ ਐਸ ਯੂ ਕੈਨ, ਸ਼ੋ ਅਸ ਯੋਰ ਡੋਨੇਸ਼ਨਸ, ਐਂਡ ਆਈ ਗਾਰੰਟੀ ਯੂ ਨੈਕਸਟ 2 years ਵਿਲ ਚੇਂਜ ਐਵਰੀਥਿੰਗ ਅਰਾਊਂਡ ਅਸ, ਦਾ ਟੀਮਸ, the staff, the commitment to humanity, bigger operations, not just in Punjab and India, around the world, and together we can do it. I promise you we can do it. 21 years ago, I asked you for to trust me, and look where we are. Everyone in the world knows who Sikhs are, the calls that is. Maybe we got 4 million, whatever it is, but the publicity that Khalsa Aid has given the Sikhs of the 20 years, 21 years, is phenomenal, because it's Guru Kirpa. I didn't do it, you did it, the Sangha did it. It's not one person, our teams, the Sangha, you trusted us, you believed in us, you believed in me. I'm not a good guy, I've never been a good guy. I swear, I shout, I get angry, but I promise you I'll talk straight. Now trust me more. We have a great team. We have great experience. There's nobody in the community at the moment, in the groups, that is more experienced than the Khalsa Aid groups for delivering humanitarian aid. From Punjab to America to the UK, Khalsa Aid is one of the most experienced teams. As you know, even our people who can't, you know, stand out, hate us, will tell you that. ਇਹ ਕਹਿਣਾ ਚਾਹੁੰਦਾ, ਸਾਡੇ ਵਿੱਚ ਕੋਈ ਹੁੰਦੇ ਆ, ਪਿੰਡ ਸਾਡਾ ਬਚ ਗਿਆ, ਕਈ ਵਾਰੀ ਸਿੱਧੀ ਗੱਲ, ਸਾਨੂੰ ਕੋਈ ਫਰਕ ਨਹੀਂ ਗਾ, ਨਾ ਸਾਨੂੰ ਲਾਲਚ ਆ ਵੀ ਸਿੱਖਾਂ ਦੀ ਇੱਕ ਪਰਮਨ ਦੁਨੀਆ ਦਿਲ ਚ ਆ ਜਾਵੇ। ਪ੍ਰਦੇਸ਼ਾਂ ਜਿੱਥੇ ਖਾਲਸਾ ਦੀ ਸੇਵਾ ਚੱਲਦੀ ਆ, ਵੀ ਆਪਣੇ ਸਾਡੇ ਵਿੱਚ ਹੈਗੇ ਜਿਹੜੇ ਦੇਖ ਕੇ, ਮੇਰਾ ਇਹੀ ਮੈਸੇਜ ਆ 21 years ਦੇ ਵਿੱਚ ਗੁਰੂ ਕਿਰਪਾ ਨਾਲ ਵਧਾ ਸਾਡੇ ਸਪੈਸ਼ਲ। ਜੇ ਮੈਂ ਨਾ ਮੈਂ ਜਦੋਂ ਗੱਲ ਕੱਲ ਪਾਕਿਸਤਾਨ ਤੋਂ ਬੀਬੀ ਨੇ ਬਹੁਤ ਹੀ ਆਈਡੀਆ ਖਾਲਸਾ ਏਡ ਦਾ, ਖਾਲਸਾ ਜਿਹੜਾ 99.99% ਖੜਾ ਹੋਇਆ ਉਹ ਸਾਡੇ ਸੇਵਾਦਾਰ, ਸਾਡੀ ਇੰਡੀਆ ਦੀ ਜਤਿੰਦਰ ਹੋਣੀ, ਉਮਰ ਸਿੰਘ ਹੋਣੀ, ਅਮਰਿਤ ਸਿੰਘ, ਇਹਨਾਂ ਨੇ ਸਾਰਿਆਂ ਨੇ ਇਕੱਠਾ ਕੀਤਾ। ਸੋ ਜੇ ਗੱਲਾਂ ਚਾਹੁੰਦੇ ਸਾਨੂੰ ਈਮੇਲ ਕਰੋ, ਸਾਡੇ ਘਰ ਸਾਡੇ ਮੇਲਾਂ ਚੜੇ ਨੇ, ਸਾਡੀ ਕਾਰ ਵੀ ਕਾਰ ਪਿਛਲੇ 1.5 years ਦੀ। ਸੋ ਸਾਨੂੰ ਕੋਈ ਲਾਲਚ ਨਹੀਂ, ਇਹੀ ਆ 50 years ਦੀ ਸਾਡੀ 1 year ਦੇ ਸੀ ਅਸੀਂ, ਸਾਡੀ ਉਮਰ ਉਸੇ
12 ਸਾਲ ਦੀ ਹੋ ਗਈ ਆ ਹੁਣ ਮੈਂ ਸੋਚਦਾ ਸਾਡਾ ਅਗਲਾ ਸਟੈਪ ਕੀ ਹੋਊਗਾ ਤੁਹਾਡੇ ਉੱਪਰ ਡਿਪੈਂਡ ਕਰਦਾ ਹੁਣ ਕਰ ਦਈਏ ਖਾਲਸਾ ਨੂੰ ਉਸ ਲੈਵਲ ਤੇ ਜਿੱਥੇ ਹੋਣੀ ਚਾਹੀਦੀ ਆ ਤੇ ਅਸੀਂ ਗਾਰੰਟੀ ਕਰਾਂਗੇ ਮੋਰੇ ਹੈ ਇੱਕ ਅਮਰਪ੍ਰੀਤ ਸਿੰਘ ਇੰਡੀਆ 'ਚ ਜਤਿੰਦਰ ਸਿੰਘ ਹੋਣੀ ਕਨੇਡਾ 'ਚ ਉਮਰ ਸਿੰਘ ਹੋਣੀ ਕੈਲੀਫੋਰਨੀਆ ਅੰਮ੍ਰਿਤ ਕੌਰ ਨਿਊਯੋਰਕ ਹਰਪ੍ਰੀਤ ਸਿੰਘ ਇੱਧਰ ਆਸਟ੍ਰੇਲੀਆ ਹੁਣ ਸਾਰਾ ਇੱਥੇ ਗੁਰਸਿੰਘ 'ਚ ਥਾਂ ਥਾਂ ਬ੍ਰਾਂਚ ਖੋਲੂਗੇ ਪਿੱਛੇ ਨਹੀਂ ਹਟਣਾ ਹੁਣ ਡੱਟ ਕੇ ਇਹ ਨਹੀਂ ਭਾਈ ਸਾਨੂੰ ਕੋਈ ਆਪਣੇ ਦੇ ਪੈਸੇ ਦਾ ਕੋਈ ਲਾਲਚ ਨਹੀਂ ਗਾ ਪਰ ਖਾਲਸਾ ਏਡ ਬਿਲਕੁਲ ਚੜ੍ਹਦੀ ਕਲਾਂ ਖਾਲਸਾ ਏਡ ਹੁਣ ਨੈਕਸਟ ਲੈਵਲ 'ਤੇ ਜਾਣੀ ਆ ਤਾਂ ਹੀ ਤੁਹਾਨੂੰ ਮੈਂ ਪੁੱਛਦਾ ਤੁਹਾਡੀ ਸਪੋਰਟ ਦੀ 4 ਮਿਲੀਅਨ 'ਚ ਪਹੁੰਚਿਆ 3-4 ਮਿਲੀਅਨ ਦਾ ਤੁਹਾਡੇ ਮੋਹਿਤ ਕਿਹਾ ਤੁਹਾਡੇ ਜਿਹੜੇ ਗੁਰਦੁਆਰੇ ਆਲੇ ਦੁਆਲੇ ਆ ਅਮਰੀਕਾ ਕਨੇਡਾ ਯੂਕੇ ਸਵੈਦ ਉਹਦੀ ਬਿਲਡਿੰਗ 3-4 ਮਿਲੀਅਨ ਦੀ ਆ ਭਾਈ ਸਾਨੂੰ ਕਹੀ ਜਾਂਦੇ ਭਾਈ ਤੁਹਾਡੇ ਕੋਲ 3-4 ਮਿਲੀਅਨ ਆ ਕੀ ਕਰਦੇ ਦੇਖ ਲਓ ਕੀ ਕਰਦੇ ਦੁਨੀਆਂ ਦੇ ਵਿੱਚ ਦੇਖ ਲਓ ਝੰਡੇ ਚੜ੍ਹਾ ਤੇ ਸੇਵਾ ਦੇ ਤੁਹਾਡੇ ਕਰਕੇ ਉਹ ਤਾਂ 3-4 ਮਿਲੀਅਨ 2-3 ਮਿਲੀਅਨ ਕਰ ਦਿੱਤੇ ਹੁਣ ਸੋਚੋ ਜੇ ਸਾਨੂੰ 100 ਲੈਵਲ ਦਾ ਸਾਡਾ ਵੀ ਹੋਵੇ ਇੱਕ ਵਿਜ਼ਨ 100 ਮਿਲੀਅਨ ਡਾਲਰ ਸਾਲ ਦਾ 50 ਮਿਲੀਅਨ ਡਾਲਰ ਸਾਲ ਦਾ ਅਸੀਂ ਇੱਕ ਵਿਜ਼ਨ ਕਿੱਥੇ ਤੱਕ ਲੈ ਕੇ ਜਾ ਤੁਹਾਨੂੰ ਫਿਰ ਜਿੱਥੇ ਵੀ ਜਾਓਗੇ ਦੁਨੀਆਂ ਦੇ ਵਿੱਚ ਹੁਣ ਵੀ ਕਈ ਪਾਰਟ ਤੁਸੀਂ ਸਾਨੂੰ ਪਤਾ ਤੁਸੀਂ ਕੌਣ ਆ ਤੁਸੀਂ ਖਾਲਸਾ ਏਡ ਵੀ ਨੋ ਹੂ ਯੂ ਆਰ ਯੋ ਖਾਲਸਾ ਏਡ ਵੀ ਸੀਨ ਯੂ ਸਿੱਖਸ ਆਰ ਡੂਇੰਗ ਬ੍ਰਿਲੀਅੰਟ ਵਰਕ ਵੀ ਲਵ ਦ ਸਿੱਖਸ ਇਹ ਅਸੀਂ ਘੜੀ ਘੜੀ ਸੁਣਦੇ ਆਈ ਗੋ ਪਲੇਸਿਸ ਦੇ ਸਰ ਵੀ ਰਿਮੈਂਬਰ ਯੂ ਹੈਲਪਡ ਇਨ ਬੰਗਲਾਦੇਸ਼ ਯੂ ਹੈਲਪਡ ਇਨ ਨੇਪਾਲ ਯੂ ਹੈਲਪ ਐਵਰੀਵੇਅਰ ਵੀ ਨੋ ਹੂ ਯੂ ਆਰ ਯੂ ਆਰ ਵੰਡਰਫੁਲ ਪੀਪਲ ਇਹਨਾਂ ਨੂੰ 3-4 ਮਿਲੀਅਨ ਚੁੱਭਦੇ ਸਾਡੇ ਜਿਹੜੇ ਖਿਲਾਫ ਆ ਆਪਣੇ ਬੰਦੇ ਖਿਲਾਫ ਹੋਰ ਨਹੀਂ ਬਾਹਰ ਲੈਣੀ ਹੁਣ 50-100 ਮਿਲੀਅਨ ਕਰੀਏ ਇਹ ਤਾਂ ਦੇਖ ਕੇ ਕੀ ਇਹ ਤਾਂ ਦੇਖ ਕੇ ਮੈਂ ਫਿਰ ਆਪਣਿਆਂ ਨੂੰ ਅੱਗ ਲਾ ਲੂਗੇ ਫਿਰ ਜਿਹੜੇ ਸਾਨੂੰ ਨਫ਼ਰਤ ਕਰਦੇ ਆ ਸੋ ਚਲੀਏ ਇੱਕ ਹੋਰ ਰਸਤੇ 'ਚ ਪਈਏ ਜਦ ਤੱਕ ਅਸੀਂ ਜਿਉਂਦੇ ਹਾਂ ਸਾਨੂੰ ਜੁਆ ਆ ਕੇ ਤੁਸੀਂ ਪੁੱਛ ਲਓ ਜੋ ਪੁੱਛਣਾ ਆਫਿਸ ਦੇ ਵਿੱਚ ਆ ਕੇ ਅਤੇ ਸਾਡਾ ਕੋਈ ਹਾਲੇ ਤਾਂ ਕੋਈ ਬੰਦ ਨਹੀਂ ਹੋਇਆ ਕੰਮ ਕਈ ਵਾਰ ਸਾਨੂੰ ਕਹਿੰਦੇ ਪਈ ਬੰਗਲਾਦੇਸ਼ ਤਾਂ ਚੱਲੀ ਜਾਂਦਾ ਉੱਥੇ ਮਾੜੀ ਮੁਸ਼ਕਿਲ ਆ ਕਿਉਂਕਿ ਕਰੋਨਾ ਵਾਇਰਸ ਅਤੇ ਮਿਲਟਰੀ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਕੇਰਲਾ ਵੀ ਚੱਲੀ ਜਾਂਦਾ ਕੰਮ ਸਾਡਾ ਜਿੱਥੇ ਅਸੀਂ ਪੈਸੇ ਇਕੱਠੇ ਕੀਤੇ ਪੰਜਾਬ ਦੇ ਹਾਲੇ ਹਾਲੇ ਤੱਕ ਸਾਡੇ ਕੋਲ ਪੈਸੇ ਪਏ ਹੋ ਆ ਉਹ ਵੀ ਹਾਲੇ ਤੱਕ ਖਰਚ ਨੇ ਜਿਹੜੇ ਭਾਈ ਖਰਚ ਦਿੱਤੇ ਜਿੰਨੇ ਖਰਚ ਯੂਕੇ ਤੋਂ ਲੋਨ 7 ਲੱਖ ਪਾਉਣ ਖਰਚ ਦਾ ਅਤੇ ਉੱਧਰੋਂ ਅਮੈਰੀਕਾ ਕਨੇਡਾ ਵਾਲੇ ਨੇ ਵੀ ਹੁਣ ਸਾਡੇ ਕੋਲ ਪਏ ਉਹ ਪੈਸੇ ਉਹ ਵੀ ਖਰਚਣੇ ਅਸੀਂ ਕਿਹਾ ਸੀ ਉਹ ਜਿੱਥੇ ਹਾੜੇ ਉੱਥੇ ਖਰਚਾਂਗੇ ਕਈ ਵਾਰੀ ਪੰਜਾਬ ਦੇ ਵਿੱਚ ਜਿੱਦਾਂ ਇੰਡੀਆ 'ਚ ਕੰਮ ਕਰਨਾ ਔਖਾ ਹੁੰਦਾ ਅਤੇ ਹੁਣ ਉਹ ਮੁੰਡਿਆਂ ਬਹੁਤ ਮੁੰਡਿਆਂ ਟਰੈਕਟਰ ਲਿਆਉਂਦੇ ਬੀਜ ਦਿੱਤਾ ਫਸਲਾਂ ਦੀ ਕੀਤਾ ਸੇਵਾ ਕੀਤੀ ਹਾਲੇ ਤਾਂ ਸਾਡੇ ਕੋਲ ਉਹ ਵੀ ਹਾਲੇ ਤੱਕ ਖਰਚ ਨਹੀਂ ਹਾਲੇ ਤੱਕ ਅਸੀਂ ਇਹਦੇ ਪਈ ਕਹਿ ਤਾ ਵੀ ਇੱਕਦਮ ਪੈਸੇ ਕੱਟ ਕੇ ਹੁਣ ਦੂਜੇ ਪਾਸੇ ਜਦੋਂ ਅਸੀਂ ਕਹਿ ਦੇਵਾਂਗੇ ਹੁਣ ਇੱਥੇ ਕੰਮ ਬੰਦ ਆ ਫਿਰ ਤੁਹਾਨੂੰ ਪੁੱਛ ਸਕਦੇ ਕੰਮ ਨਹੀਂ ਬੰਦ ਕਿਤੇ ਵੀ ਕੰਮ ਚੱਲੀ ਜਾਂਦੇ ਸੇਵਾ ਸਾਰੇ ਪਾਸੇ ਚੱਲੀ ਜਾਂਦੀ ਕਈ ਵਾਰੀ ਪੋਲੀਟੀਕਲ ਰੀਜ਼ਨ ਨੇ ਮਾੜਾ ਜਿਹਾ ਹੌਲੀ ਹੋ ਜਾਂਦਾ ਕੰਮ ਸੋ ਇਫ ਯੂ ਵਾਂਟ ਟੂ ਚੇਂਜ ਦਾ ਵਰਲਡ ਇਟ ਵਿਲ ਟੇਕ ਮਨੀ ਜੇ ਦੁਨੀਆ ਬਦਲਣੀ ਹੋਰ ਪੈਸੇ ਤੋਂ ਬਗੈਰ ਦੁਨੀਆ ਨਹੀਂ ਚੱਲਦੀ ਪਰ ਪੈਸਾ ਸੰਭਾਲਣਾ ਔਖਾ ਇਕੱਠਾ ਕਰਨਾ ਸੌਖਾ ਹੁਣ ਕਈ ਸਾਡੇ ਕੋਲ ਇਮੋਸ਼ਨ ਆਏ ਆ ਸਾਡੇ ਭੈਣ ਭਰਾ ਬੈਠੇ ਅਫਗਾਨਿਸਤਾਨ ਜੇ ਸਾਡੇ ਕੋਈ ਇਫ ਸੰਬੜੀ ਅਪਰੋਚ ਇਜ਼ ਮੀ ਵਿਦ ਅ ਗੁੱਡ ਔਰਗਨਾਈਜੇਸ਼ਨ ਟੂ ਹੈਲਪ ਦਮ ਵੀ ਵਿਲ ਹੈਲਪ ਦਮ ਵੀ ਆਰ ਵਰਕਿੰਗ ਵਿਦ ਸਮ ਆਫ ਦਾ ਪੀਪਲ ਇਨ ਕੈਨੇਡਾ ਦੇ ਡੂਇੰਗ ਅ ਗੁੱਡ ਜੋਬ ਅਫਗਾਨਿਸਤਾਨ ਸਾਡੇ ਸਿੱਖ ਭਰਾ ਬੈਠੇ ਭੈਣ ਭਰਾ ਬੈਠੇ ਜੇ ਕੋਈ ਗੁੱਡ ਚੰਗੀ ਸੰਸਥਾ ਉੱਥੇ ਕੰਮ ਕਰਦੀ ਫਿਰ ਅਸੀਂ ਕੰਮ ਕਰਨ ਨੂੰ ਤਿਆਰ ਅਸੀਂ ਪੈਸੇ ਇਕੱਠੇ ਨਹੀਂ ਕਰਨੇ ਅਫਗਾਨਿਸਤਾਨ ਸਿੱਖਾਂ ਲਈ ਅਸੀਂ ਅਪੀਲ ਵੀ ਨਹੀਂ ਕੀਤੀ ਹੁਣ ਕਈ ਵਾਰੀ ਕੋਈ ਅਟੈਕ ਹੋ ਜਾਂਦਾ ਅਪੀਲ ਦੇ ਵਿੱਚ ਇਕੱਠੇ ਪੈਸੇ ਇਕੱਠੇ ਕਰਨ ਦੀ ਕੋਈ ਖੜੀਆਂ ਹੋ ਜਾਂਦੀਆਂ ਸੰਸਥਾ ਪੈਸੇ ਕਿੰਨੇ ਪੈਸੇ ਇਕੱਠੇ ਕਰ ਲੈਂਦੇ ਪਰ ਖਰਚਣੇ ਕਿੱਦਾਂ ਹੁੰਦੇ ਫਿਰ ਸੋਚਦੇ ਨਹੀਂ ਮਗਰੋਂ ਅਸੀਂ ਕੋਈ ਅਫਗਾਨਿਸਤਾਨ ਸਿੱਖਾਂ ਲਈ ਹਾਲੇ ਤੱਕ ਅਪੀਲ ਨਹੀਂ ਕੀਤੀ ਕਿਉਂਕਿ ਕੰਮ ਕਰਨਾ ਉੱਥੇ ਬਹੁਤ ਔਖਾ ਅਤੇ ਜੇ ਸਾਨੂੰ ਹੁਣ ਸੰਸਥਾ ਚਾ ਕੇ ਮਿਲ ਗਈ ਆ ਅਸੀਂ ਅੱਜ 1 ਲੱਖ ਪਾਉਣ ਆਪਣੇ ਵੱਲੋਂ ਖਰਚਣ ਨੂੰ ਤਿਆਰ ਹਾਂ ਸੋ ਪੈਸੇ ਦੀ ਪ੍ਰੋਬਲਮ ਨਹੀਂ ਗੀ 2 ਲੱਖ ਖਰਚ ਦੇਵਾਂਗੇ 3 ਲੱਖ ਖਰਚੋਂਗੇ ਸੇਫਲੀ ਪਰ ਸੋਚਣਾ ਪੈਂਦਾ ਭਈ ਕਿੱਦਾਂ ਅਸੀਂ ਕਰਨਾ ਇਮੋਸ਼ਨ 'ਤੇ ਇੱਕਦਮ ਭਈ ਭੜਕਾ ਕੇ ਕੋਈ ਚੀਜ਼ ਹੋ ਗਈ ਪੈਸੇ ਇਕੱਠੇ ਕਰ ਫਿਰ ਹੀ ਹੁੰਦੀ ਆ ਅਸੀਂ ਇੱਦਾਂ ਕਰੀਦੀ ਸੋਚ ਸਮਝ ਕੇ ਚੱਕਣਾ ਕਾਹਦੋਂ ਫਿਰ ਅਸੀਂ ਕਰਾਂਗੇ ਕੰਮ ਕਰਕੇ ਅਪੀਲ ਕਰਾਂਗੇ ਕੰਮ ਨਹੀਂ ਪਹਿਲਾਂ ਵੀ ਕੰਮ ਨਹੀਂ ਕਰਕੇ ਇਹ ਨਹੀਂ ਵੀ ਕੰਮ ਨਹੀਂ ਕਰਨਾ ਪਹਿਲਾਂ ਅਪੀਲ ਸ਼ੁਰੂ ਕਰਦਾ ਅਸੀਂ ਇੱਦਾਂ ਨਹੀਂ ਕਰਨੀ ਵੀ ਹੈਵ ਲੋਟ ਟੂ ਡੂ ਸੰਗਤ ਜੀ ਅ ਲੋਟ ਟੂ ਡੂ
continue your trust. Keep helping us. Keep supporting us. Keep supporting our Khalsa teams throughout the world. I am so grateful personally. I'm thankful to all the business community around the world. America, Canada, Australia, UK, India. So many businesses are helping Khalsa Aid. Thank you. America, Canada, UK, Australia, India. Both businessmen are helping us. We are very grateful. ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਉੱਪਰ ਟਰੱਸਟ ਕੀਤਾ। ਕਈ ਲੋਕ ਤੁਹਾਡਾ ਟਰੱਸਟ ਤੋੜਨ ਨੂੰ ਕਰਦੇ ਆ, ਬਹੁਤ ਕੋਸ਼ਿਸ਼ ਕਰ ਰਹੇ ਆ ਵੀ ਤੁਹਾਡਾ ਟਰੱਸਟ ਤੋੜਨਾ, ਤੁਹਾਡਾ ਯਕੀਨ ਤੋੜਨਾ ਖਾਲਸਾ ਏਡ ਨਾਲ। ਸਾਡੀ ਇਹੀ ਬੇਨਤੀ ਆ, ਜੁੜੇ ਰਹੋ। ਵੀ ਆਰ ਗੋਇੰਗ ਟੂ ਚੇਂਜ ਦ ਵਰਲਡ ਫੋਰ ਈਵਨ ਬੈਟਰ। ਅਸੀਂ ਦੁਨੀਆ ਹਾਲ ਤੱਕ ਹੋਰ ਬਦਲਣੀ ਇਕੱਠਿਆਂ ਨੇ। ਜਿੰਨੀ ਦੁਨੀਆ ਬਦਲਤੀ ਪਿਆਰ ਦੇ ਨਾਲ, ਓਨੀ 10 ਗੁਣਾ ਹੋਰ ਅਸੀਂ ਬਦਲਣੀ ਆ। ਤੁਹਾਡਾ ਬਹੁਤ ਧੰਨਵਾਦ, ਇਕੱਲੇ ਇਕੱਲੇ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਸਾਨੂੰ ਸਪੋਰਟ ਕੀਤੀ ਆ। 21 ਸਾਲ ਤੁਸੀਂ ਸਾਡਾ ਤਜਰਬਾ ਦੇਖਿਆ, 21 ਸਾਲ ਜੇ ਤੁਸੀਂ ਦੇਖਣਾ ਅਸੀਂ ਕਿੱਥੇ ਰਹਿੰਦੇ ਹਾਂ। ਆ ਜਾਓ, ਆ ਵੀ ਆ ਕਾਰ ਬੈਠਾ ਜਿਹੜੀ ਮੈਂ, ਇਹ ਜਿਹੜੀ ਖਾਲਸਾ ਦੀ ਕਾਰ ਜਿੱਥੇ ਕਦੇ ਘੁੰਮੀ ਦਾ ਸਾਰੇ ਪਾਸੇ ਜਾਈਦਾ ਇੱਥੇ ਖਾਲਸਾ ਲਈ। ਇਹ ਵੀ 2014 ਦੀ ਆ ਖਰੇ, ਜਾਂ 16 ਦੀ, ਇੱਦਾਂ ਕੁਛ ਆ। ਸਾਡੀ ਪਰਸਨਲ ਕਾਰ ਟੁੱਟੀ ਫਿਰੀ ਆ, ਉਹ ਠੀਕ ਨਹੀਂ ਹੁੰਦੀ ਹਾਲ ਤੱਕ। ਸਾਡਾ ਘਰ ਵੀ ਦੇਖ ਲਓ ਕਿ ਦੇਖਣਾ ਕਿੰਨੇ ਕਿੱਥੇ ਰਹਿੰਦੇ ਅਸੀਂ। ਜਿੰਨੇ ਤਾਂ 21 ਸਾਲ ਦੇ ਅਸੀਂ ਵੀ ਕਰੋੜਪਤੀ ਬਣ ਕੇ ਬਹਿਣਾ ਸੀਗਾ। ਅਸੀਂ ਉੱਥੇ ਜਾ ਕੇ ਫੈਂਸੀ ਕੱਪੜੇ ਫੈਂਸੀ ਦੇ ਬਣਦੇ, ਅਸੀਂ ਸਾਨੂੰ ਕੋਈ ਫੈਂਸੀ ਚੀਜ਼ ਲੋੜ ਨਹੀਂ। ਹਰ ਵਾਰੀ ਸਾਨੂੰ ਸੱਟ ਆ 84 ਦੀ, ਸਾਨੂੰ ਸੱਟ ਆ ਪਈ ਲੱਗੀ ਉਹ ਪਈ ਅਸੀਂ ਕਿੱਥੇ ਹਾਂ, ਕੌਣ ਆ, ਇੰਨੀ ਮਹਾਨ ਕੌਮ ਕਿੱਥੇ ਪਹੁੰਚ ਗਏ। ਪਰ ਜਿਹੜੀ ਸੇਵਾ ਆ ਉਹਨਾਂ ਨੂੰ ਚੁੱਭਦੀ ਆ, ਜਿਹੜੀ ਚਾਹੁੰਦੇ ਆ ਵੀ ਸਾਡੇ ਉੱਪਰ ਬਸ ਲੇਵਲ ਲੱਗੀ ਜਾਵੇ ਅੱਤਵਾਦੀ ਦਾ, ਚੁੱਪ ਕਰਕੇ ਬਹਿ ਜਾਓ। ਜਦੋਂ ਸੇਵਾ ਕਰੀਦੀ ਦੁਨੀਆਂ 'ਚ ਵਾਹਵਾ ਹੁੰਦੀ ਸਿੱਖਾਂ ਦੀ, ਜਦੋਂ ਵਾਹਵਾ ਸਿੱਖਾਂ ਦੀ ਹੁੰਦੀ ਸਾਰੇ ਦੁਸ਼ਮਣ ਤੋਂ ਅਲੱਗ ਲੱਗਦੀ। ਸੋ ਮੇਰਾ ਧੰਨਵਾਦ ਜਿਹੜੇ ਸਾਨੂੰ ਦੇਖ ਕੇ ਸੜਦੇ ਆ, ਸਾਡੇ ਖਿਲਾਫ ਝੂਠ ਬੋਲ ਕੇ ਕੈਂਪੇਨ ਸ਼ੁਰੂ ਕੀਤੀ ਉਹ 3-4 ਬਿਲੀਅਨ ਪਾਉਣ ਦੀ, ਜਾਂ ਇਹ ਕੋਈ ਤੁਹਾਡਾ ਫਰਕ ਨਹੀਂ ਪੈਣਾ। ਤੁਹਾਡੇ ਵਰਗੇ ਮੈਂ 100 ਕੁੱਤੇ ਦੇਖਦਾ ਭੌਂਕਦੇ, ਸ਼ੇਰ ਚੁੱਪ ਚਾਪ ਤੁਰਦੇ, ਕੁੱਤੇ ਸਲਾਹ ਭੌਂਕਦੇ। ਸੰਗ ਸਾਡੇ ਨਾਲ ਆ, ਗੁਰੂ ਸਾਡੇ ਨਾਲ ਆ। ਜਦ ਤੱਕ ਇਹ ਸੰਗਤ ਦਾ ਪਿਆਰ ਆ, ਸਾਰੇ ਪਾਸੇ ਦੁਨੀਆਂ ਦੇ ਵਿੱਚ ਅਸੀਂ ਸੇਵਾ ਦੇ ਝੰਡੇ ਗੱਡ ਦੇਣੇ ਜਾ ਕੇ, ਸਾਡੇ ਵੱਲੋਂ, ਸਾਡੇ ਸੇਵਾਦਾਰ ਵੱਲੋਂ, ਸਾਡੇ ਸਟਾਫ ਵੱਲੋਂ, ਸਾਡੀਆਂ ਟੀਮਾਂ ਵੱਲੋਂ ਤੁਹਾਡਾ ਬਹੁਤ ਧੰਨਵਾਦ। ਅਤੇ ਅਸੀਂ ਗਾਰੰਟੀ ਕਰਦੇ ਹਾਂ ਅਗਲੇ 2-3 ਸਾਲ ਦੇ ਵਿੱਚ ਅਸੀਂ ਹੋਰ ਜ਼ੋਰ ਪਾਉਣਾ ਪੰਜਾਬ ਵੱਲ, ਜਨਰਲੀ ਇੰਡੀਆ ਵੱਲ ਵੀ ਅਤੇ ਹੋਰ ਪਾਸੇ ਵੀ, ਜਿੰਨਾ ਕੁਛ ਕਰ ਸਕਦੇ ਸੇਵਾ। ਤੁਹਾਡੇ ਸਪੋਰਟ ਦਾ, ਤੁਹਾਡੇ ਪਿਆਰ ਦਾ ਬਹੁਤ ਧੰਨਵਾਦ। ਇੰਨਾ ਪਿਆਰ ਤੁਹਾਡੇ ਵੱਲੋਂ ਜਿੱਥੇ ਵੀ ਜਾਈਦਾ, ਇੱਥੇ ਤੁਰਨ ਫਿਰਨ ਵੀ ਜਾਈਦਾ ਜਾਂ ਬਾਹਰ ਕਿਤੇ ਜਾਈਦਾ ਸ਼ੋਪਿੰਗ ਜਾਈਦਾ, ਇੰਨਾ ਪਿਆਰ ਮਿਲਦਾ ਉੱਥੇ, ਬਹੁਤ ਮਹਿਸੂਸ ਹੁੰਦਾ। ਬਹੁਤ ਧੰਨਵਾਦ ਜੀ। ਆਪਣਾ ਬਜ਼ੁਰਗਾਂ ਦਾ ਆਪਣਾ ਕਰੋਨਾ ਵੀ ਕਾਨੂੰਨ ਆ, ਕਾਨੂੰਨ ਫੋਲੋ ਕਰੋ ਜਿੱਥੇ ਵੀ ਤੁਸੀਂ ਹੈਗੇ ਆ। ਸਰਦਾ ਪਈ ਸੇਵਾ ਆ, ਉਹ ਡਟ ਕੇ ਕਰੀ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਬਾਰਿਸ਼ ਪੈ ਰਹੀ ਬਾਹਰ, ਤੁਹਾਨੂੰ ਸਾਡੀ ਆਵਾਜ਼। I'll speak in English and first of all, 1 year we have achieved so much. ਸਾਲ ਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਵਾਲੰਟੀਅਰ ਦੀ ਟੀਮਾਂ ਨੇ ਬਹੁਤ ਕੋਸ਼ਿਸ਼। ਸੋ what's your next step for Khalsa? ਮੈਂ ਦੇਖਦਾ ਕੜਹਾਸਾ ਆਉਂਦਾ, ਹਮਲੇ ਦੇਖੇ ਖਾਲਸਾ ਦੇ ਉੱਪਰ ਆਪਣਿਆਂ ਨੇ ਕੀਤੇ। ਇਨ ਦਾ ਲਾਸਟ ਵਨ ਅਟੈਕਸ ਔਨ ਖਾਲਸਾ ਏਡ ਫਰੋਮ ਫੈਲੋ ਸਿੱਖ। ਹੁਣ ਵੀ ਮੈਂ ਦੇਖਾ ਆਉਂਦਾ ਭਾਈ ਦੇਖੋ ਜੀ ਪਾਉਂਦੇ ਆ।
ਬੈਠੇ ਆ ਜਿੱਦਾਂ ਗਾਂ ਪਾ ਕੇ ਡਰਪੋਕ ਜਿਹੜੇ ਹੁੰਦੇ ਬੰਦੇ ਕੋਈ ਸੁਣਦਾ ਨਹੀਂ ਗਾ ਫਿਰ ਫੇਕ ਆਈਡੀ ਬਣਾ ਕੇ ਬੜੇ ਬੋਰਡ ਦੇ ਉੱਪਰ ਬਈ ਖਾਲਸਾ ਦਾ ਹਮਲਾ ਕਰੀ ਤੁਹਾਡੇ ਲੋਕ ਕੋਈ ਥੋੜਾ ਕਦੀ ਖਾਲਸਾ ਦੇ ਪੈਸੇ ਮੇਰੇ ਨਾਂ ਤੇ ਥੋੜੋ ਜਿਹਨੂੰ ਜੀ ਸੋ ਆਵਾ ਵਿਜ਼ਨ ਫੋਰ ਖਾਲਸਾ $100 million $4 million The fact is, in your town, the buildings, not just the land, but the building, Khalsa Aid, yes, Europe, Australia, America, other buildings, they have 3-4 million, they have their income, and Tommy, ਇੰਨੀ ਖਾਲਸਾ ਬਣਾ ਲੈਣੀ ਖਾਲਸਾ ਕੋ ਲਓ ਜੀ ਤੁਸੀਂ 4 million ਸਾਡੇ ਕੋਲ $100 million ਕਨੇਡਾ ਟੋਟਲ ਇਨਕਮ $100-200 million ਬਿਲਕੁਲ ਨਹੀਂ ਬਦਲ ਦਈਏ ਗ੍ਰੀਡੀ ਫੋਰ ਪਾਵਰ Never been greedy for money. A fanatic whose car doesn't even. ਜਿਹੜੀ ਖਰਾਬ ਹੋਈ ਹੋ ਤਾਂ ਲੋਕ ਕੰਪਲੇਨ ਕਰ ਆਈਡੀਆਂ ਜਾਂ ਜਿਹੜੇ ਭਾਈ ਖਾਲਸਾ ਨੂੰ ਐਕਸਪੋਜ ਕਰ ਖਰਚੇ ਨੂੰ ਹੁਣ ਸਾਡਾ 1 million ਜੇ ਸਾਡੀ ਖੁੱਲੀ ਛੁੱਟੀ ਮਿਲ ਜਾਵੇ ਇੰਡੀਆ ਅਸੀਂ ਤਾਂ ਜਿਹੜੇ ਭਾਈ 4 million ਸੀ ਤੁਹਾਨੂੰ ਜਾਣ ਕੇ ਇਹਦੀਆਂ ਕੈਂਪੇਨ ਕਰ ਰਹੇ ਆ ਭਾਈ ਦਰਨ ਭਾਈ ਦੇਖੋ ਜੀ ਭਾਈ ਖਾਲਸਾ ਕੋਈ ਕੁਛ ਨਹੀਂ ਬਣਦਾ ਖੁੱਲੀ ਛੁੱਟੀ ਮਿਲ ਜਾਵੇ ਪੰਜਾਬ ਦੇ ਵਿੱਚ 6 ਮਹੀਨੇ 'ਚ ਖਰਚ ਲਵਾਂਗੇ ਵੀ ਆਰ ਨੋਟ ਅਫਰੇਡ ਵੀ ਵਾਂਟ ਟੂ ਬਿਕਮ Organization. The aid has a track record and delivering aid. Khalsa pehli duniya di sansta sikhan wala behna siga assi register ni kithe regulation ni honi si jinna marzi so we have a sada record baneya sa aid ਤਾਂ ਸੰਗ ਨਾ ਕਿੰਨਾ ਵਧੇ ਸੋ ਆਓ ਤਾਂ ਕੱਲੇ ਕੱਲੇ ਗੁਰਦੁਆਰੇ ਕੋ ਪਾਏ ਹੋਗਾ ਆਮ ਆਸਕਿੰਗ ਯੂ ਆਲ ਇਨ ਇਨ ਦਾ ਵਰਲਡ ਵੈਦਰ ਇਜ਼ ਖਾਲਸਾ ਯੂ ਸੀ ਵੇ ਵੀ ਆਰ ਲੁੱਕ ਐਟ ਮੇਕ ਅਸ ਬਿਗ ਆਮ ਨੋਟ ਅਫਰੇਡ ਬਿਗਰ ਟੀਮਸ ਵਿਲ ਗਰੋ ਬਿਗ I think that we're afraid that $1 million in the bank and they're in the bank. It's not in my pocket. You pata bhi lagna hai kitna paisa aaya. Aur pe the lagda pata kitna paisa hoga. Le kitna paisa. We show you how much money. It's all in this in a safe place. Charities Commission in the UK. Their account held by 5 trustees. I'm not a trustee. I can't be a trustee. You know, we are managing it. Khalsa Aid is an institution for you, for the future. Not if I wanted to make it, I would have kept it myself. I buy a couple of villas, relax. Right now, we have so really coward.
put these lies out there at it. The Sangha's going to say, oh my God, why have they got it? But we're spending money for aid and eventually to be 100, 150. Sade ko bhi hona chahida ya. ਜਿਹੜਾ ਰੈੱਡ ਕਰਾਸ ਦੇ ਕੋਲ ਆ ਬੜੀ ਪੈਸੇ ਵਗੈਰਾ ਤੁਸੀਂ ਨਾ ਥੋੜੀ ਹਿਲਦੀ ਆ ਇਹ ਸਲ ਨਹੀਂ ਕਰਦੇ ਅਸੀਂ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਹਾਂ ਉਹ ਕਹਿ ਲਓ ਭਾਈ ਸੋਰੀ ਅਸੀਂ 100 ਅਸੀਂ 500 ਪਾਉਂਡ ਖਾਂਦੇ ਹਾਂ ਸੰਗਤ ਬਹੁਤ ਦਿਆਲੂ Our accounts are there. Visit our accounts. And you wonder, hang on. £1,000. They're only showing 50,000. They collected a 50,000. Everything, every penny is accounted by other groups, other Sikhs. It's unbelievable. The most religious outlook is lies. So, we only whatever is a million, 5 million maybe, in about 2-3 million next few years. Maybe quicker when this coronavirus is over. But we're dropping about 55, 60. We've got big operations like. Already yearly vision hoi ya. 1 million ho gaya keh lo. Dujiya sansthaan hunde kinne ho jande. Lagdi sade wal dekh ke. Dunga tuhanu. ਅੱਗ ਆਪਣੇ ਆਪ ਨੂੰ ਵੀ ਕਿਉਂਕਿ ਪਹੁੰਚਣੀ ਨੀਗੀ ਅਸੀਂ ਛੱਡੋ ਤੇ ਸਾਡੀ ਜਿਹੜੀ ਇੱਕ ਦੁਨੀਆ ਦਾ ਇੱਕ ਖਾਲਸਾ ਇਟ ਇਜ਼ ਬਿਕਮ ਇੰਸਟੀਟਿਊਸ਼ਨ ਖਾਲਸਾ ਏਡ ਇਜ਼ ਪ੍ਰੋਟੈਕਟਿਡ ਓਵਰ ਦੀ ਲਾਸਟ 21 ਇਅਰਸ ਆਈਵ ਸੀਨ ਵੀ ਨੈਵਰ ਬੈਕ ਆਫ ਮੈਂ ਕਦੀ ਪਿੱਛੇ ਸੰਚ ਗੱਲ ਆਉਂਦੀ ਅਸੀਂ ਕਰੀ ਦੀ ਆ ਸਾਡੀ ਟੀਮ ਨੂੰ ਆ ਗਈ ਕੋਈ ਈਮੇਲ ਕਿੱਧਰੋਂ ਆ ਗਈ ਕਿਸੇ ਨੂੰ ਹੋਰ ਬੇਤੀ ਮੇਰੇ ਝੂਠੇ ਆ ਦੇਖੋ ਜੀ ਕਹਿੰਦੇ ਮੈਂ ਤਾਂ ਸਿੱਧੀ ਗੱਲ ਕਰਦਾ ਮੈਂ ਥੋੜਾ ਪਾ ਗਿਆ ਏਦਾਂ ਪਈ ਜਿੱਦਾਂ ਪਈ ਕਿਹਾ ਤੁਹਾਡੇ ਨਾਲ ਕਦੀ ਜਿੱਦਾਂ ਫੇਕ ਆਈ ਡੀ ਆ ਜਿੱਦਾਂ ਕੋਈ ਉਹਵੇਂ ਕਹਿੰਦੇ ਪਈ ਵੱਡੇ ਬੰਦੇ ਬਣਦੇ ਆ ਬਣਾਉਂਦੇ ਆ ਬੰਦੇ ਦੀਆਂ ਇੰਨੇ ਡਰਪੋਕ ਆ ਸਾਡੇ ਵਰਗੇ ਸਿੱਧੇ ਬੋਲਦੇ ਅਸੀਂ ਸਿੱਧਾ ਬੋਲਣਾ ਸਿੱਖਿਆ ਕਿਸ ਨਹੀਂ ਪਸੰਦ ਕਿਸ ਨੂੰ ਪਸੰਦ ਆ ਅਸੀਂ ਕੰਮ ਵੀ ਦਿਖਾ ਲਈ ਕੀ ਕਰਦੇ ਬਹੁਤ ਕੰਮ ਪਿਆ 21 ਸਾਲ ਇਨ ਲਾਸਟ 21 ਈਅਰਸ ਵਾਟ ਵੀ ਅਚੀਵ ਇਸ ਫੈਨੋਮੀਨਲ ਲੈਟਸ ਗੋ ਆਊਟ ਦੇਅਰ ਨਾਟ 21 ਈਅਰਸ ਇਨ ਦ ਨੈਕਸਟ 2 ਈਅਰਸ ਯੂ ਸ਼ੋਅ ਅਸ ਯੋਰ ਜੈਨਰੋਸਿਟੀ You continue to donate as much as you can. Show us your donations. And I guarantee you next 2 years will change everything around us. The teams, the staff, the commitment to humanity, bigger operations, not just in Punjab and India, around the world. And together we can do it. I promise you we can do it. 21 years ago, I asked you for to trust me. And look where we are. Everyone in the world knows who Sikhs are and the cult that is. Maybe we got 4 million, whatever it is, but the publicity that Khalsa Aid has given the Sikhs of the 20 years, 21 years is phenomenal because it's Guru Kirpa. I didn't do it. You did it. The Sangha did it. It's not one person. Our teams, the Sangat, you trusted us. You believed in us. You believed in me. I'm not a good guy. I've never been a good guy. I swear, I shout. I get angry, but I promise you I'll talk straight. Now trust me more. We have a great team.
We have great experience. There's nobody in the community at the moment, in the groups, that is more experienced than the Carl Zeid groups for delivering humanitarian aid. From Punjab to America to the UK, Carl Zeid is one of the most experienced teams. As you know, even our people who can't, you know, stand us, hate us, will tell you that. So, main tuhanu ehi kehna chahunda, saade vich koi lukova nahi ga, assi pind de bande haan, pind saada bachpan siga, siddhi gal kari di aa, kai vari siddhi gal kisi nu suit nahi hundi, saanu koi fark nahi ga, na saanu koi lalch da, na koi kursi da, saanu lalch aa koi sikhaan di jehdi jehda nishaan aa, ek permanent duniya dil ch aa jave. ਹੁਣ ਆਉਣ ਲੱਗ ਪਿਆ ਕਿੰਨੇ ਦੇਸ਼ਾਂ ਪ੍ਰਦੇਸ਼ਾਂ ਜਿੱਥੇ ਖਾਲਸਾ ਸਾਹਿਬ ਸੇਵਾ ਚੱਲਦੀ ਆ, ਇੰਨਾ ਪਿਆਰ ਸਿੱਖਾਂ ਲਈ, ਪਰ ਤਾਂ ਵੀ ਆਪਣੇ ਸਾਡੇ ਵਿੱਚ ਹੈਗੇ ਜਿਹੜੇ ਦੇਖ ਕੇ ਸੜਦੇ, ਸੜ ਲੈਂਦੇ ਹੋ. ਮੇਰਾ ਇਹੀ ਮੈਸੇਜ ਆ, ਅਸੀਂ ਤੁਹਾਡੇ ਨਾਲ ਰਲ ਕੇ 21 ਸਾਲ ਦੇ ਵਿੱਚ ਗੁਰੂ ਕਿਰਪਾ ਨਾਲ ਦੇਖੋ ਕਿੰਨਾ ਪਿਆਰ ਸਿੱਖੀ ਲਈ ਵਧਾਇਆ. ਸਾਡੇ ਸੇਵਾਦਾਰ, ਸਾਡੀਆਂ ਟੀਮਾਂ, ਸਾਡੇ ਸਪੈਸ਼ਲੀ ਸਾਡੇ ਸੇਵਾਦਾਰ ਸਾਡੀ ਰੀੜ੍ਹ ਦੀ ਹੱਡੀ ਆ. ਜੇ ਮੈਂ ਕਹਿ ਦੇਵਾਂ ਇੱਕ ਬੰਦੇ ਨੇ ਕੀਤੀ ਆ, ਨਾ ਇੱਕ ਬੰਦੇ ਨੇ ਕੁਛ ਨਹੀਂ ਕੀਤਾ. ਮੈਂ ਜਦੋਂ ਗੱਲ ਕੱਲ੍ਹ ਇੱਥੇ ਸਾਡੀ ਮੈਂ ਪੋਸਟ ਪਾਇਆ ਸੀਗਾ, ਇੱਕ ਪਾਕਿਸਤਾਨ ਤੋਂ ਬੀਬੀ ਨੇ ਬਹੁਤ ਹੀ ਵਧੀਆ ਪੋਸਟ ਪਾਇਆ ਖਾਲਸਾ ਏਡ ਬਾਰੇ, ਆਈਡੀਆ ਖਾਲਸਾ ਏਡ ਦਾ. ਖਾਲਸਾ ਏਡ ਦਾ ਆਈਡੀਆ 1% ਸੀਗਾ, ਜਿਹੜਾ 99.99% ਆਈਡੀਆ ਜਿਹੜਾ ਅੱਜ ਖੜਾ ਹੋਇਆ ਉਹ ਸਾਡੇ ਸੇਵਾ ਦਾ, ਸਾਡੀ ਇੰਡੀਆ ਦੀ ਟੀਮ, ਅਮਰਪ੍ਰੀਤ ਹੋਣੀ, ਜਿੰਦੇ ਚਤਿੰਦਰ ਹੋਣੀ, ਅਮਰ ਸਿੰਘ ਹੋਣੀ, ਅਮਰਤ ਸਿੰਘ ਕੌਰ, ਹਰਪ੍ਰੀਤ ਸਿੰਘ, ਇਹਨਾਂ ਨੇ ਸਾਰਿਆਂ ਨੇ ਇਕੱਠਾ ਕੀਤਾ, ਤੁਸੀਂ ਕੀਤਾ. ਸੋ ਜੇ ਕੋਈ ਲੰਡਨ ਆਇਆ ਹੋਵੇ, ਕੋਈ ਮਿਲਣਾ ਚਾਹੋ, ਸਾਨੂੰ ਈਮੇਲ ਕਰੋ, ਸਾਡੇ ਘਰ ਆ ਕੇ ਚਾਹ ਪੀਣੀ ਦੇਖ ਲਓ. ਸਾਨੂੰ ਕੋਈ ਇਹ ਨਹੀਂ, ਸਾਡੇ ਮਹਿਲਾਂ ਚੜ੍ਹਨੇ. ਸਾਡੀ ਕਾਰ ਵੀ ਮੇਰੀ ਖਰਾਬ ਪਈ ਹੋ ਆ, ਜਿਹੜੀ ਪਰਸਨਲ ਕਾਰ ਪਿਛਲੇ 1.5 ਸਾਲ ਦੀ, ਉਹ ਤਾਂ ਵੀ ਠੀਕ ਹੁੰਦੀ. ਸੋ ਸਾਨੂੰ ਕੋਈ ਲਾਲਚ ਨਹੀਂ ਚੀਜ਼ ਦਾ, ਲਾਲਚ ਇਹ ਹੀ ਆ. 50 ਸਾਲ ਦੀ ਸਾਡੀ ਉਮਰ ਹੋ ਗਈ ਆ, ਓਲਮੋਸਟ 30 ਸਾਲ ਦੇ ਸੀ ਅਸੀਂ, 29.5 ਸਾਲ ਦਾ ਸੀ ਜਦੋਂ ਖਾਲਸਾ ਸ਼ੁਰੂ ਹੋਈ, ਸਾਡੀ ਉਮਰ ਉਸੇ 29.5 ਸਾਲ ਦੀ ਸੀ. ਹੁਣ 50 ਸਾਲ ਦੀ ਹੋ ਗਈ ਆ. ਹੁਣ ਮੈਂ ਸੋਚਦਾ ਵੀ 5-10 ਸਾਲ ਦੇ ਵਿੱਚ ਸਾਡਾ ਅਗਲਾ ਸਟੈਪ ਕੀ ਹੋਊਗਾ. ਅਗਲਾ ਸਟੈਪ ਤੁਹਾਡੇ ਉੱਪਰ ਡਿਪੈਂਡ ਕਰਦਾ. ਹੁਣ ਕਰ ਦਈਏ ਖਾਲਸਾ ਨੂੰ ਉਸ ਲੈਵਲ 'ਤੇ ਜਿੱਥੇ ਹੋਣੀ ਚਾਹੀਦੀ ਆ, ਅਤੇ ਅਸੀਂ ਗਾਰੰਟੀ ਕਰਾਂਗੇ. ਸਾਡੇ ਜਿਹੜੇ ਜਥੇਦਾਰ ਦੁਨੀਆਂ ਵਿੱਚ ਹੈਗੇ ਆ, ਮੋਹਰੇ ਹੋਏ, ਅਮਰਪ੍ਰੀਤ ਸਿੰਘ ਇੰਡੀਆ 'ਚ, ਜਤਿੰਦਰ ਸਿੰਘ ਹੋਣੀ ਕਨੇਡਾ 'ਚ, ਉਮਰ ਸਿੰਘ ਹੋਣੀ ਕੈਲੀਫੋਰਨੀਆ, ਅੰਮ੍ਰਿਤ ਕੌਰ ਨਿਊਯੋਰਕ, ਹਰਪ੍ਰੀਤ ਸਿੰਘ ਇੱਧਰ ਆਸਟ੍ਰੇਲੀਆ, ਹੁਣ ਸਾਡੇ ਨਾਲ ਇੱਥੇ ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਜੁੜੇ ਹੋ ਆ ਇੰਗਲੈਂਡ 'ਚ, ਥਾਂ ਥਾਂ ਬ੍ਰਾਂਚ ਖੋਲੂਗੇ. ਪਿੱਛੇ ਨਹੀਂ ਹਟਣਾ, ਹੁਣ ਹੁਣ ਡੱਟ ਕੇ. ਇਹ ਨਹੀਂ ਭਾਈ ਸਾਨੂੰ ਕੋਈ ਆਪਣੇ ਦੇ ਪੈਸੇ ਦਾ ਕੋਈ ਲਾਲਚ ਨਹੀਂ ਗਾ, ਪਰ ਖਾਲਸਾ ਏਡ ਬਿਲਕੁਲ ਚੜ੍ਹਦੀ ਕਲਾ. ਖਾਲਸਾ ਏਡ ਹੁਣ ਨੈਕਸਟ ਲੈਵਲ 'ਤੇ ਜਾਣੀ ਆ, ਤਾਂ ਹੀ ਤੁਹਾਨੂੰ ਮੈਂ ਪੁੱਛਦਾ ਤੁਹਾਡੀ ਸਪੋਰਟ ਦੀ. 4 ਮਿਲੀਅਨ 'ਚ ਪਹੁੰਚਾ, 3-4 ਮਿਲੀਅਨ ਦਾ ਤੁਹਾਡੇ ਮੋਹੀ ਕਿਹਾ, ਤੁਹਾਡੇ ਜਿਹੜੇ ਗੁਰਦੁਆਰੇ ਆਲੇ ਦੁਆਲੇ ਆ, ਅਮਰੀਕਾ, ਕਨੇਡਾ, UK, ਆਸਟ੍ਰੇਲੀਆ, ਉਹਦੀ ਬਿਲਡਿੰਗ 3-4 ਮਿਲੀਅਨ ਦੀ ਆ. ਫਿਰ ਸਾਨੂੰ ਕਹੀ ਜਾਂਦੇ ਭਾਈ ਤੁਹਾਡੇ ਕੋਲ 3-4 ਮਿਲੀਅਨ ਆ, ਕੀ ਕਰਦੇ? ਦੇਖ ਲਓ ਕੀ ਕਰਦੇ ਦੁਨੀਆਂ ਦੇ ਵਿੱਚ, ਦੇਖ ਲਓ ਝੰਡੇ ਚੜ੍ਹਾ ਤੇ ਸੇਵਾ ਦੇ ਤੁਹਾਡੇ ਕਰਕੇ. ਉਹ ਤਾਂ 3-4 ਮਿਲੀਅਨ, 2-3 ਮਿਲੀਅਨ ਕਰ ਦਿੱਤੇ. ਹੁਣ ਸੋਚੋ ਜੇ ਸਾਨੂੰ 100 ਲੈਵਲ ਦਾ ਸਾਡਾ ਵੀ ਹੋਵੇ ਇੱਕ ਵਿਜ਼ਨ, $100 ਮਿਲੀਅਨ ਸਾਲ ਦਾ, $50 ਮਿਲੀਅਨ ਸਾਲ ਦਾ, ਅਸੀਂ ਇੱਕ ਵਿਜ਼ਨ ਕਿੱਥੇ ਤੱਕ ਲੈ ਕੇ ਜਾਂਦੇ ਤੁਹਾਨੂੰ ਤੁਹਾਨੂੰ ਫਿਰ ਜਿੱਥੇ ਵੀ ਜਾਓਗੇ ਦੁਨੀਆਂ ਦੇ ਵਿੱਚ. ਹੁਣ ਵੀ ਕਈ ਪਾਰਟ ਤੁਸੀਂ ਜਾਂਦੇ ਆ ਜਿੱਥੇ ਤੁਹਾਨੂੰ ਕਹਿੰਦੇ ਓ ਵੀ ਨੋ, ਤੁਹਾਨੂੰ ਸਾਨੂੰ ਪਤਾ ਤੁਸੀਂ ਕੌਣ ਆ, ਤੁਸੀਂ ਖਾਲਸਾ ਏਡ, ਵੀ ਨੋ ਹੂ ਯੂ ਆਰ, ਯੋ ਖਾਲਸਾ ਏਡ, ਵੀ ਸੀਨ ਯੂ ਸਿੱਖਸ, ਯੂ ਸਿੱਖਸ ਆਰ ਡੂਇੰਗ ਬ੍ਰਿਲੀਅੰਟ ਵਰਕ, ਵੀ ਲਵ ਦਾ ਸਿੱਖਸ. ਇਹ ਅਸੀਂ ਘੜੀ ਘੜੀ ਸੁਣਦੇ. ਆਈ ਗੋ ਪਲੇਸਿਸ, ਦੇ ਸੇ ਓ ਵੀ ਰਿਮੈਂਬਰ ਯੂ ਹੈਲਪਡ ਇਨ ਬੰਗਲਾਦੇਸ਼, ਯੂ ਹੈਲਪਡ ਇਨ ਨੇਪਾਲ, ਯੂ ਹੈਲਪਡ ਇਨ ਇਰਾਕ, ਯੂ ਹੈਲਪਡ ਇਨ ਲੈਬਨਨ, ਯੂ ਹੈਲਪ ਐਵਰੀਵੇਅਰ, ਵੀ ਨੋ ਹੂ ਯੂ ਆਰ, ਯੂ ਆਰ ਵੰਡਰਫੁਲ ਪੀਪਲ. ਇਹ ਤਾਂ 2-3 ਮਿਲੀਅਨ ਪਾਉਣ ਨੇ ਕਰ ਦਿੱਤਾ. ਇਹਨਾਂ ਨੂੰ 3-4 ਮਿਲੀਅਨ ਚੁੱਭਦੇ ਸਾਡੇ ਜਿਹੜੇ ਖਿਲਾਫ ਆ, ਆਪਣੇ ਬੰਦੇ ਖਿਲਾਫ, ਹੋਰ ਨਹੀਂ, ਬਾਹਰਲੇ ਨਹੀਂ. ਹੁਣ 50-100 ਮਿਲੀਅਨ ਕਰੀਏ. ਇਹ ਤਾਂ ਦੇਖ ਕੇ ਕੀ, ਇਹ ਤਾਂ ਦੇਖ ਕੇ ਮੈਂ ਫਿਰ ਆਪਣੇ ਨੂੰ ਅੱਗ ਲਾ ਲੂਗੇ ਫਿਰ ਜਿਹੜੇ ਸਾਨੂੰ ਨਫ਼ਰਤ ਕਰਦੇ ਆ. ਸੋ ਚਲੀਏ ਇੱਕ ਹੋਰ ਰਸਤੇ 'ਚ ਪਈਏ. ਜਦ ਤੱਕ ਅਸੀਂ ਜਿਉਂਦੇ ਹਾਂ, ਸਾਨੂੰ ਜਵਾ ਆ ਕੇ ਤੁਸੀਂ ਪੁੱਛ ਲਓ, ਜੋ ਪੁੱਛਣਾ ਆਫਿਸ ਦੇ ਵਿੱਚ ਆ ਕੇ. ਅਤੇ ਸਾਡਾ ਕੋਈ ਹਾਲ ਤਾਂ ਕੋਈ ਬੰਦ ਨਹੀਂ ਹੋਇਆ ਕੰਮ. ਕਈ ਵਾਰ ਸਾਨੂੰ ਕਹਿੰਦੇ ਪਈ ਬੰਗਲਾਦੇਸ਼ ਤਾਂ ਚੱਲੀ ਜਾਂਦਾ, ਉੱਥੇ ਮਾੜੀ ਮੁਸ਼ਕਿਲ ਆ ਕਿਉਂਕਿ ਕਰੋਨਾ ਵਾਇਰਸ ਅਤੇ ਮਿਲਟਰੀ ਸਾਨੂੰ ਪਰਮਿਸ਼ਨ ਲੜੀ ਪੈਂਦੀ. ਕੇਰਲਾ ਵੀ ਚੱਲੀ ਜਾਂਦਾ ਕੰਮ ਸਾਡਾ.
ਜਿੱਥੇ ਅਸੀਂ ਪੈਸੇ ਇਕੱਠੇ ਕੀਤੇ ਪੰਜਾਬ ਦੇ ਹਰ ਲਈ ਹਾਲੇ ਤੱਕ ਸਾਡੇ ਕੋਲ ਪੈਸੇ ਪਏ ਹੋਆ ਉਹ ਵੀ ਹਾਲੇ ਤੱਕ ਖਰਚ ਨੇ ਜਿਹੜੇ ਪਏ ਖਰਚ ਦਿੱਤੇ ਜਿੰਨੇ ਖਰਚ ਉਸ ਵੇਲੇ ਮੇਰੇ ਖਿਆਲ ਇੱਥੋਂ ਯੂਕੇ ਤੋਂ ਲੋਨ 7 ਕੁ ਲੱਖ ਪਾਉਣ ਖਰਚ ਦਾ ਅਤੇ ਉੱਧਰੋਂ ਅਮੈਰੀਕਾ ਕਨੇਡਾ ਵਾਲਿਆਂ ਨੇ ਵੀ ਹੁਣ ਸਾਡੇ ਕੋਲ ਪਏ ਉਹ ਪੈਸੇ ਉਹ ਵੀ ਖਰਚ ਨੇ ਅਸੀਂ ਕਿਹਾ ਸੀ ਉਹ ਜਿੱਥੇ ਹਾੜੇ ਉੱਥੇ ਖਰਚਾਂਗੇ ਕਈ ਵਾਰੀ ਪੰਜਾਬ ਦੇ ਵਿੱਚ ਜਿੱਦਾਂ ਇੰਡੀਆ 'ਚ ਕੰਮ ਕਰਨਾ ਔਖਾ ਹੁੰਦਾ ਅਤੇ ਹੁਣ ਉਹ ਮੁੰਡਿਆਂ ਨੇ ਬਹੁਤ ਮੁੰਡਿਆਂ ਨੇ ਟਰੈਕਟਰ ਲਿਆਉਂਦੇ ਬੀਜ ਦਿੱਤਾ ਫਸਲਾਂ ਦੀ ਕੀਤਾ ਸੇਵਾ ਕੀਤੀ ਹਾਲੇ ਤਾਂ ਸਾਡੇ ਕੋਲ ਉਹ ਵੀ ਹਾਲੇ ਤੱਕ ਖਰਚ ਨਹੀਂ ਹਾਲੇ ਤੱਕ ਅਸੀਂ ਇਹਦੇ 'ਤੇ ਕਹਿ ਤਾ ਵੀ ਇੱਕਦਮ ਪੈਸੇ ਕੱਟ ਕੇ ਹੁਣ ਦੂਜੇ ਪਾਸੇ ਜਦੋਂ ਅਸੀਂ ਕਹਿ ਦੇਵਾਂਗੇ ਹੁਣ ਇੱਥੇ ਕੰਮ ਬੰਦ ਆ ਫਿਰ ਤੁਹਾਨੂੰ ਪੁੱਛ ਸਕਦੇ ਕੰਮ ਨਹੀਂ ਬੰਦ ਕਿਤੇ ਵੀ ਕੰਮ ਚੱਲੀ ਜਾਂਦੇ ਸੇਵਾ ਸਾਰੇ ਪਾਸੇ ਚੱਲੀ ਜਾਂਦੀ ਕਈ ਵਾਰੀ ਪੋਲੀਟੀਕਲ ਰੀਜ਼ਨ ਨੇ ਮਾੜਾ ਜਿਹਾ ਹੌਲੀ ਹੋ ਜਾਂਦਾ ਕੰਮ ਸੋ ਇਫ ਯੂ ਵਾਂਟ ਟੂ ਚੇਂਜ ਦਾ ਵਰਲਡ ਇਟ ਵਿਲ ਟੇਕ ਮਨੀ ਜੇ ਦੁਨੀਆ ਬਦਲਣੀ ਹੋਰ ਪੈਸੇ ਤੋਂ ਬਗੈਰ ਦੁਨੀਆ ਨਹੀਂ ਚੱਲਦੀ ਪਰ ਪੈਸਾ ਸੰਭਾਲਣਾ ਔਖਾ ਇਕੱਠਾ ਕਰਨਾ ਸੌਖਾ ਹੁਣ ਕਈ ਸਾਡੇ ਕੋਲ ਇਮੋਸ਼ਨ ਆਏ ਆ ਸਾਡੇ ਭੈਣ ਭਰਾ ਬੈਠੇ ਅਫਗਾਨਿਸਤਾਨ ਜੇ ਸਾਡੇ ਕੋਈ ਔਰਗਨਾਈਜੇਸ਼ਨ ਟੂ ਹੈਲਪ ਦਮ ਵੀ ਵਿਲ ਹੈਲਪ ਦਮ ਵੀ ਆਰ ਵਰਕਿੰਗ ਵਿਦ ਸਮ ਆਫ ਦਾ ਪੀਪਲ ਇਨ ਕੈਨੇਡਾ ਦੇ ਡੂਇੰਗ ਅ ਗੁੱਡ ਜੋਬ ਅਫਗਾਨਿਸਤਾਨ ਸਾਡੇ ਸਿੱਖ ਭਰਾ ਬੈਠੇ ਭੈਣ ਭਰਾ ਬੈਠੇ ਜੇ ਕੋਈ ਗੁੱਡ ਚੰਗੀ ਸੰਸਥਾ ਉੱਥੇ ਕੰਮ ਕਰਦੀ ਫਿਰ ਅਸੀਂ ਕੰਮ ਕਰਨ ਨੂੰ ਤਿਆਰ ਅਸੀਂ ਪੈਸੇ ਇਕੱਠੇ ਨਹੀਂ ਕਰਨੇ ਅਫਗਾਨਿਸਤਾਨ ਸਿੱਖਾਂ ਲਈ ਅਸੀਂ ਅਪੀਲ ਵੀ ਨਹੀਂ ਕੀਤੀ ਹੁਣ ਕਈ ਵਾਰੀ ਕੋਈ ਅਟੈਕ ਹੋ ਜਾਂਦਾ ਅਪੀਲ ਦੇ ਵਿੱਚ ਇਕੱਠੇ ਪੈਸੇ ਇਕੱਠੇ ਕਰਨ ਦੀ ਕੋਈ ਖੜੀਆਂ ਹੋ ਜਾਂਦੀਆਂ ਸੰਸਥਾ ਪੈਸੇ ਕਿੰਨੇ ਪੈਸੇ ਇਕੱਠੇ ਕਰ ਲੈਂਦੇ ਪਰ ਖਰਚਣੇ ਕਿੱਦਾਂ ਹੁੰਦੇ ਫਿਰ ਸੋਚਦੇ ਨਹੀਂ ਮਗਰੋਂ ਅਸੀਂ ਕੋਈ ਅਫਗਾਨਿਸਤਾਨ ਸਿੱਖਾਂ ਲਈ ਹਾਲੇ ਤੱਕ ਅਪੀਲ ਨਹੀਂ ਕੀਤੀ ਕਿਉਂਕਿ ਕੰਮ ਕਰਨਾ ਉੱਥੇ ਬਹੁਤ ਔਖਾ ਬਹੁਤ ਔਖਾ ਅਤੇ ਜੇ ਸਾਨੂੰ ਹੁਣ ਸੰਸਥਾ 'ਚ ਆ ਕੇ ਮਿਲ ਗਈ ਆ ਅਸੀਂ ਅੱਜ 1 ਲੱਖ ਪਾਉਣ ਆਪਣੇ ਵੱਲੋਂ ਖਰਚਣ ਨੂੰ ਤਿਆਰ ਹਾਂ ਸੋ ਪੈਸੇ ਦੀ ਪ੍ਰੋਬਲਮ ਨਹੀਂ ਗੀ 2 ਲੱਖ ਖਰਚ ਦੇਵਾਂਗੇ 3 ਲੱਖ ਖਰਚੋਂਗੇ ਸੇਫਲੀ ਪਰ ਸੋਚਣਾ ਪੈਂਦਾ ਭਈ ਕਿੱਦਾਂ ਅਸੀਂ ਕਰਨਾ ਇਮੋਸ਼ਨ 'ਤੇ ਕਿਉਂਕਿ ਪੈਸੇ ਇਕੱਠੇ ਕਰਨੇ ਸੰਗਤ ਤੋਂ ਬਹੁਤ ਸੌਖੇ ਆ ਪਰ ਸੰਗਤ ਫਿਰ ਹੇਰਾ ਫੇਰੀ ਹੁੰਦੀ ਆ ਅਸੀਂ ਇੱਦਾਂ ਕਰੀਦੀ ਫਿਰ ਅਸੀਂ ਕਰਾਂਗੇ ਕੰਮ ਕਰਕੇ ਇਹ ਨਹੀਂ ਵੀ ਕੰਮ ਨਹੀਂ ਕਰਨਾ ਕੀਪ ਸਪੋਰਟਿੰਗ ਅਸ ਕੀਪ ਸਪੋਰਟਿੰਗ ਆ ਖਾਲਸਾ ਟੀਮ ਥਰੂ ਆਊਟ I am so grateful personally around the world America Canada yeah so many businesses are helping un America Canada UK get businessmen saadi help kar rahe hain bahut dhanwad thoda trust tod nu karde hain bahut us todna ਤੁਹਾਡਾ ਯਕੀਨ ਤੋੜਨਾ ਖਾਲਸਾ ਜੁੜੇ ਰਹੋ ਚੇਂਜ ਦਾ ਵਰਲਡ ਫੋਰ ਈਵਨ ਬੈਟਰ ਬਦਲਣ ਲਈ ਇਕੱਠਿਆਂ ਨੇ ਜਿੰਨੀ ਦੁਨੀਆ 10 ਗੁਣਾ ਹੋਰ ਅਸੀਂ ਬਦਲਣੀ ਆ ਇਕੱਲੇ ਇਕੱਲੇ ਦਾ ਤਹਿ ਦਿਲੋਂ ਤੁਹਾਨੂੰ ਨਾਲ ਤੁਸੀਂ ਸਾਡਾ ਤਜਰਬਾ ਦੇਖਿਆ ਰਹਿੰਦੇ ਹਾਂ ਆ ਜਾਓ ਖਾਲਸਾ ਦੇ ਕਾਰਜ ਅਸੀਂ ਕਦੇ ਘੁੰਮੀ ਦਾ ਇਹ ਵੀ 2014 ਦੀ ਆ ਖਰੇ ਏਦਾਂ ਕੁਛ ਆ ਨਹੀਂ ਹੁੰਦੀ ਹਾਲੇ ਤੱਕ ਸਾਡਾ ਘਰ ਜਿੰਨੇ 21 ਸਾਲ ਤੇ ਅਸੀਂ ਵੀ ਅਸੀਂ ਉੱਥੇ ਜਾ ਕੇ ਫੈਂਸੀ ਕੱਪੜੇ ਹਰ ਵਾਰੀ ਸਾਨੂੰ ਸੱਟ ਆ ਕਿੱਥੇ ਆ ਕੌਣ ਆ ਇੰਨੀ ਕਿੱਥੇ ਪਹੁੰਚ ਗਏ ਉਭਦੀ ਆ ਜਿਹੜੀ ਚਾਹੁੰਦੇ ਜਾਵੇ ਅੱਤਵਾਦੀ ਦਾ ਚੁੱਪ ਕਰਕੇ ਬਹਿ ਜਾਓ ਦੁਨੀਆ 'ਚ ਵਾਹ ਵਾਹ ਹੁੰਦੀ ਸਿੱਖਾਂ ਦੀ ਦੋ ਅਲੱਗ ਅਲੱਗ ਦੀ ਮੇਰਾ ਧੰਨਵਾਦ ਜਿਹੜੇ ਸਾਡੇ ਖਿਲਾਫ਼ ਝੂਠ ਬੋਲ ਕੇ ਕੈਂਪੇਨ ਸ਼ੁਰੂ ਜਾਂ ਇਹ ਕੋਈ ਤੁਹਾਡਾ ਫਰਕ ਮੈਂ 100 ਕੁੱਤੇ ਦੇਖਦਾ ਭੌਂਕਦੇ ਸ਼ੇਰ ਚੁੱਪ ਚਾਪ ਤੁਰਦੇ ਸੰਗ ਸਾਡੇ
ਇਹ ਸੰਗਤ ਦਾ ਪਿਆਰ ਦੁਨੀਆਂ ਦੇ ਵਿੱਚ ਅਸੀਂ ਸੇਵਾ ਦੇ ਝੰਡੇ ਸਾਡੇ ਵੱਲੋਂ ਸਾਡੇ ਸੇਵਾਦਾਰ ਵੱਲੋਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਅਗਲੇ 2-3 ਸਾਲ ਦੇ ਵਿੱਚ ਹੀ ਜਨਰਲੀ ਜਿੰਨਾ ਕੁਛ ਕਰ ਸਕਦੇ ਸੇਵਾ ਦਾ ਤੁਹਾਡੇ ਪਿਆਰ ਦਾ ਜਿੱਥੇ ਵੀ ਜਾਈਦਾ ਬਾਹਰ ਕਿਤੇ ਜਾਈਦਾ ਬਹੁਤ ਮਹਿਸੂਸ ਹੁੰਦਾ। ਬਹੁਤ ਧੰਨਵਾਦ ਜੀ। ਆਪਣਾ ਧਿਆਨ ਰੱਖਿਓ ਦਾ ਆਪਣਾ ਕੋਰੋਨਾ ਵਾਇਰਸ ਤੋਂ ਧਿਆਨ ਵੱਧ ਜ਼ਰੂਰ ਰੱਖਣਾ। ਜਿਹੜਾ ਵੀ ਕਾਨੂੰਨ ਆ ਕਾਨੂੰਨ ਜ਼ਰੂਰ ਕਰੋ ਜਿੱਥੇ ਵੀ ਤੁਸੀਂ ਹੈਗੇ ਆ ਸਰਬੱਤ ਦੇ ਭਲੇ ਦਾ ਜਿਹੜਾ ਭਾਈ ਸਾਡਾ ਭਾਈ ਸੇਵਾ ਆ ਉਹ ਡਟ ਕੇ ਕਰੀ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਬਾਰਿਸ਼ ਪੈ ਰਹੀ ਬਾਹਰ ਅਤੇ ਸਾਨੂੰ ਆਸ ਆ ਭਾਈ ਤੁਹਾਨੂੰ ਸਾਡੀ ਆਵਾਜ਼ ਸੁਣਦੀ ਆ। ਆਈ ਹੋਪ ਯੂ ਕੈਨ ਆਲ ਹੇਅਰ ਮੀ। ਆਲ ਸਪੀਕ ਇਨ ਇੰਗਲਿਸ਼ ਐਂਡ ਪੰਜਾਬੀ ਬਟ ਫਸਟ ਆਲ ਸਪੀਕ ਇਨ ਇੰਗਲਿਸ਼। Now, first of all, in the last 21 years, we have achieved so much together. ਪਿਛਲੇ 21 ਸਾਲ ਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਸਾਰਿਆਂ ਨੇ ਸਾਰੀ ਸੰਗਤ ਨੇ ਖਾਲਸਾ ਦੇ ਵਾਲੰਟੀਅਰ ਦੀ ਟੀਮਾਂ ਨੇ ਬਹੁਤ ਕੋਸ਼ਿਸ਼ ਅਚੀਵ ਕਰ ਲਿਆ। ਸੋ ਵਟਸ ਆਰ ਨੈਕਸਟ ਸਟੈਪ? ਪੀਪਲ ਆਰ ਆਸਕਿੰਗ ਵਟਸ ਯੂਰ ਨੈਕਸਟ ਸਟੈਪ ਫੋਰ ਖਾਲਸਾ ਏਡ? ਤੁਹਾਡਾ ਵੀ ਅਗਲਾ ਕਦਮ ਕੀ ਹੋਊਗਾ ਖਾਲਸਾ ਏਡ ਦਾ? ਹੁਣ ਕਈ ਹੈਗੇ ਆ, ਮੈਂ ਦੇਖਦਾ ਕਿਹੜਾ ਹਾਸਾ ਆਉਂਦਾ, 21 ਸਾਲ ਦੇ ਵਿੱਚ ਮੈਂ ਇੰਨੇ ਹਮਲੇ ਦੇਖੇ ਖਾਲਸਾ ਦੇ ਉੱਪਰ, ਆਪਣੇ ਹਮਲੇ ਸਾਡੇ ਆਪਣਿਆਂ ਨੇ ਕੀਤੇ। ਇਨ ਦਾ ਲਾਸਟ 21 ਈਅਰਸ ਆਫ ਸੀਨ ਸੋ ਮੈਨੀ ਅਟੈਕਸ ਔਨ ਖਾਲਸਾ ਏਡ ਫਰੋਮ ਫੈਲੋ ਸਿੱਖਸ, ਜੈਲਸੀ, ਈਰਖਾ, ਹੁਣ ਵੀ ਮੈਂ ਦੇਖਦਾ ਹਾਂ ਅਤੇ ਬੜਾ ਹਾਸਾ ਆਉਂਦਾ ਭਾਈ ਦੇਖੋ ਜੀ ਖਾਲਸਾ ਕੋਲ 3 ਮਿਲੀਅਨ ਪਾਉਂਡ ਆ, 4 ਮਿਲੀਅਨ ਪਾਉਂਡ ਆ, ਤਾਂ ਉਹ ਇੱਦਾਂ ਬੈਠੇ ਆ ਜਿੱਦਾਂ ਕੀਬੋਰਡ 'ਤੇ ਬੰਦੇ ਬੈਠੇ ਨਾ, ਬੰਦੇ ਵੰਗਾਂ ਪਾ ਕੇ ਡਰਪੋਕ ਜਿਹੜੇ ਹੁੰਦੇ ਬੰਦੇ ਨਾ ਭਾਈ, ਘਰ ਚੱਲਦੀ ਨਹੀਂ ਗੀ, ਕੋਈ ਸੁਣਦਾ ਨਹੀਂ ਗਾ, ਛਿੱਤਰ ਪੈਂਦੇ ਘਰ ਵਾਲੀ ਤੋਂ, ਉਹ ਫਿਰ ਫੇਕ ਆਈ ਡੀ ਬਣਾ ਕੇ ਬੜੇ ਸ਼ੇਰ ਬਣ ਜਾਂਦੇ ਪਿੱਛੇ ਬਈ ਕੀਬੋਰਡ ਦੇ ਉੱਪਰ, ਬਈ ਖਾਲਸਾ ਦਾ ਹਮਲਾ ਕਰੀਏ, ਇੰਨੇ ਪੈਸੇ ਦੇਖੋ ਜੀ, ਅਸੀਂ ਪੈਸੇ ਤੁਹਾਡੇ ਲੁਕੋਏ ਥੋੜ੍ਹਾ ਕਦੀ, ਅਸੀਂ ਕਿੱਥੇ ਲੁਕੋਏ ਪੈਸੇ? ਖਾਲਸਾ ਏਡ ਦੇ ਪੈਸੇ ਸਾਰੇ ਜਮ੍ਹਾਂ ਆ ਖਾਲਸਾ ਏਡ ਦੇ ਅਕਾਊਂਟ ਵਿੱਚ, ਮੇਰੇ ਨਾਂ 'ਤੇ ਥੋੜ੍ਹੋ, ਜਿਹਨੂੰ ਜੀ ਕਰਦਾ ਸਾਡੇ ਘਰ ਆ ਜਾਓ, ਦੇਖ ਲਓ ਕਿੱਦਾਂ ਰਹਿੰਦੇ ਅਸੀਂ। ਸੋ ਆਵਰ ਵਿਜ਼ਨ ਫੋਰ ਖਾਲਸਾ ਏਡ ਇਜ਼ ਲੈਸ ਕ੍ਰੀਏਟ ਅ $100 million ਔਰਗਨਾਈਜੇਸ਼ਨ, ਨੋਟ ਅ 3 or 4 million pounds. £3 or 4 million, the fact is, in the West, the Gurdwara in your town, the building's probably worth about $3 million. Not just the land, but the building and the income is higher than Khalsa Aid. ਇਹ ਅਸਲੀਅਤ ਆ ਕਿ ਜਿੱਦਾਂ ਅਮਰੀਕਾ, ਕਨੇਡਾ, ਯੂਰਪ, ਆਸਟ੍ਰੇਲੀਆ, ਅਮਰੀਕਾ ਦੇਖ ਲਓ, ਯੂਕੇ ਦੇਖ ਲਓ, ਜਿੱਥੇ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਆ, ਉਹ ਤਾਂ 3-4 ਮਿਲੀਅਨ ਦਾ ਜ਼ਮੀਨ, ਗੁਰਦੁਆਰਾ, ਬਿਲਡਿੰਗ, ਅਤੇ ਜਿਹੜਾ ਉਹਦਾ ਇਨਕਮ ਹੋਊਗਾ ਖਾਲਸਾ ਏਡ ਤਾਂ ਉਹਨਾਂ ਦਾ ਹਿਸਾਬ ਇੰਨੀ ਕੀ ਆ, ਉਹ ਤਾਂ ਵੀ ਇੰਨੀ ਖਾਲਸਾ ਏਡ ਇੰਨੀ ਚੁੱਭਦੀ ਆ, ਫਿਰ ਫੇਕ ਆਈ ਡੀ ਬਣਾ ਲੈਣੀ, ਖਾਲਸਾ ਏਡ ਕੋਲ 3 ਮਿਲੀਅਨ ਪਾਉਂਡ ਆ, 4 ਮਿਲੀਅਨ ਪਾਉਂਡ ਆ, ਲਓ ਜੀ ਤੁਸੀਂ 4 ਮਿਲੀਅਨ ਪਾਉਂਡ ਕੀ ਕਰ ਲਉਂਗੇ? ਅੱਜ ਸਾਡੇ ਕੋਲ $100 million ਹੋਣੇ ਚਾਹੀਦੇ ਆ, ਸਾਰੇ ਅਮਰੀਕਾ, ਕਨੇਡਾ, ਯੂਕੇ, ਆਸਟ੍ਰੇਲੀਆ, ਇੰਡੀਆ, ਟੋਟਲ ਇਨਕਮ 100-200 million ਹੋਣਾ ਚਾਹੀਦਾ, ਅਸੀਂ ਦੁਨੀਆ ਬਿਲਕੁਲ ਹੀ ਬਦਲ ਦਈਏ। ਸਾਨੂੰ ਕੋਈ ਲਾਲਚ ਨਹੀਂ ਗਾ, ਆਈ ਐਮ ਨੋਟ ਗ੍ਰੀਡੀ ਫੋਰ ਪਾਵਰ, ਆਈ ਨੈਵਰ ਬੀਨ ਗ੍ਰੀਡੀ ਫੋਰ ਮਨੀ, ਆਈ ਜਸਟ ਵਾਂਟ ਮਾਈ ਮਸਲ ਕਾਰ ਟੂ ਵਰਕ, ਆਈ ਐਮ ਅ ਮਸਲ ਕਾਰ ਫਨੈਟਿਕ ਹੂਜ਼ ਕਾਰ ਡਜ਼ਨਟ ਈਵਨ ਵਰਕ, ਮੇਰੀ ਤਾਂ ਕਾਰ ਵੀ ਨਹੀਂ ਚੱਲਦੀ ਜਿਹੜੀ ਖਰਾਬ ਹੋਈ ਹੋ, ਆ ਤਾਂ ਲੋਕ ਕੰਪਲੇਨ ਕਰਦੇ। ਸੋ ਜਿਹੜੀ ਝੂਠੀਆਂ ਆਈਡੀਆਂ ਜਾਂ ਜਿਹੜੇ ਨਕਲੀ ਪੱਤਰਕਾਰ ਬਣੇ ਫਿਰਦੇ ਆ ਭਾਈ ਖਾਲਸਾ ਨੂੰ ਐਕਸਪੋਜ਼ ਕਰਨਾ, ਅਸੀਂ ਥੋੜ੍ਹਾ ਨਾ ਕੀਤੀ ਪੈਸੇ ਖਰਚਣ ਨੂੰ, ਹੁਣ ਸਾਡਾ 1 ਮਿਲੀਅਨ, 1.2 ਮਿਲੀਅਨ, 1.5 ਮਿਲੀਅਨ, ਜੇ ਸਾਡੀ ਖੁੱਲ੍ਹੀ ਛੁੱਟੀ ਮਿਲ ਜਾਵੇ ਇੰਡੀਆ 'ਚ ਕੰਮ ਕਰਨ ਨੂੰ, ਖੁੱਲ੍ਹੀ ਛੁੱਟੀ ਮਿਲ ਜਾਵੇ ਅਤੇ ਹੋਰ, ਅਸੀਂ ਤਾਂ ਜਿਹੜੇ ਭਾਈ 4 ਮਿਲੀਅਨ ਅਸੀਂ 10 ਮਹੀਨੇ 'ਚ 1 ਸਾਲ 'ਚ ਖਰਚ ਪਵਾਂਗੇ, ਚਾਹੇ 3-4 ਮਿਲੀਅਨ ਕੁਛ ਨਹੀਂ ਗੇ। ਇਹ ਤੁਹਾਨੂੰ ਜਾਣ ਕੇ ਇੰਨੀਆਂ ਕੈਂਪੇਨ ਕਰ ਰਹੇ ਆ ਭਾਈ, ਇਹ ਡਰਨ ਭਾਈ ਦੇਖੋ ਜੀ ਭਾਈ ਖਾਲਸਾ ਕੋਲ ਇੰਨੇ ਪੈਸੇ, ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਗੇ, 3-4 ਮਿਲੀਅਨ ਕੁਛ ਨਹੀਂ ਬਣਦਾ। ਸੋ ਜੇ ਅੱਜ
ਸਾਨੂੰ ਖੁੱਲੀ ਛੁੱਟੀ ਮਿਲ ਜਾਵੇ ਪੰਜਾਬ ਦੇ ਵਿੱਚ ਕੁਛ ਕਰਨ ਨੂੰ, 2-3 million ਤੁਸੀਂ 6 ਮਹੀਨੇ 'ਚ ਖਰਚ ਲਵਾਂਗੇ, ਰੈਸਟ੍ਰਿਕਸ਼ਨ ਬਹੁਤ ਹੁੰਦੀਆਂ। ਸੋ ਵੀ ਆਰ ਨੋਟ ਅਫਰੇਡ, ਵੀ ਵਾਂਟ ਟੂ ਬਿਕਮ ਅ ਹਿਊਜ ਔਰਗਨਾਈਜੇਸ਼ਨ। ਦ ਸਿੱਖਸ ਆਰ ਸੋ ਜੈਨਰਸ, ਖਾਲਸਾ ਏਡ ਹੈਜ਼ ਅ ਟਰੈਕ ਰੈਕੋਰਡ ਆਫ 21 years ਆਫ ਟਰੱਸਟ ਐਂਡ ਡਿਲੀਵਰਿੰਗ ਏਡ। ਖਾਲਸਾ ਦਾ 21 ਸਾਲ ਦਾ ਤਜਰਬਾ ਆ। ਖਾਲਸਾ ਪਹਿਲੀ ਦੁਨੀਆਂ ਦੀ ਸੰਸਥਾ ਸਿੱਖਾਂ ਵੱਲੋਂ ਆ। ਜੇ ਰਵੀ ਸਿੰਘ ਨੇ ਬਾਬਾ ਬਣ ਕੇ ਬਹਿਣਾ ਸੀਗਾ, ਅਸੀਂ ਰਜਿਸਟਰ ਨਹੀਂ ਕਰਾਉਣੀ, ਸਾਡਾ ਟਰੱਸਟ ਹੀ ਨਹੀਂ ਹੋਣੇ ਸੀਗੇ, ਸਾਡਾ ਕੋਈ ਇੱਥੇ ਰੈਗੂਲੇਸ਼ਨ ਨਹੀਂ ਹੋਣੀ ਸੀ, ਜਿੰਨਾ ਮਰਜ਼ੀ ਪੈਸਾ ਕਮਾਉਣਾ ਸੀ ਅਸੀਂ ਪਰਸਨਲੀ। ਸੋ ਵੀ ਹੈਵ ਆ, ਸਾਡਾ ਰੈਕੋਰਡ ਬਣਿਆ ਆ, ਸਾਡਾ ਇਤਿਹਾਸ ਕਹਿੰਦਾ ਵੀ ਖਾਲਸਾ ਏਡ ਤਾਂ ਸੰਗਤ ਨਾਲ ਕਿੰਨਾ ਪਿਆਰ ਆ, ਵੀ ਸੰਗਤ ਵੀ ਚਾਹੁੰਦੀ ਖਾਲਸਾ ਏਡ ਹੋਰ ਵਧੇ। ਸੋ ਆਈ ਡੋਂਟ ਰੀਲੀ ਕੇਅਰ ਅਬਾਊਟ 3-4 million ਤਾਂ ਕੱਲੇ ਕੱਲੇ ਗੁਰਦੁਆਰੇ ਕੋਲ ਪਏ ਹੋਗਾ। ਵੀ ਨੀਡ ਟੂ ਗੋ ਬਿਗਰ। ਆਈ ਐਮ ਆਸਕਿੰਗ ਯੂ ਆਲ, wherever you are, Khalsa Aid in the world, whether it's Khalsa Aid, go to the Khalsa Aid website, you'll see where we are, look at the donation buttons, make us big. I'm not afraid, we'll get bigger teams, we'll grow bigger. I think these fake IDs think that we're afraid, that Sangha thinks, oh my god, there's 3-4 million in the bank and they're doing this. Yes, it's all safe, it's in the bank, it's not in my pocket. ਜੇ ਮੇਰੀ ਜੇਬ ਵਿੱਚ ਹੁੰਦਾ ਪੈਸਾ, ਤੁਹਾਨੂੰ ਪਤਾ ਵੀ ਲੱਗਣਾ ਸੀ ਕਿੰਨਾ ਪੈਸਾ ਆ। ਦੇਖ ਲਓ ਜਾ ਕੇ ਸਾਰੇ ਪਾਸੇ ਡੇਰੇ ਜਾਂ ਹੋਰ ਕਿਤੇ, ਲੱਗਦਾ ਪਤਾ ਕਿੰਨਾ ਪੈਸਾ ਹੋਊਗਾ। ਤੁਹਾਨੂੰ ਅਸੀਂ ਦਿਖਾ ਲਏ ਕਿੰਨਾ ਪੈਸਾ। ਵੀ ਸ਼ੋਅ ਯੂ ਹਾਊ ਮੱਚ ਮਨੀ ਵੀ ਗੋਟ, ਇਟਸ ਆਲ ਇਨ ਦਾ ਸੇਫ, ਇਟਸ ਆਲ ਇਨ ਦਾ ਇਨ ਦਾ ਸੇਫ ਪਲੇਸ। ਚੈਰਿਟੀਜ਼ ਕਮਿਸ਼ਨ ਦਾ UK, ਦੇ ਆਰ ਦਾ ਵਨ ਰੈਗੂਲੇਟਡ, ਇਟਸ ਇਨ ਅਕਾਊਂਟ ਹੈਲਡ ਬਾਈ 5 trustees ਔਰ 6 trustees। ਆਮ ਨੋਟ ਅ ਟਰੱਸਟੀ, ਆਈ ਕਾਂਟ ਬੀ ਅ ਟਰੱਸਟੀ ਲੀਗਲੀ। It's in, you know, we are managing it, we're showing it, we built an institution. Khalsa Aid is an institution. We built something for you, for the future, not for me. Honestly, if I wanted to make it, I would have kept it myself. I would have gone to do whatever, be on a holiday, buy a couple of villas, relax somewhere, be on holiday right now. We're happy whatever we got, t-shirts and jeans. Very, very content in life. No greed. So, you know, it makes me wonder, these really cowardly fake IDs think that when they put these lies out there, edit my videos, they're going to suddenly think, the Sangha's going to say, oh my God, Khalsa has got 3-4 million. Why have they got it? But we're spending money. I want Khalsa Aid annual income eventually to be 100, 150 million, 200 million. Sade ko bhi hona chahida ya. $100 million, $200 million ਜਦੋਂ ਰੈੱਡ ਕਰਾਸ ਦੇ ਕੋਲ ਆ, ਵੱਡੀਆਂ ਵੱਡੀਆਂ ਸੰਸਥਾ ਦੇ ਕੋਲ ਆ, ਪੈਸੇ ਵਗੈਰਾ ਤੋਂ ਦਿਨ ਥੋੜ੍ਹੀ ਹਿਲਦੀ ਆ। ਇਹ ਥੋੜ੍ਹਾ ਸ਼ਰਮਾਉਣ ਦੀ ਗੱਲ ਆ, ਜਾਂ ਅਸੀਂ ਗੱਲ ਨਹੀਂ ਕਰਦੇ। ਅਸੀਂ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਹਾਂ, ਤੁਸੀਂ ਸਾਨੂੰ 100 pound ਦਿੰਦੇ ਹਾਂ ਅਤੇ ਉਹਦੇ ਵਿੱਚੋਂ ਕਹਿ ਲਓ ਭਾਈ, ਸੋਰੀ, ਅਸੀਂ 100 pound ਖਰਚਦੇ ਹਾਂ, ਸਾਨੂੰ ਤੁਸੀਂ 1000 pound ਦਿੰਦੇ ਹਾਂ। ਅਸੀਂ 500 pound ਖਰਚਦੇ ਹਾਂ, ਤੁਸੀਂ ਸਾਨੂੰ 2000 pound ਦਿੰਦੇ ਹਾਂ। ਸੰਗਤ ਬਹੁਤ ਦਿਆਲੂ ਆ। ਵੀ ਡੋਂਟ ਹਾਈਡ ਦਾ ਫੈਕਟ, ਯੂ ਆਰ ਸੋ ਜੈਨਰਸ। Our accounts are there. If you ever visit our accounts, which we're registered, and you wonder, hang on, where's all the money gone? They only got £1,000. They're only showing 50,000. We know they collected 1 million. We know they collected 50,000. Then you can ask me questions. It's all there. Everything, every penny is accounted for. But the jealousy by other groups, other Sikh groups, some of the Sikhs, is unbelievable. They will be the most religious outlook, and they tell the biggest BS lies. But they won't say it to my face. So, I think there's a taboo about money. In 21 years, we only got to show 5 million maybe now. And we're going to spend about 2-3 million next few years, maybe less. Maybe quicker when this coronavirus is over, we're restricted. Right now, we're dropping about $55,000-$60,000 food in Iraq. We've got big operations lined up. Bigger vision. 21 saal di vision hoi ya. Kalo 4-5 million ho gaya kalo. Kuch nahi nikla 21 saal. Jehdiyan doojiyan sansthaan hunde kinne ho jande. So jehdiyan jehnu agg lagdi saade wal dekh ke tiyar kar lo, je tel chahida tel main de dunga tuhanu. ਚੱਕ ਲਓ ਫੱਟੇ, ਲਾ ਲਓ ਅੱਗ ਆਪਣੇ ਆਪ ਨੂੰ ਵੀ, ਕਿਉਂਕਿ ਧਾਰੀ ਝਾੜੀ ਜਿਹੜੀ ਆ ਗਈ ਹੈ ਜੈਲਸੀ ਦੀ, ਹੋਰ ਕਿਤੇ ਪਹੁੰਚਣੀ ਨਹੀਂ ਗੀ।
ਅਸੀਂ ਛੱਡੋ 3-4 ਮਿਲੀਅਨ, ਅਸੀਂ 100 ਮਿਲੀਅਨ ਕਹਿੰਦੇ ਹਾਂ। ਸਾਡੀ ਜਿਹੜੀ ਸੰਗਤ ਆ, ਸਪੋਰਟ ਆ, ਖਾਲਸਾ ਏਡ ਇੱਕ ਦੁਨੀਆ ਦਾ ਇੱਕ ਥੰਮ ਬਣ ਗਿਆ ਸਿੱਖਾਂ ਦਾ। ਖਾਲਸਾ ਏਡ ਇਜ਼ ਬਿਕਮ ਇੰਸਟੀਟਿਊਸ਼ਨ, ਖਾਲਸਾ ਏਡ ਇਜ਼ ਪ੍ਰੋਟੈਕਟਿਡ ਔਰਗਨਾਈਜੇਸ਼ਨ। ਸੋ ਮੈਨੀ ਅਟੈਕਸ ਔਨ ਇਟ ਲਾਸਟ 21 ਈਅਰਸ, ਆਈਵ ਸੀਨ ਸੋ ਮੈਨੀ ਅਟੈਕਸ, ਵੀ ਨੈਵਰ ਬੈਕ ਆਫ। ਮੈਂ ਕਦੀ ਪਿੱਛੇ ਨਹੀਂ ਹੋਇਆ। ਜਦੋਂ ਮਨ 'ਚ ਗੱਲ ਆਉਂਦੀ ਅਸੀਂ ਕਰੀਦੀ ਆ, ਸਾਡੀ ਟੀਮ ਨੂੰ ਆ ਗਈ ਕੋਈ ਈਮੇਲ ਕਿ ਇੱਧਰੋਂ ਆ ਗਈ, ਕਿਸੇ ਨੂੰ ਹੋਰ ਭੇਜੀ, ਮੇਰੇ ਝੂਠੇ ਵੀਡੀਓ ਪਾ ਤੇ ਕੋਈ ਐਡਿਟ ਕਰਕੇ ਆ ਦੇਖੋ ਜੀ ਕਹਿੰਦੇ। ਮੈਂ ਤਾਂ ਸਿੱਧੀ ਗੱਲ ਕਰਦਾ, ਮੈਂ ਥੋੜ੍ਹਾ ਪਾ ਗਿਆ ਇੱਦਾਂ ਪਈ ਜਿੱਦਾਂ ਪਈ ਕਹਿੰਦਾ ਤੁਹਾਡੇ ਨਾਲ ਕਦੀ ਜਿੱਦਾਂ ਫੇਕ ਆਈ ਡੀ ਆ, ਜਿੱਦਾਂ ਕੋਈ ਉਹ ਕਹਿੰਦੇ ਪਈ ਵੱਡੇ ਬੰਦੇ ਬਣਦੇ ਆ ਫਿਰ ਫੇਕ ਆਈਡੀਆਂ, ਬੁੜੀਆਂ ਦੀਆਂ ਫੇਕ ਆਈਡੀਆਂ ਬਣਾਉਂਦੇ ਆ, ਬੰਦੇ ਫੇਕ ਆਈਡੀਆਂ ਬਣਾਉਂਦੇ ਬੁੜੀਆਂ ਦੀਆਂ, ਇੰਨੇ ਡਰਪੋਕ ਆ। ਸਾਡੇ ਵਰਗੇ ਸਿੱਧੇ ਬੋਲਦੇ, ਅਸੀਂ ਸਿੱਧਾ ਬੋਲਣਾ ਸਿੱਖਿਆ, ਕਿਸ ਨੂੰ ਨਹੀਂ ਪਸੰਦ ਕਿਸ ਨੂੰ ਪਸੰਦ ਆ, ਅਸੀਂ ਕੰਮ ਵੀ ਦਿਖਾ ਲਈ ਕੀ ਕਰਦੇ, ਬਹੁਤ ਕੰਮ ਪਿਆ 21 ਸਾਲ। ਇਨ ਲਾਸਟ 21 ਈਅਰਸ ਵਾਟ ਵੀ ਅਚੀਵ ਇਜ਼ ਫੈਨੋਮੀਨਲ। ਲੈਟਸ ਗੋ ਆਊਟ ਦੇਅਰ, ਨੋਟ 21 ਈਅਰਸ, ਇਨ ਦਾ ਨੈਕਸਟ 2 ਈਅਰਸ, ਯੂ ਸ਼ੋਅ ਅਸ ਯੋਰ ਜੈਨਰੋਸਿਟੀ, ਯੂ ਕੰਟੀਨਿਊ ਟੂ ਡੋਨੇਟ ਐਸ ਮੱਚ ਐਸ ਯੂ ਕੈਨ, ਸ਼ੋਅ ਅਸ ਯੋਰ ਡੋਨੇਸ਼ਨਸ, ਐਂਡ ਆਈ ਗਾਰੰਟੀ ਯੂ ਨੈਕਸਟ 2 ਈਅਰਸ ਵਿਲ ਚੇਂਜ ਐਵਰੀਥਿੰਗ ਅਰਾਊਂਡ ਅਸ, ਦਾ ਟੀਮਸ, the staff, the commitment to humanity, bigger operations, not just in Punjab and India, around the world, and together we can do it. I promise you we can do it. 21 years ago, I asked you for to trust me, and look where we are. Everyone in the world knows who seeks out the call centers. Maybe we got 4 million, whatever it is, but the publicity that Khalsa Aid has given the Sikhs of the 20 years, 21 years is phenomenal, because it's Guru Kirpa. I didn't do it, you did it, the Sangat did it. It's not one person, our teams, the Sangat, you trusted us, you believed in us, you believed in me. I'm not a good guy, I've never been a good guy. I swear, I shout, I get angry, but I promise you I'll talk straight. Now trust me more. We have a great team. We have great experience. There's nobody in the community at the moment, in the groups, that is more experienced than the Khalsa Aid groups for delivering humanitarian aid. From Punjab to America to the UK, Khalsa Aid is one of the most experienced teams. As you know, even our standards hate us, will tell you that. ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਸਾਡੇ ਵਿੱਚ ਕੋਈ ਲੁਕੋਵਾ ਨਹੀਂਗਾ, ਅਸੀਂ ਪਿੰਡ ਦੇ ਬੰਦੇ ਹਾਂ, ਪਿੰਡ ਸਾਡਾ ਬਚਪਨ ਸੀਗਾ, ਸਿੱਧੀ ਗੱਲ ਕਰੀਦੀ ਆ। ਕਈ ਵਾਰੀ ਸਿੱਧੀ ਗੱਲ ਕਿਸੇ ਨੂੰ ਸੂਟ ਨਹੀਂ ਹੁੰਦੀ, ਸਾਨੂੰ ਕੋਈ ਫਰਕ ਨਹੀਂਗਾ, ਨਾ ਸਾਨੂੰ ਕੋਈ ਲਾਲਚ ਦਾ, ਨਾ ਕੋਈ ਕੁਰਸੀ ਦਾ, ਸਾਨੂੰ ਲਾਲਚ ਆ ਵੀ ਸਿੱਖਾਂ ਦੀ ਜਿਹੜੀ ਜਿਹੜਾ ਨਿਸ਼ਾਨ ਆ ਇੱਕ ਦੁਨੀਆ ਦਿਲ 'ਚ ਆ ਜਾਵੇ। ਹੁਣ ਆਉਣ ਲੱਗ ਪਿਆ ਕਿੰਨੇ ਦੇਸ਼ਾਂ ਪ੍ਰਦੇਸ਼ਾਂ ਜਿੱਥੇ ਖਾਲਸਾ ਦੀ ਸੇਵਾ ਚੱਲਦੀ ਆ, ਇੰਨਾ ਪਿਆਰ ਸਿੱਖਾਂ ਲਈ, ਪਰ ਤਾਂ ਵੀ ਆਪਣੇ ਸਾਡੇ ਵਿੱਚ ਹੈਗੇ ਜਿਹੜੇ ਦੇਖ ਕੇ ਸੜਦੇ, ਸੜ ਲੈਂਦੇ ਹੋ। ਮੇਰਾ ਇਹੀ ਮੈਸੇਜ ਆ, ਅਸੀਂ ਤੁਹਾਡੇ ਨਾਲ ਰਲ ਕੇ 21 ਸਾਲ ਦੇ ਵਿੱਚ ਗੁਰੂ ਕਿਰਪਾ ਨਾਲ ਵਧਾ ਸਾਡੀ ਸਪੈਸ਼ਲ ਜੇ ਮੈਂ ਨਾ ਮੈਂ ਜਦੋਂ ਗੱਲ ਕੱਲ ਪਾਕਿਸਤਾਨ ਤੋਂ ਬੀਬੀ ਨੇ ਬਹੁਤ ਹੀ ਆਈਡੀਆ ਖਾਲਸਾ ਏਡ ਦਾ, ਖਾਲਸਾ ਜਿਹੜਾ 99.99% ਖੜਾ ਹੋਇਆ ਉਹ ਸਾਡੇ ਸੇਵਾ ਦਾ, ਸਾਡੀ ਇੰਡੀਆ ਦੀ ਜਤਿੰਦਰ ਹੋਣੀ, ਉਮਰ ਸਿੰਘ ਹੋਣੀ, ਅੰਮ੍ਰਿਤ ਸਿੰਘ, ਇਹਨਾਂ ਨੇ ਸਾਰਿਆਂ ਨੇ ਇਕੱਠਾ ਕੀਤਾ। ਸੋ ਜੇ ਮਿਲਣਾ ਚਾਹੁੰਦੇ ਸਾਨੂੰ ਈਮੇਲ ਕਰੋ, ਸਾਡੇ ਘਰ ਸਾਡੇ ਮਹਿਲਾਂ ਚੜੇ ਨੇ, ਸਾਡੀ ਕਾਰ ਵੀ ਕਾਰ ਪਿਛਲੇ 1.5 ਸਾਲ ਦੀ। ਸੋ ਸਾਨੂੰ ਕੋਈ ਲਾਲਚ ਨਹੀਂ, ਇਹੀ ਆ 50 ਸਾਲ ਦੀ ਸਾਡੀ 1 ਸਾਲ ਦੇ ਸੀ ਅਸੀਂ, ਸਾਡੇ ਘਣਾ ਸਾਡੀ ਉਮਰ ਉਸੇ 18 ਸਾਲ ਦੀ ਹੋ ਗਈ ਆ। ਹੁਣ ਮੈਂ ਸੋਚਦਾ ਸਾਡਾ ਅਗਲਾ ਸਟੈਪ ਕੀ ਹੋਊਗਾ।
ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਖਾਲਸਾ ਨੂੰ ਉਸ ਲੈਵਲ ਤੇ ਅਸੀਂ ਗਾਰੰਟੀ ਕਰਾਂਗੇ ਮੋਹਰੇ ਹੋਏ ਅਮਰਪ੍ਰੀਤ ਸਿੰਘ ਇੰਡੀਆ ਚ ਕਨੇਡਾ ਚ ਉਮਰ ਸਿੰਘ ਹੁਣੀ ਨਿਊਯਾਰਕ ਹਰਪ੍ਰੀਤ ਸਿੰਘ ਆਸਟ੍ਰੇਲੀਆ ਨੂੰ ਸਾਰਿਆਂ ਨੇ ਇੱਥੇ ਗੁਰਸਿੰਘ ਥਾਂ ਥਾਂ ਬ੍ਰਾਂਚ ਹੁਣ ਡੱਟ ਕੇ ਜਦੋਂ ਕੋਈ ਲਾਲਚ ਨਹੀਂ ਗਾ ਪਰ ਖਾਲਸਾ ਏਡ ਕਲਾਂ ਖਾਲਸਾ ਏਡ ਹੁਣ ਪੁੱਛਦਾ ਤੁਹਾਡੀ ਸਪੋਰਟ ਦੀ ਤੁਹਾਡੇ ਮੋਹਿਤ ਕਿਹਾ ਤੁਹਾਡੇ ਜਿਹੜੇ ਗੋ ਯੂਕੇ ਉਹਦੀ ਬਿਲਡਿੰਗ ਤਿੰਨ ਚਾਰ ਮਿਲੀਆਂ ਜਾਂ ਕੀ ਕਰਦੇ ਦੇਖ ਲਓ ਕੀ ਕਰੇ ਚੜਾ ਤੇ ਸੇਵਾ ਦੇ ਤੁਹਾਡੇ ਕਰਕੇ ਦੋ ਤਿੰਨ ਮਿਲੀਅਨ ਕਰ ਦਿੱਤੇ ਹੁਣ ਸੋਚ ਸਾਡਾ ਵੀ ਹੋਵੇ ਵਿਜ਼ਨ $150 million ਸਾਲ ਦਾ ਤੁਹਾਨੂੰ ਫਿਰ ਦੇ ਵਿੱਚ ਹੁਣ ਵੀ ਕਈ ਪਾਰਟ ਤੁਸੀਂ ਸਾਨੂੰ ਪਤਾ ਤੁਸੀਂ ਕੌਣ ਆ ਤੁਸੀਂ ਖਾ ਸੀਨ ਯੂ ਸੀਕਸ ਇਹ ਅਸੀਂ ਘੜੀ ਦਿਸ ਨਾਓ ਵੀ ਰਿਮੈਂਬਰ ਯੂ ਹੈਲਪ ਇਨ ਇਰਾਕ ਯੂ ਹੈਲਪ ਇਨ ਲੈਬਨਨ ਯੂ ਵੰਡਰਫੁਲ ਪੀਪਲ ਇਹਨਾਂ ਨੂੰ ਤਿੰਨ ਚਾਰ ਮਿਲੀਅਨ ਚੁੱਭਦੇ ਬਾਹਰ ਲੈਣੀ ਹੁਣ ਪੰਜਾਹ ਇਹ ਤਾਂ ਦੇਖ ਕੇ ਕੀ ਇਹ ਤਾਂ ਦੇਖ ਕੇ ਕਰਦੇ ਆ ਸੋ ਚਲੀ ਜਦ ਤੱਕ ਅਸੀਂ ਪੁੱਛ ਲਾ ਜੋ ਪੁੱਛਣਾ ਆਫਿਸ ਦੇ ਵਿੱਚ ਆ ਕੇ ਕੋਈ ਬੰਦ ਨਹੀਂ ਹੋਇਆ ਕੰਮ ਕਈ ਵਾਰ ਸਾਨੂੰ ਕਹਿੰਦੇ ਪਈ ਜਾਂਦਾ ਉੱਥੇ ਮਾੜੀ ਮੁਸ਼ਕਿਲ ਆ ਕਿਉਂਕਿ ਸਾਨੂੰ ਪਰਮਿਸ਼ਨ ਲੜੀ ਪੈਂਦੀ ਜਿੱਥੇ ਅਸੀਂ ਪੈਸੇ ਪੈਸੇ ਪਏ ਹੋ ਆ ਉਹ ਵੀ ਹਾਲੇ ਤੱਕ ਇਸ ਵੇਲੇ ਮੇਰੇ ਖਿਆਲ ਇੱਥੋਂ ਪਾਉਣ ਖਰਚ ਦਾ ਹੁਣ ਸਾਡੇ ਕੋਲ ਪਏ ਉਹ ਪੈਸੇ ਉਹ ਵੀ ਖਰਚ ਨੇ ਅਸੀਂ ਕਿਹਾ ਕਈ ਵਾਰੀ ਪੰਜਾਬ ਦੇ ਵਿੱਚ ਜਿੱਦਾਂ ਇੰਡੀਆ ਤੇ ਹੁਣ ਉਹ ਮੁੰਡਿਆਂ ਨੇ ਬਹੁਤ ਮੁੰਡਿਆਂ ਫਸਲਾਂ ਦੀ ਕੀਤਾ ਸੇਵਾ ਕੀਤੀ ਖਰਚ ਨਹੀਂ ਹਾਲੇ ਤੱਕ ਦੂਜੇ ਪਾਸੇ ਜਦੋਂ ਅਸੀਂ ਕਹਿ ਦੇਵਾਂਗੇ ਹੁਣ ਇੱਥੇ ਬੰਦ ਕਿਤੇ ਵੀ ਕੰਮ ਚੱਲੀ ਜਾਂਦੇ ਸੀ ਪੋਲੀਟੀਕਲ ਰੀਜ਼ਨ ਨੇ ਮਾੜਾ ਜਿਹਾ ਹੌਲੀ ਹੋ ਜਾਂਦਾ ਇਫ ਯੂ ਵਾਂਟ ਚੇਂਜ ਜੇ ਦੁਨੀਆ ਬਦਲਣੀ ਹੋਰ ਪਰ ਪੈਸਾ ਸੰਭਾਲਣਾ ਕਰਨਾ ਸੌਖਾ ਹੁਣ ਕਈ ਸਾਡੇ ਭੈਣ ਭਰਾ ਬੈਠੇ ਅਫਗਾਨਿਸਤਾਨ ਜਿਸ ਵਿਚ ਇਜ਼ ਮੀ ਵਿਦ ਅ ਗੁੱਡ ਆਰਗਨਾਈਜੇਸ਼ਨ ਟੂ ਹੈਲਪ ਵੀ ਵਰਕਿੰਗ ਵਿਦ ਸਮ ਆਫ ਦ ਪੀਪਲ ਇਨ ਅਫਗਾਨਿਸਤਾਨ ਸਾਡੇ ਸਿੱਖ ਭਰਾ ਬੈਠੇ ਭੈਣ ਭਰਾ ਬੈਠੇ ਸੰਸਥਾ ਉੱਥੇ ਕੰਮ ਕਰਦੀ ਫਿਰ ਅਸੀਂ ਅਫਗਾਨਿਸਤਾਨ ਸਿੱਖਾਂ ਲਈ ਕਈ ਵਾਰੀ ਕੋਈ ਅਟੈਕ ਹੋ ਜਾਂਦਾ ਅਪੀਲ ਦੇ ਵਿੱਚ ਖੜੀਆਂ ਹੋ ਜਾਂਦੀਆਂ ਸੰਸਥਾ ਪੈਸੇ ਕਿੰਨੇ ਸੋਚਦੇ ਨਹੀਂ ਮਗਰੋਂ ਅਸੀਂ ਕੀਤੀ ਕਿਉਂਕਿ ਕੰਮ ਬਹੁਤ ਔਖਾ ਤੇ ਅਸੀਂ ਅੱਜ 1 ਲੱਖ ਪਾਉਣ ਸੋ ਪੈਸੇ ਦੀ ਪ੍ਰੋਬਲਮ ਨਹੀਂ ਗੀ ਪਰ ਸੋਚਣਾ ਪੈਂਦਾ ਭਈ ਪੋਸ਼ਣ ਤੇ ਇੱਕਦਮ ਭਈ ਆਪਣੇ ਸੰਗ ਤੋਂ ਬਹੁਤ ਸੌਖੇ ਆ ਪਰ ਸੰਗਤ ਫਿਰ ਕਰਾਂਗੇ ਕੰਮ ਕਰਕੇ ਅਪੀਲ ਕਰਾਂਗੇ ਨਹੀਂ ਭਾਈ ਕੰਮ ਨਹੀਂ ਕਰਨਾ ਪਹਿਲਾਂ ਅਪੀਲ ਵੀ ਹੈਵ ਲੋਟ ਟੂ ਡੂ ਕੰਟੀਨਿਊ ਯੋਰ ਟਰਸਟ keep supporting us keep supporting our I am so great
all the business community around the world, America, Canada, Australia, UK, India, so many businesses are helping Khalsa Aid. Canada, UK, which Australia, which India, which both businessmen sadi help kar rahe hain. Assi unda bahut dhanwad karde hain. ਬਹੁਤ ਧੰਨਵਾਦ ਕਰਦੇ ਕਿ ਸਾਡੇ ਉੱਪਰ ਟਰੱਸਟ ਕੀਤਾ। ਕਈ ਲੋਕ ਤੁਹਾਡਾ ਟਰੱਸਟ ਤੋੜਨ ਨੂੰ ਕਰਦੇ ਆ, ਬਹੁਤ ਕੋਸ਼ਿਸ਼ ਕਰ ਰਹੇ ਆ ਵੀ ਤੁਹਾਡਾ ਟਰੱਸਟ ਤੋੜਨਾ, ਤੁਹਾਡਾ ਯਕੀਨ ਤੋੜਨਾ ਖਾਲਸਾ ਏਡ ਨਾਲ। ਸਾਡੀ ਇਹੀ ਬੇਨਤੀ ਆ, ਜੁੜੇ ਰਹੋ। ਵੀ ਆਰ ਗੋਇੰਗ ਟੂ ਚੇਂਜ ਦਾ ਵਰਲਡ ਫੋਰ ਈਵਨ ਬੈਟਰ। ਅਸੀਂ ਦੁਨੀਆ ਹਾਲ ਤੱਕ ਹੋਰ ਬਦਲਣ ਲਈ ਇਕੱਠੇ ਨੇ। ਜਿੰਨੀ ਦੁਨੀਆ ਬਦਲਿੱਤੀ ਪਿਆਰ ਦੇ ਨਾਲ, ਓਨੀ 10 ਗੁਣਾ ਹੋਰ ਅਸੀਂ ਬਦਲਣੀ ਆ। ਤੁਹਾਡਾ ਬਹੁਤ ਧੰਨਵਾਦ, ਇਕੱਲੇ ਇਕੱਲੇ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਸਾਨੂੰ ਸਪੋਰਟ ਕੀਤੀ ਆ। 21 ਸਾਲ ਤੁਸੀਂ ਸਾਡਾ ਤਜਰਬਾ ਦੇਖਿਆ, 21 ਸਾਲ ਜੇ ਤੁਸੀਂ ਦੇਖਣਾ ਅਸੀਂ ਕਿੱਥੇ ਰਹਿੰਦੇ ਹਾਂ। ਆ ਜਾਓ, ਆ ਵੀ ਆ ਕਾਰ ਬੈਠਾ ਜਿਹੜੀ ਮੈਂ, ਇਹ ਜਿਹੜੀ ਖਾਲਸਾ ਦੀ ਕਾਰ ਜਿੱਥੇ ਕਦੇ ਘੁੰਮੀਦਾ, ਸਾਰੇ ਪਾਸੇ ਜਾਈਦਾ ਇੱਥੇ ਖਾਲਸਾ ਲਈ। ਇਹ ਵੀ 2014 ਦੀ ਆ ਖਰੇ, ਜਾਂ 16 ਦੀ, ਇੱਦਾਂ ਕੁਛ ਆ। ਸਾਡੀ ਪਰਸਨਲ ਕਾਰ ਟੁੱਟੀ ਫਿਰੀ ਆ, ਉਹ ਠੀਕ ਨਹੀਂ ਹੁੰਦੀ ਹਾਲੇ ਤੱਕ। ਸਾਡਾ ਘਰ ਵੀ ਦੇਖ ਲਓ ਕਿ ਦੇਖਣਾ ਕਿੰਨੇ ਕਿੱਥੇ ਰਹਿੰਦੇ ਅਸੀਂ। ਜਿੰਨੇ ਤਾਂ 21 ਸਾਲ ਤਾਂ ਅਸੀਂ ਵੀ ਕਰੋੜਪਤੀ ਬਣ ਕੇ ਬਹਿਣਾ ਸੀਗਾ। ਅਸੀਂ ਉੱਥੇ ਜਾ ਕੇ ਫੈਂਸੀ ਕੱਪੜੇ ਫੈਂਸੀ ਬਣ ਲਿਆ, ਅਸੀਂ ਸਾਨੂੰ ਕੋਈ ਫੈਂਸੀ ਚੀਜ਼ ਦੀ ਲੋੜ ਨਹੀਂ। ਹਰ ਵਾਰੀ ਸਾਨੂੰ ਸੱਟ ਆ, 84 ਦੀ ਸਾਨੂੰ ਸੱਟ ਆ ਪਈ, ਲੱਗੀ ਉਹ ਪਈ ਅਸੀਂ ਕਿੱਥੇ ਹਾਂ, ਕੌਣ ਹਾਂ, ਇੰਨੀ ਮਹਾਨ ਕੌਮ ਕਿੱਥੇ ਪਹੁੰਚ ਗਏ। ਪਰ ਜਿਹੜੀ ਸੇਵਾ ਆ ਉਹਨਾਂ ਨੂੰ ਚੁੱਭਦੀ ਆ, ਜਿਹੜੀ ਚਾਹੁੰਦੇ ਆ ਵੀ ਸਾਡੇ ਉੱਪਰ ਬਸ ਲੇਵਲ ਲੱਗੀ ਜਾਵੇ ਅੱਤਵਾਦੀ ਦਾ, ਚੁੱਪ ਕਰਕੇ ਬਹਿ ਜਾਓ। ਜਦੋਂ ਸੇਵਾ ਕਰੀਦੀ ਦੁਨੀਆ 'ਚ ਵਾਹਵਾ ਹੁੰਦੀ ਸਿੱਖਾਂ ਦੀ, ਜਦੋਂ ਵਾਹਵਾ ਸਿੱਖਾਂ ਦੀ ਹੁੰਦੀ ਸਾਰੇ ਦੋਸ਼ਾਂ ਨੂੰ ਅਲੱਗ ਲੱਗਦੀ। ਸੋ ਮੇਰਾ ਧੰਨਵਾਦ ਜਿਹੜੇ ਸਾਨੂੰ ਦੇਖ ਕੇ ਸੜਦੇ ਆ, ਸਾਡੇ ਖਿਲਾਫ ਝੂਠ ਬੋਲ ਕੇ ਕੈਂਪੇਨ ਸ਼ੁਰੂ ਕੀਤੀ ਉਹ 3-4 ਬਿਲੀਅਨ ਪਾਉਣ ਦੀ, ਜਾਂ ਇਹ ਕੋਈ ਤੁਹਾਡਾ ਫਰਕ ਨਹੀਂ ਪੈਣਾ। ਤੁਹਾਡੇ ਵਰਗੇ ਮੈਂ 100 ਕੁੱਤੇ ਦੇਖਦਾ ਭੌਂਕਦੇ, ਸ਼ੇਰ ਚੁੱਪ ਚਾਪ ਤੁਰਦੇ, ਕੁੱਤੇ ਸਲਾਹ ਭੌਂਕਦੇ। ਸੰਗਤ ਸਾਡੇ ਨਾਲ ਆ, ਗੁਰੂ ਸਾਡੇ ਨਾਲ ਆ। ਜਦ ਤੱਕ ਇਹ ਸੰਗਤ ਦਾ ਪਿਆਰ ਆ, ਸਾਰੇ ਪਾਸੇ ਦੁਨੀਆ ਦੇ ਵਿੱਚ ਅਸੀਂ ਸੇਵਾ ਦੇ ਝੰਡੇ ਗੱਡ ਦੇਣੇ ਜਾ ਕੇ, ਸਾਡੇ ਵੱਲੋਂ, ਸਾਡੇ ਸੇਵਾਦਾਰ ਵੱਲੋਂ, ਸਾਡੇ ਸਟਾਫ ਵੱਲੋਂ, ਸਾਡੀਆਂ ਟੀਮਾਂ ਵੱਲੋਂ ਤੁਹਾਡਾ ਬਹੁਤ ਧੰਨਵਾਦ। ਅਤੇ ਅਸੀਂ ਗਾਰੰਟੀ ਕਰਦੇ ਹਾਂ ਅਗਲੇ 2-3 ਸਾਲ ਦੇ ਵਿੱਚ ਹੀ ਹੋਰ ਜ਼ੋਰ ਪਾਉਣਾ ਪੰਜਾਬ ਵੱਲ, ਜੈਨਰਲੀ ਇੰਡੀਆ ਵੱਲ ਵੀ ਅਤੇ ਹੋਰ ਪਾਸੇ ਵੀ, ਵੀ ਜਿੰਨਾ ਕੁਛ ਕਰ ਸਕਦੇ ਸੇਵਾ। ਤੁਹਾਡੇ ਸਪੋਰਟ ਦਾ, ਤੁਹਾਡੇ ਪਿਆਰ ਦਾ ਬਹੁਤ ਧੰਨਵਾਦ। ਇੰਨਾ ਪਿਆਰ ਤੁਹਾਡੇ ਵੱਲੋਂ, ਜਿੱਥੇ ਵੀ ਜਾਈਦਾ, ਇੱਥੇ ਤੁਰਨ ਫਿਰਨ ਵੀ ਜਾਈਦਾ ਜਾਂ ਬਾਹਰ ਕਿਤੇ ਜਾਈਦਾ, ਸ਼ੋਪਿੰਗ ਜਾਈਦਾ, ਇੰਨਾ ਪਿਆਰ ਮਿਲਦਾ ਉੱਥੇ, ਬਹੁਤ ਮਹਿਸੂਸ ਹੁੰਦਾ। ਬਹੁਤ ਧੰਨਵਾਦ ਜੀ। ਆਪਣਾ ਧਿਆਨ ਰੱਖਿਓ ਜਿੱਥੇ ਵੀ ਤੁਸੀਂ ਹੈਗੇ ਹਾਂ, ਬਜ਼ੁਰਗਾਂ ਦਾ ਆਪਣਾ ਕਰੋਨਾ ਵਾਇਰਸ ਤੋਂ ਧਿਆਨ ਵੱਲ ਜ਼ਰੂਰ ਰੱਖਣਾ। ਜਿਹੜਾ ਵੀ ਕਾਨੂੰਨ ਆ, ਕਾਨੂੰਨ ਫੋਲੋ ਕਰੋ, ਇੱਕ ਦੂਜੇ ਦੀ ਹੈਲਪ ਜ਼ਰੂਰ ਕਰੋ ਜਿੱਥੇ ਵੀ ਤੁਸੀਂ ਹੈਗੇ ਹਾਂ। ਸਰਬੱਤ ਦੇ ਭਲੇ ਦਾ ਜਿਹੜਾ ਭਾਈ ਸਾਡਾ ਭਾਈ ਸੇਵਾ ਆ ਉਹ ਡਟ ਕੇ ਕਰੀ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਬਾਰਿਸ਼ ਪੈ ਰਹੀ ਬਾਹਰ, ਅਤੇ ਸਾਨੂੰ ਆਸ ਆ ਭਾਈ ਤੁਹਾਨੂੰ ਸਾਡੀ ਆਵਾਜ਼ ਸੁਣਦੀ ਆ। ਆਈ ਹੋਪ ਯੂ ਕੈਨ ਆਲ ਹੇਅਰ ਮੀ, ਆਈ ਵਿਲ ਸਪੀਕ ਇਨ ਇੰਗਲਿਸ਼ ਐਂਡ ਪੰਜਾਬੀ, ਬਟ ਫਸਟ ਆਈ ਵਿਲ ਸਪੀਕ ਇਨ ਇੰਗਲਿਸ਼। ਨਾਓ ਫਸਟ ਆਫ ਆਲ, ਇਨ ਦਾ ਲਾਸਟ 21 ਈਅਰਸ ਵੀ ਹੈਵ ਅਚੀਵ ਸੋ ਮਚ ਟੁਗੈਦਰ। ਪਿਛਲੇ 21 ਸਾਲ ਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਸਾਰਿਆਂ ਨੇ, ਸਾਰੀ ਸੰਗਤ ਨੇ, ਖਾਲਸਾ ਦੇ ਵਾਲੰਟੀਅਰ ਨੇ, ਟੀਮਾਂ ਨੇ ਬਹੁਤ ਕੋਸ਼ਿਸ਼ ਅਚੀਵ ਕਰ ਲਿਆ। ਸੋ ਵਟਸ ਆਰ ਨੈਕਸਟ ਸਟੈਪ, ਪੀਪਲ ਆਰ ਆਸਕਿੰਗ ਵਟਸ ਯੂਰ ਨੈਕਸਟ ਸਟੈਪ ਫੋਰ ਖਾਲਸਾ ਏਡ, ਤੁਹਾਡਾ ਵੀ ਅਗਲਾ ਕਦਮ ਕੀ ਹੋਊਗਾ ਖਾਲਸਾ ਏਡ ਦਾ। ਹੁਣ ਕਈ ਹੈਗੇ ਆ, ਮੈਂ ਦੇਖਦਾ ਕਿਹੜਾ ਹਾਸਾ ਆਉਂਦਾ, 21 ਸਾਲ ਦੇ ਵਿੱਚ ਮੈਂ ਇੰਨੇ ਹਮਲੇ ਦੇਖੇ ਖਾਲਸਾ ਦੇ ਉੱਪਰ, ਆਪਣੇ ਹਮਲੇ ਸਾਡੇ ਆਪਣਿਆਂ ਨੇ ਕੀਤੇ। ਇਨ ਦਾ ਲਾਸਟ 21 ਈਅਰਸ ਆਈ ਸੀਨ ਸੋ ਮੈਨੀ ਅਟੈਕਸ ਔਨ ਖਾਲਸਾ ਏਡ ਫਰੋਮ ਫੈਲੋ ਸਿੱਖਸ, ਜੈਲਸੀ, ਈਰਖਾ, ਹੁਣ ਵੀ ਮੈਂ ਦੇਖਦਾ ਹਾਂ। ਅਤੇ ਬੜਾ ਹਾਸਾ ਹੁੰਦਾ ਭਾਈ ਦੇਖੋ ਜੀ ਖਾਲਸਾ ਕੋਲ 3 ਮਿਲੀਅਨ ਪਾਉਣ ਡਿਆ, 4 ਮਿਲੀਅਨ ਪਾਉਣ ਡਿਆ, ਤਾਂ ਉਹ ਇੱਦਾਂ ਬੈਠੇ ਆ ਜਿੱਦਾਂ ਕੀਬੋਰਡ 'ਤੇ ਬੰਦੇ ਬੈਠੇ ਨਾ, ਬੰਦੇ ਵੰਗਾਂ ਪਾ ਕੇ ਡਰਪੋਕ ਜਿਹੜੇ ਹੁੰਦੇ ਬੰਦੇ ਨਾ, ਭਾਈ ਘਰ ਚੱਲਦੀ ਨਹੀਂ ਗੀ, ਕੋਈ ਸੁਣਦਾ ਨਹੀਂ ਗਾ,
ਛਿੱਤਰ ਪੈਂਦੇ ਘਰ ਵਾਲੀ ਤੋਂ, ਉਹ ਫਿਰ ਫੇਕ ਆਈ ਡੀ ਬਣਾ ਕੇ ਬੜੇ ਸ਼ੇਅਰ ਬਣ ਜਾਂਦੇ ਪਿੱਛੇ ਬਈ ਕੀਬੋਰਡ ਦੇ ਉੱਪਰ, ਬਈ ਖਾਲਸੇ ਦਾ ਹਮਲਾ ਕਰੀਏ, ਇੰਨੇ ਪੈਸੇ ਦੇਖੋ ਜੀ, ਅਸੀਂ ਪੈਸੇ ਤੁਹਾਡੇ ਲੁਕੋਏ ਥੋੜਾ ਕਦੀ, ਅਸੀਂ ਕਿੱਥੇ ਲੁਕੋਏ ਪੈਸੇ, ਖਾਲਸਾ ਏਡ ਦੇ ਪੈਸੇ ਸਾਰੇ ਜਮ੍ਹਾਂ ਆ ਖਾਲਸਾ ਏਡ ਦੇ ਅਕਾਊਂਟ ਦੇ ਵਿੱਚ, ਮੇਰੇ ਨਾਂ 'ਤੇ ਥੋੜੋ, ਜਿਹਨੂੰ ਜੀ ਕਰਦਾ ਸਾਡੇ ਘਰ ਆ ਜਾਓ, ਦੇਖ ਲਓ ਕਿੱਦਾਂ ਰਹਿੰਦੇ ਅਸੀਂ। ਸੋ ਆਵਰ ਵਿਜ਼ਨ ਫੋਰ ਖਾਲਸਾ ਏਡ ਇਜ਼ ਲੈਸ ਓਰਗਨਾਈਜੇਸ਼ਨ, ਨੋਟ ਅ £3-4 million ਇਨ ਦਾ ਵੈਸਟ, ਦਾ ਗੁਰਦੁਆਰਾ ਇਨ ਯੋਰ ਟਾਊਨ, ਦਾ ਬਿਲਡਿੰਗਸ, not just the land but the building and the income is higher than ਇਹ ਤੇ ਆ ਤੇ ਜਿੱਦਾਂ ਅਮਰੀਕਾ ਦੇਖ ਲਓ, ਯੂਕੇ ਦੇਖ ਲਓ, ਜਿੱਥੇ ਜ਼ਮੀਨ ਗੁਰਦੁਆਰਾ ਬਿਲਡਿੰਗ ਖਾਲਸਾ ਏਡ ਤਾਂ ਉਹਨਾਂ ਦੇ ਸਾਫ ਇੰਨੀ ਕਿਆ ਇੰਨੀ ਚੁੱਭਦੀ ਆ, ਫਿਰ ਫੇਕ ਮਿਲੀਅਨ ਪਾਉਣ ਡਿਆ, 4 million ਪਾਉਣ ਡਿਆ, ਮੈਂ ਕੀ ਕਰ ਲੂੰਗੀ ਅੱਜ। ਫਾਲੋ ਹੋਣੇ ਚਾਹੀਦੇ ਆ ਸਾਰੇ, ਅਮਰੀਕਾ, ਯੂਕੇ, ਆਸਟ੍ਰੇਲੀਆ, ਇੰਡੀਆ, 100 million ਹੋਣਾ ਚਾਹੀਦਾ, ਅਸੀਂ ਦੁਨੀਆ, ਸਾਨੂੰ ਕੋਈ ਲਾਲਚ ਨਹੀਂ ਗਾ, ਨੋ ਨੈਵਰ ਬੀ ਇੰਗਰੀਜ਼ ਫੋਰ ਪਾਵਰ, ਦੈਟਸ ਵਾਂਟ ਮਾਈ ਮਸਲ ਕਾਰ ਟੂ ਵਰਕ, ਆਮ ਆ ਮਸਲ ਕਾਰ ਵਰਕ, ਮੇਰੀ ਤਾਂ ਕਾਰ ਵੀ ਨਹੀਂ ਚੱਲਦੀ। ਸੋ ਜਿਹੜੇ ਝੂਠ ਨਕਲੀ ਪੱਤਰਕਾਰ ਬਣੇ ਫਿਰਦੇ ਆ, ਅਸੀਂ ਥੋੜਾ ਨਾ ਕੀਤੀ ਪੈਸੇ, 1.4 million, 1.5 million ਕੰਮ ਕਰਨ ਨੂੰ ਖੁੱਲੀ ਛੁੱਟੀ ਮਿਲ ਜਾਵੇ, ਤੇ ਹੋਰ 10 ਮਹੀਨੇ 'ਚ 1 ਸਾਲ 'ਚ ਖਰਚ 3-4 million ਕੁਛ ਨਹੀਂ ਗੇ, ਡਰ ਲੈਣ, ਇਹ ਡਰ ਇੰਨੇ ਪੈਸੇ, ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਗੇ, 3-4 million। ਸੋ ਜੇ ਅੱਜ ਕੁਛ ਕਰਨ ਨੂੰ 2-3 million ਤੁਸੀਂ ਰੈਸਟ੍ਰਿਕਸ਼ਨ ਬਹੁਤ ਹੁੰਦੀਆਂ, ਸੋ ਅ ਹਿਊਜ ਸਿੱਖਸ ਆਰ ਸੋ ਜੈਨਰਸ, ਖਾਲਸਾ ਆਫ 21 years ਆਫ ਟਰੱਸਟ, ਸਾਡਾ 21 ਸਾਲ ਦਾ ਤਜਰਬਾ ਆ, ਜੇ ਰਵੀ ਸਿੰਘ ਨੇ ਬਾਬਾ ਬਣ ਕੇ ਕਰਾਉਣੀ, ਸਾਡਾ ਟਰੱਸਟ ਹੀ ਨਹੀਂ ਹੋਣੇ ਸੀਗੇ, ਸਾਡਾ ਕੋਈ ਪੈਸਾ ਕਮਾਉਣਾ ਸੀ ਅਸੀਂ ਪਰਸਨਲੀ, ਸਾਡਾ ਇਤਿਹਾਸ ਕਹਿੰਦਾ ਭਾਈ ਖਾਲਸਾ ਜਾ ਰਿਹਾ, ਭਾਈ ਸੰਗਤ ਵੀ ਚਾਹੁੰਦੀ ਖਾਲਸਾ, ਹੋਰ ਵੀ ਖੇਰ ਬਾ 3-4 million, ਵੀ ਨੀਡ ਟੂ ਗੋ ਬਿਗ ਆ, ਵੇਰਐਵਰ ਯੂ ਆਰ ਖਾਲਸਾ, ਗੋ ਟੂ ਦਾ ਖਾਲਸਾ ਵੈਬਸਾਈਟ, ਡੋਨੇਸ਼ਨ ਬਟਨਸ, ਵਿਲ ਗੈਟ, I think these fake IDs, these Sangha things, oh my god, there's 3-4 doing this, yeah, it's all safe, is it, ye meri jeb hunda paisa to dekh lo ja ke sare passe dere ja tanu assi dikha, it's all in the safe, is the one regulated, is in a or 6 trustees, these legally is in showing you, we built an institution, we built something for me, honestly I would have gone to do whatever, be on a holiday somewhere, be on hold, see whatever we got, t-shirts and jeans, very very content in life, no greed, but you know, it makes me wonder, these fake IDs think that when they make videos they're going to suddenly think Carlside's got 3-4 million,
I want cars. Annual income 50 million, 200 million, $100 million, $200 million. ਬੜੀਆਂ ਸੰਸਾਂ ਦੇ ਕੋਲ ਆ ਪੈਰੋਂ ਸ਼ਰਮਾਉਣ ਦੀ ਗੱਲ ਆ ਜਾਂ ਅਸੀਂ ਤੁਸੀਂ ਸਾਨੂੰ 100 ਪੌਂਡ ਦਿੰਦੇ ਆ ਤੇ ਉਹਦੇ ਵਿੱਚ ਖਰਚਦੇ ਆ ਸਾਨੂੰ ਤੁਸੀਂ 1000 ਪੌਂਡ ਦਿੰਦੇ ਖਰਚਦੇ ਆ ਤੁਸੀਂ ਸਾਨੂੰ 2000 ਪੌਂਡ We don't hide the fact you are so generous. If you ever we're registered, where's all the money gone? They only got us. We know they collected a million. We then you can ask me questions. It's all that. But the jealousy Sikh groups, some of the they will be and they tell the biggest BS but they won't say it to my face. I think there's a taboo about money. In 21 years you got to show 4, 5, 3, 4 now and we're going to spend maybe less. But we're restricted. Right now, $80,000 food in Iraq. The bigger vision. ਲਾ ਲਓ ਭਾਵੀ ਤੁਹਾਡੀ ਜਿਹੜੀ ਆ ਗਿਆ ਜੈਲਸੀ ਦੀ ਹੋਰ ਕਿਤੇ 4 ਮਿਲੀਅਨ ਅਸੀਂ 100 ਮਿਲੀਅਨ ਕਹਿੰਦੇ ਹਾਂ ਅੰਗਤ ਆ ਸਪੋਰਟ ਆ ਖਾਲਸਾ ਏਡ ਥੰਮ ਬਣ ਗਿਆ ਸਿੱਖਾਂ ਦਾ ਖਾਲਸਾ ਏਡ ਇਜ਼ ਪ੍ਰੋਟੈਕਟਿਡ ਓਵਰ ਦ ਲਾਸਟ 21 ਈਅਰਸ ਆਈਵ ਸੀਨ ਵੀ ਨੈਵਰ ਬੈਕ ਆਫ ਮੈਂ ਕਦੀ ਪਿੱਛੇ ਸੱਚ ਗੱਲ ਆਉਂਦੀ ਅਸੀਂ ਕਰੀ ਦੀ ਆ ਤੁਸੀਂ ਹੋਰ ਬੇਤੀ ਮੇਰੇ ਝੂਠੇ ਆ ਦੇਖੋ ਜੀ ਕਹਿੰਦੇ ਮੈਂ ਤਾਂ ਏਦਾਂ ਪਈ ਜਿੱਦਾਂ ਪਈ ਕਿਹਾ ਤੁਹਾਡੇ ਨਾਲ ਕਦੀ ਉਹਵੇਂ ਕਹਿੰਦੇ ਪਈ ਫਿਰ ਫੇਕ ਆੜੀਆਂ ਬੁੜੀਆਂ ਦੀਆਂ ਫੇਕ ਆੜੀਆਂ ਫੇਕ ਆੜੀਆਂ ਬਣਾਉਂਦੇ ਬੁੜੀ ਇੰਨੇ ਡਰਪੋਕ ਆ ਬੋਲਦੇ ਅਸੀਂ ਸਿੱਧਾ ਬੋਲਣਾ ਸਿੱਖ ਕਿਸ ਨੂੰ ਪਸੰਦ ਆ ਅਸੀਂ ਕੰਮ ਪਿਆ ਇੱਕੀ ਅਚੀਵ ਇਸ ਫਨੋਮੀਨਲ ਨੋਟ 21 ਈਅਰਸ ਯੂ ਸ਼ੋਸ ਯੋਰ ਜੈਨਰੋਸਿਟੀ ਐਸ ਮਚ ਐਸ ਯੂ ਕੈਨ And I guarantee you next 2 years will change the staff, humanity, bigger operations around the world. I promise you we can do it. I ask you for to trust me. Everyone in the world knows who Sikhs are. 4 million, whatever it is. Aid has given the Sikhs of the 21 years is phenomenal. You did it. The Sangat did it. It's not one person. Our teams, the Sangat, you trusted us. You believed in us. You believed in me. I'm not a good guy. I've never been a good guy. I swear, I shout, I get angry, but I promise you I'll talk straight. Now trust me more. We have a great team. We have great experience. There's nobody in the community at the moment, in the groups, that is more experienced than the Khalsa Aid groups for delivering humanitarian aid.
from Punjab to America to the UK, Khalsa Aid is one of the most experienced teams. As you know, even our people who can't, you know, stand us, hate us, will tell you that. So, main tuhanu ehi kehna chahunda, saade vich koi lukova nahi ga, assi pind de bande haan, pind saada bachpan siga, siddhi gal kari di aa, kai vari siddhi gal kisi nu suit nahi hundi, saanu koi fark nahi ga. Na saanu koi lalch da, na koi kursi da, saanu lalch aa ਸਿੱਖਾਂ ਦੀ ਜਿਹੜੀ ਜਿਹੜਾ ਨਿਸ਼ਾਨ ਆ ਇੱਕ ਪਰਮਨ ਦੁਨੀਆ ਦਿਲ 'ਚ ਆ ਜਾਵੇ ਹੁਣ ਆਉਣ ਲੱਗ ਪਿਆ ਕਿੰਨੇ ਦੇਸਾਂ ਪ੍ਰਦੇਸਾਂ ਜਿੱਥੇ ਖਾਲਸਾ ਸਾਹਿਬ ਸੇਵਾ ਚੱਲਦੀ ਆ ਇੰਨਾ ਪਿਆਰ ਸਿੱਖਾਂ ਲਈ ਪਰ ਤਾਂ ਵੀ ਆਪਣੇ ਸਾਡੇ ਵਿੱਚ ਹੈਗੇ ਜਿਹੜੇ ਦੇਖ ਕੇ ਸੜਦੇ ਸੜ ਲੈਂਦੇ ਹੋ ਮੇਰਾ ਇਹੀ ਮੈਸੇਜ ਆ ਅਸੀਂ ਤੁਹਾਡੇ ਨਾਲ ਰਲ ਕੇ 21 ਸਾਲ ਦੇ ਵਿੱਚ ਗੁਰੂ ਕਿਰਪਾ ਨਾਲ ਦੇਖੋ ਕਿੰਨਾ ਪਿਆਰ ਸਿੱਖੀ ਲਈ ਵਧਾਇਆ ਸਾਡੇ ਸੇਵਾਦਾਰ ਸਾਡੀਆਂ ਟੀਮਾਂ ਸਾਡੇ ਸਪੈਸ਼ਲੀ ਸਾਡੇ ਸੇਵਾਦਾਰ ਸਾਡੀ ਰੀੜ੍ਹ ਦੀ ਹੱਡੀ ਆ ਜੇ ਮੈਂ ਕਹਿ ਦੇਵਾਂ ਇੱਕ ਬੰਦੇ ਨੇ ਕੀਤੀ ਆ ਨਾ ਇੱਕ ਬੰਦੇ ਨੇ ਕੁਛ ਨਹੀਂ ਕੀਤਾ ਮੈਂ ਜਦੋਂ ਗੱਲ ਕੱਲ੍ਹ ਇੱਥੇ ਸਾਡੀ ਮੈਂ ਪੋਸਟ ਪਾਇਆ ਸੀਗਾ ਇੱਕ ਪਾਕਿਸਤਾਨ ਤੋਂ ਬੀਬੀ ਨੇ ਬਹੁਤ ਹੀ ਵਧੀਆ ਪੋਸਟ ਪਾਇਆ ਖਾਲਸਾ ਐਡ ਬਾਰੇ ਆਈਡੀਆ ਖਾਲਸਾ ਐਡ ਦਾ ਖਾਲਸਾ ਐਡ ਦਾ ਆਈਡੀਆ 1% ਸੀਗਾ ਜਿਹੜਾ 99.99% ਆਈਡੀਆ ਜਿਹੜਾ ਅੱਜ ਖੜਾ ਹੋਇਆ ਉਹ ਸਾਡੇ ਸੇਵਾਦਾਰ ਸਾਡੀ ਇੰਡੀਆ ਦੀ ਟੀਮ ਅਮਰਪ੍ਰੀਤ ਹੋਣੀ ਜਿੰਦੇ ਜਤਿੰਦਰ ਹੋਣੀ ਅਮਰ ਸਿੰਘ ਹੋਣੀ ਅਮਰਤ ਸਿੰਘ ਕੌਰ ਹਰਪ੍ਰੀਤ ਸਿੰਘ ਇਹਨਾਂ ਨੇ ਸਾਰਿਆਂ ਨੇ ਇਕੱਠਾ ਕੀਤਾ ਤੁਸੀਂ ਕੀਤਾ ਸੋ ਜੇ ਕੋਈ ਲੰਡਨ ਆਇਆ ਹੋਵੇ ਕੋਈ ਮਿਲਣਾ ਚਾਹੋ ਸਾਨੂੰ ਈਮੇਲ ਕਰੋ ਸਾਡੇ ਘਰ ਆ ਕੇ ਚਾਹ ਪੀਣੀ ਦੇਖ ਲਓ ਸਾਨੂੰ ਕੋਈ ਇਹ ਸਾਡੇ ਮਹਿਲਾਂ ਚੜ੍ਹੇ ਨੇ ਸਾਡੀ ਕਾਰ ਵੀ ਮੇਰੀ ਖਰਾਬ ਪਈ ਉਹ ਆ ਜਿਹੜੀ ਪਰਸਨਲ ਕਾਰ ਪਿਛਲੇ 1.5 ਸਾਲ ਦੀ ਉਹ ਤਾਂ ਵੀ ਠੀਕ ਹੁੰਦੀ ਸੋ ਸਾਨੂੰ ਕੋਈ ਲਾਲਚ ਨਹੀਂ ਚੀਜ਼ ਦਾ ਲਾਲਚ ਇਹੀ ਆ 50 ਸਾਲ ਦੀ ਸਾਡੀ ਉਮਰ ਹੋ ਗਈ ਆ ਓਲਮੋਸਟ 30 ਸਾਲ ਦੇ ਸੀ ਅਸੀਂ 29.5 ਸਾਲ ਦਾ ਸੀ ਜਦੋਂ ਖਾਲਸਾ ਸ਼ੁਰੂ ਹੋਈ ਸਾਡੀ ਉਮਰ ਉਸੇ 29.5 ਸਾਲ ਦੀ ਸੀ ਹੁਣ 50 ਸਾਲ ਦੀ ਹੋ ਗਈ ਆ ਹੁਣ ਮੈਂ ਸੋਚਦਾ ਵੀ 5-10 ਸਾਲ ਦੇ ਵਿੱਚ ਸਾਡਾ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਤੁਹਾਡੇ ਉੱਪਰ ਡਿਪੈਂਡ ਕਰਦਾ ਹੁਣ ਕਰ ਦਈਏ ਖਾਲਸਾ ਨੂੰ ਉਸ ਲੈਵਲ 'ਤੇ ਜਿੱਥੇ ਹੋਣੀ ਚਾਹੀਦੀ ਆ ਅਤੇ ਅਸੀਂ ਗਾਰੰਟੀ ਕਰਾਂਗੇ ਸਾਡੇ ਜਿਹੜੇ ਜਥੇਦਾਰ ਦੁਨੀਆ ਵਿੱਚ ਹੈਗੇ ਆ ਮੋਹਰੇ ਹੋਏ ਅਮਰਪ੍ਰੀਤ ਸਿੰਘ ਇੰਡੀਆ 'ਚ ਜਤਿੰਦਰ ਸਿੰਘ ਹੋਣੀ ਕਨੇਡਾ 'ਚ ਉਮਰ ਸਿੰਘ ਹੋਣੀ ਕੈਲੀਫੋਰਨੀਆ ਅੰਮ੍ਰਿਤ ਕੌਰ ਨਿਊਯੋਰਕ ਹਰਪ੍ਰੀਤ ਸਿੰਘ ਇੱਧਰ ਆਸਟ੍ਰੇਲੀਆ ਹੁਣ ਸਾਰਿਆਂ ਨਾਲ ਇੱਥੇ ਗੁਰਸੇਵਕ ਸਿੰਘ ਗੁਰਪ੍ਰੀਤ ਸਿੰਘ ਜੁੜੇ ਹੋ ਆ ਇੰਗਲੈਂਡ 'ਚ ਥਾਂ ਥਾਂ ਬ੍ਰਾਂਚ ਖੋਲੂਗੇ ਪਿੱਛੇ ਨਹੀਂ ਹਟਣਾ ਹੁਣ ਹੁਣ ਡੱਟ ਕੇ ਇਹ ਨਹੀਂ ਭਾਈ ਸਾਨੂੰ ਕੋਈ ਆਪਣੇ ਦੇ ਪੈਸੇ ਦਾ ਕੋਈ ਲਾਲਚ ਨਹੀਂ ਗਾ ਪਰ ਖਾਲਸਾ ਏਡ ਬਿਲਕੁਲ ਚੜ੍ਹਦੀ ਕਲਾ ਖਾਲਸਾ ਏਡ ਹੁਣ ਨੈਕਸਟ ਲੈਵਲ 'ਤੇ ਜਾਣੀ ਆ ਤਾਂ ਹੀ ਤੁਹਾਨੂੰ ਮੈਂ ਪੁੱਛਦਾ ਤੁਹਾਡੀ ਸਪੋਰਟ ਦੀ 4 ਮਿਲੀਅਨ 'ਚ ਪਹੁੰਚਿਆ 3-4 ਮਿਲੀਅਨ ਦਾ ਤੁਹਾਡੇ ਮੋਹਿਤ ਆ ਤੁਹਾਡੇ ਜਿਹੜੇ ਗੁਰਦੁਆਰੇ ਆਲੇ ਦੁਆਲੇ ਆ ਅਮਰੀਕਾ ਕਨੇਡਾ UK ਸਟੇਟ ਉਹਦੀ ਬਿਲਡਿੰਗ 3-4 ਮਿਲੀਅਨ ਦੀ ਆ ਭਾਈ ਸਾਨੂੰ ਕਹੀ ਜਾਂਦੇ ਭਾਈ ਤੁਹਾਡੇ ਕੋਲ 3-4 ਮਿਲੀਅਨ ਆ ਕੀ ਕਰਦੇ ਦੇਖ ਲਓ ਕੀ ਕਰਦੇ ਦੁਨੀਆਂ ਦੇ ਵਿੱਚ ਦੇਖ ਲਓ ਝੰਡੇ ਚੜ੍ਹਾਤੇ ਸੇਵਾ ਦੇ ਤੁਹਾਡੇ ਕਰਕੇ ਉਹ ਤਾਂ 3-4 ਮਿਲੀਅਨ 2-3 ਮਿਲੀਅਨ ਹੀ ਕਰ ਦਿੱਤੇ ਹੁਣ ਸੋਚੋ ਜੇ ਸਾਨੂੰ 100 ਲੈਵਲ ਦਾ ਸਾਡਾ ਵੀ ਹੋਵੇ ਵਿਜ਼ਨ $100 ਮਿਲੀਅਨ ਸਾਲ ਦਾ $50 ਮਿਲੀਅਨ ਸਾਲ ਦਾ ਅਸੀਂ ਇੱਕ ਵਿਜ਼ਨ ਕਿੱਥੇ ਤੱਕ ਲੈ ਕੇ ਜਾਂਦਾ ਤੁਹਾਨੂੰ ਫਿਰ ਜਿੱਥੇ ਵੀ ਜਾਓਗੇ ਦੁਨੀਆਂ ਦੇ ਵਿੱਚ ਹੁਣ ਵੀ ਕਈ ਪਾਰਟ ਤੁਸੀਂ ਜਾਂਦੇ ਹਾਂ ਜਿੱਥੇ ਤੁਹਾਨੂੰ ਕਹਿੰਦੇ ਓ ਵੀ ਨੋ ਤੁਹਾਨੂੰ ਸਾਨੂੰ ਪਤਾ ਤੁਸੀਂ ਕੌਣ ਆ ਤੁਸੀਂ ਖਾਲਸਾ ਐਡ ਵੀ ਨੋ ਹੂ ਯੂ ਆਰ ਯੋ ਖਾਲਸਾ ਐਡ ਵੀ ਸੀਨ ਯੂ ਸੀਕਸ ਆਰ ਡੂਇੰਗ ਬ੍ਰਿਲੀਅੰਟ ਵਰਕ ਵੀ ਲਵ ਦ ਸੀਕਸ ਇਹ ਅਸੀਂ ਘੜੀ ਘੜੀ ਸੁਣਦੇ ਆਈ ਗੋ ਪਲੇਸਿਸ ਦੇ ਸਰ ਵੀ ਰਿਮੈਂਬਰ ਯੂ ਹੈਲਪ ਇਨ ਬੰਗਲਾਦੇਸ਼ ਯੂ ਹੈਲਪ ਇਨ ਨੇਪਾਲ ਯੂ ਹੈਲਪ ਇਨ ਇਰਾਕ ਯੂ ਹੈਲਪ ਇਨ ਲੈਬਨਨ ਯੂ ਹੈਲਪ ਐਵਰੀਵੇਅਰ ਵੀ ਨੋ ਹੂ ਯੂ ਆਰ ਯੂ ਆਰ ਵੰਡਰਫੁਲ ਪੀਪਲ ਇਹ ਤਾਂ 2-3 ਮਿਲੀਅਨ ਪਾਉਣ ਨੇ ਕਰ ਦਿੱਤਾ ਇਹਨਾਂ ਨੂੰ 3-4 ਮਿਲੀਅਨ ਚੁੱਭਦੇ ਸਾਡੇ ਜਿਹੜੇ ਖਿਲਾਫ ਆ ਆਪਣੇ ਬੰਦੇ ਖਿਲਾਫ ਹੋਰ ਨਹੀਂ ਬਾਹਰਲੇ ਨਹੀਂ ਹੁਣ 50-100 ਮਿਲੀਅਨ ਕਰੀਏ ਇਹ ਤਾਂ ਦੇਖ ਕੇ ਕੀ ਇਹ ਤਾਂ ਦੇਖ ਕੇ ਮੈਂ ਫਿਰ ਆਪਣੇ ਨੂੰ ਅੱਗ ਲਾ ਲੂਗੇ ਫਿਰ ਜਿਹੜੇ ਸਾਨੂੰ ਨਫ਼ਰਤ ਕਰਦੇ ਆ ਸੋ ਚਲੀਏ ਇੱਕ ਹੋਰ ਰਸਤੇ 'ਚ ਪਈਏ ਜਦ ਤੱਕ ਅਸੀਂ ਜਿਉਂਦੇ ਹਾਂ ਸਾਨੂੰ ਜਵਾਬ ਆ ਕੇ ਤੁਸੀਂ ਪੁੱਛ ਲਓ ਜੋ ਪੁੱਛਣਾ ਆਫਿਸ ਦੇ ਵਿੱਚ ਆ ਕੇ ਅਤੇ ਸਾਡਾ ਕੋਈ ਹਲਤਾ ਕੋਈ ਬੰਦ ਨਹੀਂ ਹੋਇਆ ਕੰਮ ਕਈ ਵਾਰ ਸਾਨੂੰ ਕਹਿੰਦੇ ਪਈ ਬੰਗਲਾਦੇਸ਼ ਤਾਂ ਚੱਲੀ ਜਾਂਦਾ ਉੱਥੇ ਮਾੜੀ ਮੁਸ਼ਕਿਲ ਆ ਕਿਉਂਕਿ ਕਰੋਨਾ ਵਾਇਰਸ ਅਤੇ ਮਿਲਟਰੀ ਸਾਨੂੰ ਪਰਮਿਸ਼ਨ ਲੜੀ ਪੈਂਦੀ ਕੇਰਲਾ ਵੀ ਚੱਲੀ ਜਾਂਦਾ ਕੰਮ ਸਾਡਾ ਜਿੱਥੇ ਅਸੀਂ ਪੈਸੇ ਇਕੱਠੇ ਕੀਤੇ ਪੰਜਾਬ ਦੇ ਹੜ੍ਹ ਲਈ ਹਲ ਤੱਕ ਸਾਡੇ ਕੋਲ ਪੈਸੇ ਪਏ ਹੋ ਆ ਉਹ ਵੀ ਹਲਤਾ ਖਰਚ ਨੇ ਜਿਹੜੇ ਪਏ ਖਰਚ ਦਿੱਤੇ ਜਿੰਨੇ ਖਰਚ ਉਸ ਵੇਲੇ ਮੇਰੇ ਖਿਆਲ ਇੱਥੋਂ UK ਤੋਂ ਲੋਨ 7 ਲੱਖ ਪਾਉਣ ਖਰਚ ਦਾ
ਤੇ ਉਧਰੋਂ ਅਮਰੀਕਾ ਕੈਨੇਡਾ ਵਾਲੇ ਨੇ ਵੀ ਹੁਣ ਸਾਡੇ ਕੋਲ ਪਏ ਉਹ ਪੈਸੇ ਉਹ ਵੀ ਖਰਚਣੇ ਅਸੀਂ ਕਿਹਾ ਸੀ ਉਹ ਜਿੱਥੇ ਹੜ ਉੱਥੇ ਖਰਚਾਂਗੇ ਕਈ ਵਾਰੀ ਪੰਜਾਬ ਦੇ ਵਿੱਚ ਜਿੱਦਾਂ ਇੰਡੀਆ 'ਚ ਕੰਮ ਕਰਨਾ ਔਖਾ ਹੁੰਦਾ ਤੇ ਹੁਣ ਉਹ ਮੁੰਡਿਆਂ ਨੇ ਬਹੁਤ ਮੁੰਡਿਆਂ ਨੇ ਟਰੈਕਟਰ ਲਿਆਂਦੇ ਬੀਜ ਦਿੱਤਾ ਫਸਲਾਂ ਦੀ ਕੀਤਾ ਸੇਵਾ ਕੀਤੀ ਹਾਲੇ ਤਾਂ ਸਾਡੇ ਕੋਲ ਉਹ ਵੀ ਹਾਲੇ ਤੱਕ ਖਰਚ ਨਹੀਂ ਹਾਲੇ ਤੱਕ ਅਸੀਂ ਇਹਦੇ 'ਤੇ ਕਹਿ ਤਾ ਵੀ ਇੱਕਦਮ ਪੈਸੇ ਕੱਟ ਕੇ ਹੁਣ ਦੂਜੇ ਪਾਸੇ ਜਦੋਂ ਅਸੀਂ ਕਹਿ ਦੇਵਾਂਗੇ ਹੁਣ ਇੱਥੇ ਕੰਮ ਬੰਦ ਆ ਫਿਰ ਤੁਹਾਨੂੰ ਪੁੱਛ ਸਕਦੇ ਕੰਮ ਨਹੀਂ ਬੰਦ ਕਿਤੇ ਵੀ ਕੰਮ ਚੱਲੀ ਜਾਂਦੇ ਸੇਵਾ ਸਾਰੇ ਪਾਸੇ ਚੱਲੀ ਜਾਂਦੀ ਕਈ ਵਾਰੀ ਪੋਲੀਟੀਕਲ ਰੀਜ਼ਨ ਨੇ ਮਾੜਾ ਜਿਹਾ ਹੌਲੀ ਹੋ ਜਾਂਦਾ ਕੰਮ ਸੋ ਇਫ ਯੂ ਵਾਂਟ ਟੂ ਚੇਂਜ ਦਾ ਵਰਲਡ ਇਟ ਵਿਲ ਟੇਕ ਮਨੀ ਜੇ ਦੁਨੀਆ ਬਦਲਣੀ ਹੋਰ ਪੈਸੇ ਤੋਂ ਬਗੈਰ ਦੁਨੀਆ ਨਹੀਂ ਚੱਲਦੀ ਪਰ ਪੈਸਾ ਸੰਭਾਲਣਾ ਔਖਾ ਇਕੱਠਾ ਕਰਨਾ ਸੌਖਾ ਹੁਣ ਕਈ ਸਾਡੇ ਕੋਲ ਇਮੋਸ਼ਨ ਆਏ ਆ ਸਾਡੇ ਭੈਣ ਭਰਾ ਬੈਠੇ ਅਫਗਾਨਿਸਤਾਨ ਜੇ ਸਾਡੇ ਕੋਈ ਇਫ ਸੰਬੜੀ ਅਪਰੋਚ ਇਜ਼ ਮੀ ਵਿਦ ਅ ਗੁੱਡ ਔਰਗਨਾਈਜੇਸ਼ਨ ਟੂ ਹੈਲਪ ਦਮ ਵੀ ਵਿਲ ਹੈਲਪ ਦਮ ਵੀ ਵਰਕਿੰਗ ਵਿਦ ਸਮ ਆਫ ਦਾ ਪੀਪਲ ਇਨ ਕੈਨੇਡਾ ਦੇ ਡੂਇੰਗ ਅ ਗੁੱਡ ਜੋਬ ਅਫਗਾਨਿਸਤਾਨ ਸਾਡੇ ਸਿੱਖ ਭਰਾ ਬੈਠੇ ਭੈਣ ਭਰਾ ਬੈਠੇ ਜੇ ਕੋਈ ਗੁੱਡ ਚੰਗੀ ਸੰਸਥਾ ਉੱਥੇ ਕੰਮ ਕਰਦੀ ਫਿਰ ਅਸੀਂ ਕੰਮ ਕਰਨ ਨੂੰ ਤਿਆਰ ਅਸੀਂ ਪੈਸੇ ਇਕੱਠੇ ਨਹੀਂ ਕਰਨੇ ਅਫਗਾਨਿਸਤਾਨ ਸਿੱਖਾਂ ਲਈ ਅਸੀਂ ਅਪੀਲ ਵੀ ਨਹੀਂ ਕੀਤੀ ਹੁਣ ਕਈ ਵਾਰੀ ਕੋਈ ਅਟੈਕ ਹੋ ਜਾਂਦਾ ਅਪੀਲ ਦੇ ਵਿੱਚ ਇਕੱਠੇ ਪੈਸੇ ਇਕੱਠੇ ਕਰਨ ਦੀ ਕੋਈ ਖੜੀਆਂ ਹੋ ਜਾਂਦੀਆਂ ਸੰਸਥਾ ਪੈਸੇ ਕਿੰਨੇ ਪੈਸੇ ਇਕੱਠੇ ਕਰ ਲੈਂਦੇ ਪਰ ਖਰਚਣੇ ਕਿੱਦਾਂ ਹੁੰਦੇ ਫਿਰ ਸੋਚਦੇ ਨਹੀਂ ਮਗਰੋਂ ਅਸੀਂ ਕੋਈ ਅਫਗਾਨਿਸਤਾਨ ਸਿੱਖਾਂ ਲਈ ਹਾਲੇ ਤੱਕ ਅਪੀਲ ਨਹੀਂ ਕੀਤੀ ਕਿਉਂਕਿ ਕੰਮ ਕਰਨਾ ਉੱਥੇ ਬਹੁਤ ਔਖਾ ਬਹੁਤ ਔਖਾ ਅਤੇ ਜੇ ਸਾਨੂੰ ਹੁਣ ਸੰਸਥਾ ਚਾ ਕੇ ਮਿਲ ਗਈ ਆ ਅਸੀਂ ਅੱਜ 1,00,000 ਪਾਉਂਡ ਆਪਣੇ ਵੱਲੋਂ ਖਰਚਣ ਨੂੰ ਤਿਆਰ ਹਾਂ ਸੋ ਪੈਸੇ ਦੀ ਪ੍ਰੋਬਲਮ ਨਹੀਂ ਗੀ 2,00,000 ਖਰਚ ਦੇਵਾਂਗੇ 3,00,000 ਖਰਚ ਹੋਵਾਂਗੇ ਸੇਫਲੀ ਪਰ ਸੋਚਣਾ ਪੈਂਦਾ ਭਈ ਕਿੱਦਾਂ ਅਸੀਂ ਕਰਨਾ ਇਮੋਸ਼ਨ 'ਤੇ ਇੱਕਦਮ ਭਈ ਭੜਕਾ ਕੇ ਕੋਈ ਚੀਜ਼ ਹੋ ਗਈ ਪੈਸੇ ਇਕੱਠੇ ਕਰਨੇ ਸੰਗਤ ਤੋਂ ਬਹੁਤ ਸੌਖੇ ਆ ਪਰ ਸੰਗਤ ਫਿਰ ਹੇਰਾ ਫੇਰੀ ਹੁੰਦੀ ਆ ਅਸੀਂ ਇੱਦਾਂ ਕਰੀਦੀ ਸੋਚ ਸਮਝ ਕੇ ਚੱਕਣਾ ਕਦਮ ਫਿਰ ਅਸੀਂ ਕਰਾਂਗੇ ਕੰਮ ਕਰਕੇ ਅਪੀਲ ਕਰਾਂਗੇ ਕੰਮ ਨਹੀਂ ਪਹਿਲਾਂ ਨਹੀਂ ਕੰਮ ਨਹੀਂ ਕਰਕੇ ਇਹ ਨਹੀਂ ਭਈ ਕੰਮ ਨਹੀਂ ਕਰਨਾ ਪਹਿਲਾਂ ਅਪੀਲ ਸ਼ੁਰੂ ਕਰ ਦਿਉ ਅਸੀਂ ਇੱਦਾਂ ਨਹੀਂ ਕਰਨੀ ਵੀ ਹੈਵ ਲੋਟ ਟੂ ਡੂ ਸੰਗਤ ਜੀ ਆ ਲੋਟ ਟੂ ਡੂ ਕੰਟੀਨਿਊ ਯੋਰ ਟਰੱਸਟ ਕੀਪ ਹੈਲਪਿੰਗ ਅਸ ਕੀਪ ਸਪੋਰਟਿੰਗ ਅਸ ਕੀਪ ਸਪੋਰਟਿੰਗ ਆ ਖਾਲਸਾ ਟੀਮ ਥਰੂ ਆਊਟ ਦਾ ਵਰਲਡ ਆਈ ਐਮ ਸੋ ਗ੍ਰੇਟਫੁਲ ਪਰਸਨਲੀ ਆਮ ਥੈਂਕਫੁਲ ਟੂ ਆਲ ਦਾ ਬਿਜ਼ਨਸ ਕਮਿਊਨਿਟੀ ਅਰਾਊਂਡ ਦਾ ਵਰਲਡ America, Canada, Australia, UK, India, so many businesses are helping Khalsa Aid. Thank you. Hun America, Canada, UK, vich, Australia, vich, India, vich, bahut businessmen saadi help kar rahe aa. Assi unhan da bahut dhanwad karde aa. Bahut dhanwad karde aa ki saade upar trust kita. Kai log tuhanu trust todn nu karde aa. Bahut koshish kar rahe aa ki tuhanu trust todna, tuhanu yakeen todna Khalsa Aid na. Saadi ehi benti aa. ਜੁੜੇ ਰਹੋ ਵੀ ਆਰ ਗੋਇੰਗ ਟੂ ਚੇਂਜ ਦਾ ਵਰਲਡ ਫੋਰ ਈਵਨ ਬੈਟਰ ਅਸੀਂ ਦੁਨੀਆ ਹਾਲ ਤੱਕ ਹੋਰ ਬਦਲਣੀ ਇਕੱਠਿਆਂ ਨੇ ਜਿੰਨੀ ਦੁਨੀਆ ਬਦਲਿੱਤੀ ਪਿਆਰ ਦੇ ਨਾਲ ਓਨੀ 10 ਗੁਣਾ ਹੋਰ ਅਸੀਂ ਬਦਲਣੀ ਆ ਤੁਹਾਡਾ ਬਹੁਤ ਧੰਨਵਾਦ ਇਕੱਲੇ ਇਕੱਲੇ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਸਾਨੂੰ ਸਪੋਰਟ ਕੀਤੀ ਆ 21 ਸਾਲ ਤੁਸੀਂ ਸਾਡਾ ਤਜਰਬਾ ਦੇਖਿਆ 21 ਸਾਲ ਜੇ ਤੁਸੀਂ ਦੇਖਣਾ ਅਸੀਂ ਕਿੱਥੇ ਰਹਿੰਦੇ ਹਾਂ ਆ ਜਾਓ ਆ ਵੀ ਆ ਕਾਰ ਬੈਠਾ ਜਿਹੜੀ ਮੈਂ ਇਹ ਜਿਹੜੀ ਖਾਲਸਾ ਦੇ ਕਾਰ ਜਿੱਥੇ ਕਦੇ ਘੁੰਮੀਦਾ ਸਾਰੇ ਪਾਸੇ ਜਾਈਦਾ ਇੱਥੇ ਖਾਲਸਾ ਲਈ ਇਹ ਵੀ 2014 ਦੀ ਆ ਖਰੇ ਜਾਂ 16 ਦੀ ਇੱਦਾਂ ਕੁਛ ਆ ਸਾਡੀ ਪਰਸਨਲ ਕਾਰ ਟੁੱਟੀ ਫਿਰੀ ਆ ਉਹ ਠੀਕ ਨਹੀਂ ਹੁੰਦੀ ਹਾਲੇ ਤੱਕ ਕਰੋ ਸਾਡਾ ਘਰ ਵੀ ਦੇਖ ਲਓ ਕਿ ਦੇਖਣਾ ਕਿੰਨੇ ਕਿੱਥੇ ਰਹਿੰਦੇ ਅਸੀਂ ਜਿੰਨੇ ਤਾਂ 21 ਸਾਲ ਤਾਂ ਅਸੀਂ ਵੀ ਕਰੋੜਪਤੀ ਬਣ ਕੇ ਬਹਿਣਾ ਸੀਗਾ ਅਸੀਂ ਉੱਥੇ ਜਾ ਕੇ ਫੈਂਸੀ ਕੱਪੜੇ ਫੈਂਸੀ ਬਣ ਲਿਆ ਅਸੀਂ ਸਾਨੂੰ ਕੋਈ ਫੈਂਸੀ ਚੀਜ਼ ਦੀ ਲੋੜ ਨਹੀਂ ਹਰ ਵਾਰੀ ਸਾਨੂੰ 60 ਆ 84 ਦੀ ਸਾਨੂੰ 60 ਆ ਭਈ ਲੱਗੀ ਉਹ ਭਈ ਅਸੀਂ ਕਿੱਥੇ ਹਾਂ ਕੌਣ ਹਾਂ ਇੰਨੀ ਮਹਾਨ ਕੌਮ ਕਿੱਥੇ ਪਹੁੰਚ ਗਏ ਪਰ ਜਿਹੜੀ ਸੇਵਾ ਆ ਉਹਨਾਂ ਨੂੰ ਚੁੱਭਦੀ ਆ ਜਿਹੜੀ ਚਾਹੁੰਦੇ ਆ ਭਈ ਸਾਡੇ ਉੱਪਰ ਬਸ ਲੇਵਲ ਲੱਗੀ ਜਾਵੇ ਅੱਤਵਾਦੀ ਦਾ ਚੁੱਪ ਕਰਕੇ ਬਹਿ ਜਾਓ ਜਦੋਂ ਸੇਵਾ ਕਰੀਦੀ ਦੁਨੀਆ 'ਚ ਵਾਹਵਾ ਹੁੰਦੀ ਸਿੱਖਾਂ ਦੀ ਜਦੋਂ ਵਾਹਵਾ ਸਿੱਖਾਂ ਦੀ ਹੁੰਦੀ ਸਾਰੇ ਦੋਸ਼ਾਂ ਨੂੰ ਅਲੱਗ ਲੱਗਦੀ ਸੋ ਮੇਰਾ ਧੰਨਵਾਦ ਜਿਹੜੇ ਸਾਨੂੰ ਦੇਖ ਕੇ ਸੜਦੇ ਆ ਸਾਡੇ ਖਿਲਾਫ ਝੂਠ ਬੋਲ ਕੇ ਕੈਂਪੇਨ ਸ਼ੁਰੂ ਕੀਤੀ ਉਹ 3-4 ਮਿਲੀਅਨ ਪਾਉਣ ਦੀ ਜਾਂ ਇਹ ਕੋਈ ਤੁਹਾਡਾ ਫਰਕ ਨਹੀਂ ਪੈਣਾ ਤੁਹਾਡੇ ਵਰਗੇ ਮੈਂ 100 ਕੁੱਤੇ ਦੇਖਦਾ ਭੌਂਕਦੇ ਸ਼ੇਰ ਚੁੱਪ ਚਾਪ ਤੁਰਦੇ ਕੁੱਤੇ ਸਲਾਹ ਭੌਂਕਦੇ ਸੰਗ ਸਾਡੇ ਜਦ ਤੱਕ ਇਹ ਸੰਗਤ ਦਾ ਪਿਆਰ ਆ ਸਾਰੇ ਪਾਸੇ ਦੁਨੀਆ ਦੇ ਵਿੱਚ ਅਸੀਂ ਸੇਵਾ ਦੇ ਝੰਡੇ ਗੱਡ ਦੇਣੇ ਜਾ ਕੇ ਸਾਡੇ ਵੱਲੋਂ ਸਾਡੇ ਸੇਵਾਦਾਰ ਵੱਲੋਂ ਸਾਡੇ ਸਟਾਫ ਵੱਲੋਂ
ਸਾਡੀਆਂ ਟੀਮਾਂ ਵੱਲੋਂ ਤੁਹਾਡਾ ਬਹੁਤ ਧੰਨਵਾਦ। ਅਤੇ ਅਸੀਂ ਗਾਰੰਟੀ ਕਰਦੇ ਹਾਂ ਅਗਲੇ 2-3 ਸਾਲ ਦੇ ਵਿੱਚ ਅਸੀਂ ਹੋਰ ਜ਼ੋਰ ਪਾਉਣਾ ਪੰਜਾਬ ਵੱਲ, ਜਨਰਲੀ ਇੰਡੀਆ ਵੱਲ ਵੀ ਅਤੇ ਹੋਰ ਪਾਸੇ ਵੀ, ਜਿੰਨਾ ਕੁਛ ਕਰ ਸਕਦੇ ਸੇਵਾ। ਤੁਹਾਡੀ ਸਪੋਰਟ ਦਾ, ਤੁਹਾਡੇ ਪਿਆਰ ਦਾ ਬਹੁਤ ਧੰਨਵਾਦ। ਇੰਨਾ ਪਿਆਰ ਤੁਹਾਡੇ ਵੱਲੋਂ ਜਿੱਥੇ ਵੀ ਜਾਈਦਾ, ਬਾਹਰ ਕਿਤੇ ਜਾਈਦਾ, ਬਹੁਤ ਮਹਿਸੂਸ ਹੁੰਦਾ। ਆਪਣਾ ਧਿਆਨ ਰੱਖਿਓ, ਬਜ਼ੁਰਗਾਂ ਦਾ ਆਪਣਾ ਕੋਰੋਨਾ ਵਾਇਰਸ ਤੋਂ ਧਿਆਨ ਵੱਜੂ ਵੱਲੋਂ ਕਰੋ, ਇੱਕ ਦੂਜੇ ਦੀ ਹੈਲਪ ਰਹਿ ਗਏ ਹਾਂ ਸਰਬੱਤ ਦੇ ਭਲੇ ਦਾ, ਉਹ ਡਟ ਕੇ ਕਰੀ ਜਾਓ। ਵਾਹਿਗੁਰੂ। ਫਤਿਹ। ਬਾਰਿਸ਼ ਪੈ ਰਹੀ ਬਾਹਰ ਅਤੇ ਤੁਹਾਨੂੰ ਸਾਡੀ ਆਵਾਜ਼ ਸੁਣਦੀ ਆ। ਆ ਹਾਉ ਇਨ ਇੰਗਲਿਸ਼ ਐਂਡ ਪੰਜਾਬੀ ਫਸਟ ਆਫ ਆਲ ਇਨ ਵੀ ਹੈਵ ਅਚੀਵਡ ਸੋ ਮਚ ਟੁਗੈਦਰ। ਕੋਸ਼ਿਸ਼ ਸਾਰਿਆਂ ਨੇ, ਸੋਰੀ ਬਹੁਤ ਕੋਸ਼ਿਸ਼ ਅਚੀਵ ਕਰ ਲਿਆ। ਉਹ ਵਟਸ ਆਰ ਨੈਕਸਟ ਸਟੈਪ ਫੋਰ ਖਾਲਸਾ ਏਜ, ਤੁਹਾਡਾ ਵੀ ਹੁਣ ਕਈ ਹੈਗੇ ਆ ਹਾਸਾ ਆਉਂਦਾ 21 ਸਾਲ ਸਾਡੇ ਉੱਪਰ। ਇਨ ਦ ਲਾਸਟ 20-21 ਫਰੋਮ ਫੈਲੋ ਸਿੱਖਸ, ਹੁਣ ਵੀ ਮੈਂ ਦੇਖਦਾ ਹਾਂ ਭਾਈ ਦੇਖੋ ਜੀ ਖਾਲਸਾ ਸਾਡੇ ਕੋਲ 3 ਤਾਂ ਬੈਠੇ ਆ ਜਿੱਦਾਂ ਕੀਬੋਰਡ ਤੇ ਡਰਪੋਕ ਜਿਹੜੇ ਹੁੰਦੇ ਬੰਦੇ ਨਾ ਭਾਈ, ਹੁਣਦਾ ਨੀ ਗਾ ਛਿੱਤਰ ਪੈਂਦੇ ਘਰ ਆ ਕੇ ਬੜੇ ਸ਼ੇਡ ਬਣ ਜਾਂਦੇ, ਸ਼ੇਡ ਖਾਲਸਾ ਦਾ ਹਮਲਾ ਕਰੀਏ ਇੰਨੇ ਕਦੀ ਸਾਈਡ ਦੇ ਪੈਸੇ ਸਾਰੇ ਜਮ੍ਹਾਂ, ਜਿਹਨੂੰ ਜੀ ਕਰਦਾ ਸਾਡੇ ਘਰ ਆਵਾ। ਵਿਜ਼ਨ ਫੋਰ ਖਾਲਸਾ ਇਟ ਇਜ਼ ਮਿਲੀਅਨ ਡਾਲਰ ਓਰਗਨਾਈਜ਼ੇਸ਼ਨ, 3 or 4 ਇਨ ਦਾ ਵੈਸਟ ਦਾ ਬਿਲਡਿੰਗ ਇਜ਼ ਪ੍ਰੋਬਬਲੀ ਵਰਥ ਅਬਾਊਟ 3 ਮਿਲੀਅਨ, the land but the building and the income is yes liye te a australia ka america dekh lo uk de ut 3-4 million da zameen kam hoga khas hai to unne aini khas hai aini chubdi a khas hai ko 3 million pound ya ਤੁਸੀਂ 4 ਮਿਲੀਅਨ ਪਾਉਣਾ ਕੀ ਕਰ ਲਉਂਗੇ ਅੱਜ, 100 ਮਿਲੀਅਨ ਡਾਲਰ ਹੋਣੇ ਚਾਹੀਦੇ ਆ ਯੂਕੇ ਆਸਟ੍ਰੇਲੀਆ, 100-200 ਮਿਲੀਅਨ ਹੋਣਾ ਚਾਹੀਦਾ ਸਾਨੂੰ। ਆਈਵ ਨੈਵਰ ਬੀਨ ਗ੍ਰੀਡੀ, ਆਈ ਜਸਟ ਵਾਂਟ ਮਾਈ ਮਸਲ ਕਾਰਡ whose car doesn't even work, but the log complain karde ja jehde nakli patter kase nu expose karna as 1 million 1.4 million ਛੁੱਟੀ ਮਿਲ ਜਾਵੇ ਇੰਡੀਆ ਚ ਕੰਮ ਕਰਨ ਨੂੰ ਖੁੱਲੀ ਭਾਈ, 4 ਮਿਲੀਅਨ ਸੀ 1-10 ਚਾਹੇ 3-4 ਮਿਲੀਅਨ ਕੁਛ ਨੀ ਕੈਂਪੇਨ ਕਰ ਰਹੇ ਆ ਭਈ ਇਹ ਜੀ ਭਈ ਖਾਲਸਾ ਸਾਡੇ ਕੋਲ ਇੰਨੇ ਪੈਸੇ, ਸਾਡੇ ਕੋਲ ਇੰਨੇ ਪੈਸੇ ਸੋ ਪੰਜਾਬ ਦੇ ਵਿੱਚ ਕੁਛ ਕਰਨ ਨੂੰ 2-3 ਮਿਲੀਅਨ ਤੁਸੀਂ 6 ਮਹੀਨੇ 'ਚ ਖਰਚ ਲਵਾਂਗੇ। ਵੀ ਵਾਂਟ ਟੂ ਬਿਕਮ
a huge organization. The Sikhs are so generous. Khalsa Aid has a track record of 21 years of trust and delivering aid. The Yarbaya Khalsa pehli Ravi Singh ne baba ban ke behna siga ਨਹੀਂ ਹੋਣੇ ਸੀਗੇ ਸਾਡਾ ਕੋਈ ਇੱਥੇ ਰੈਗੂਲੇਸ਼ਨ ਨਹੀਂ ਹੋਣੀ ਸੀ ਜਿੰਨਾ ਮਰਜ਼ੀ ਪੈਸਾ ਕਮਾਉਣਾ ਸੀ ਅਸੀਂ ਪਰਸਨਲੀ ਸੋ ਵੀ ਹੈਵ ਇਤਿਹਾਸ ਕਹਿੰਦਾ ਵੀ ਖਾਲਸਾ ਏਡ ਤਾਂ ਸੰਗਤ ਨਾਲ ਕਿੰਨਾ ਪਿਆਰ ਆ ਵੀ ਸੰਗਤ ਵੀ ਸੋ ਆਈ ਡੋਂਟ ਰੀਲੀ ਕੇਅਰ ਅਬਾਊਟ 3-4 ਮਿਲੀਅਨ ਤਾਂ ਕੱਲੇ ਕੱਲੇ ਗੁਰਦੁਆਰ ਕੋ ਪਏ ਹੋਗਾ ਵੀ ਨੀਡ ਟੂ ਗੋ ਬਿਗਰ ਆਮ ਆਸਕਿੰਗ ਯੂ ਆਲ ਵੇਅਰਐਵਰ ਯੂ ਆਰ ਖਾਲਸਾ ਏਡ ਇਨ ਦ ਵਰਲਡ ਵੇਅਰ ਇਜ਼ ਖਾਲਸਾ ਏਡ ਗੋ ਟੂ ਦ ਖਾਲਸਾ ਏਡ ਵੈਬਸਾਈਟ You'll see where we are. Look at the donation buttons. Make us big. We'll get bigger teams. I think these fake IDs think that, my God, there's 3 or 4 million in the bank. It's all safe. It's in the bank. ਤੁਹਾਡਾ ਪੈਸਾ ਤੁਹਾਨੂੰ ਪਤਾ ਵੀ ਲੱਗਣਾ ਹੈ ਕਿੰਨਾ ਸਾਰੇ ਪਾਸੇ ਡੇਰੇ ਜਾਂ ਹੋਰ ਕਿਤੇ ਤੁਹਾਨੂੰ ਅਸੀਂ ਦਿਖਾ ਲਏ ਕਿੰਨਾ ਪੈਸਾ ਆਲ ਇਨ ਦ ਸੇਫ ਇਸ ਆਲ ਇਨ ਦ ਚੈਰਿਟੀਜ਼ ਕਮਿਸ਼ਨ ਯੂ ਇਸ ਇਨ ਅਕਾਊਂਟ ਹੈਲਡ ਬਾਈ ਫਾਈਵ ਚੈਰਿਟੀਜ਼ ਆਮ ਨੋਟ ਟਰਸਟੀ ਇਸ ਇਨ ਯੂ ਨੋ ਵੀ ਆਰ ਮੈਨੇਜਿੰਗ ਇਟ ਵੀ ਆਰ ਸ਼ੋਇੰਗ ਇਟ ਵੀ ਬਿਲਟ ਐਨ ਇੰਸਟੀਟਿਊਸ਼ਨ ਖਾਲਸਾ ਵੀ ਬਿਲਟ ਸਮਥਿੰਗ ਫੋਰ ਯੂ For the future, not for me. Honestly, if I wanted to make it, I'd be on holiday, buy a couple of villas, be on holiday right now, t-shirts and jeans. No greed. So, you know, it makes me wonder, these really cowardly fake IDs think that when they put these lies out there, edit my videos, they're going to suddenly think the Sangha is going to say, oh my God, Khalsa has got 3-4 million. Why have they got it? But we're spending money. I want Khalsa Aid annual income eventually to be 100, 150 million, 200 million. Sade ko bhi hona chahida ya. $100 million, $200 million, jithe Red Cross de kol ya, badiyan badiyan sansa de kol ya. Paise vagar to dinna thodi hildi ya. ਇਹ ਤੁਹਾਨੂੰ ਸ਼ਰਮਾਉਣ ਦੀ ਗੱਲ ਆ ਜਾਂ ਅਸੀਂ ਗੱਲ ਨਹੀਂ ਕਰਦੇ ਅਸੀਂ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਹਾਂ ਤੁਸੀਂ ਸਾਨੂੰ 100 ਪਾਉਂਡ ਦਿੰਦੇ ਹਾਂ ਤੇ ਉਹਦੇ ਵਿੱਚੋਂ ਕਹਿ ਲਓ ਭਾਈ ਸੋਰੀ ਅਸੀਂ 100 ਪਾਉਂਡ ਖਰਚਦੇ ਹਾਂ ਸਾਨੂੰ ਤੁਸੀਂ 1000 ਪਾਉਂਡ ਦਿੰਦੇ ਹਾਂ ਅਸੀਂ 500 ਪਾਉਂਡ ਖਰਚਦੇ ਹਾਂ ਤੁਸੀਂ ਸਾਨੂੰ 2000 ਪਾਉਂਡ ਦਿੰਦੇ ਹਾਂ ਸੰਗਤ ਬਹੁਤ ਦਿਆਲੂ ਆ ਵੀ ਡੋਂਟ ਹਾਈਡ ਦਾ ਫੈਕਟ ਯੂ ਆਰ ਸੋ ਜੈਨਰਸ ਆਵਰ ਅਕਾਊਂਟਸ ਆਰ ਦੇਅਰ If you ever visit our accounts, which we're registered, and you wonder, hang on, where's all the money gone? They only got £1,000. They're only showing 50,000. We know they collected 1,000. Then you can ask me questions. It's all there. Everything. But the jealousy by other groups, other Sikh groups, some of the Sikhs is unbelievable. They will be the most religious, the biggest BS lies, but they won't say it to my face. So, I think there's a taboo about money. In 21 years, we only got to show 4, 5, 3, 4, whatever it is, million, 5 million maybe now. And we're going to spend about 2, 3 million next few years, maybe less. Maybe quicker when this coronavirus is over, we're restricted. Right now, we're dropping about $55,000-$60,000 food in Iraq. We've got big operations lined up. Bigger vision. 21 saal di jehdi vision hoi aa. Kehlo 4-5 million ho gaya kehlo. Kuch nahi nikla 21 saal. Jehdiyan doojiyan sansthaan ohde kinne ho jande. So jehdiyan jehnu agg lagdi saade wal dekh ke tiyar kar lo je tel chahida tel main de dunga tuhanu. ਚੱਕ ਲਓ ਫੱਟੇ ਲਾ ਲਓ ਅੱਗ ਆਪਣੇ ਆਪ ਨੂੰ ਵੀ ਕਿਉਂਕਿ ਧਾਰੀ ਝਾੜੀ ਜਿਹੜੀ ਆ ਗਿਆ ਜੈਲਸੀ ਦੀ ਹੋਰ ਕਿਤੇ ਪਹੁੰਚਣੀ ਨੀਗੀ 100 ਮਿਲੀਅਨ ਕਹਿੰਦੇ ਆ ਸਾਡੀ ਜਿਹੜੀ ਸੰਗਤ ਆ ਸਪੋਰਟ ਆ ਖਾਲਸਾ ਏਡ ਇੱਕ ਦੁਨੀਆ
ਦਾ ਇੱਕ ਥੰਮ ਬਣ ਗਿਆ ਸਿੱਖਾਂ ਦਾ ਖਾਲਸਾ ਇਟ ਇਜ਼ ਬਿਕਮ ਇੰਸਟੀਟਿਊਸ਼ਨ ਖਾਲਸਾ ਏਡ ਇਜ਼ ਪ੍ਰੋਟੈਕਟਿਡ ਔਰਗਨਾਈਜੇਸ਼ਨ ਸੋ ਮੈਨੀ ਅਟੈਕਸ ਔਨ ਇਟ ਲਾਸਟ 21 ਈਅਰਸ ਆਈਵ ਸੀਨ ਸੋ ਮੈਨੀ ਅਟੈਕਸ ਵੀ ਨੈਵਰ ਬੈਕ ਆਫ ਮੈਂ ਕਦੀ ਪਿੱਛੇ ਨਹੀਂ ਹੋਇਆ